ਉਹ 11 12 ਮੀਟਿੰਗਾਂ ਹੋ ਚੁੱਕੀਆਂ ਨੇ ਤੇ ਕਿਸਾਨ ਅਜੇ ਵੀ ਬੈਠੇ ਨੇ ਔਰ ਇੱਕ ਪਾਸੇ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਸਿਰਫ ਅਮੈਂਡਮੈਂਟ ਲਈ ਤਿਆਰ ਆ ਅਮੈਂਡਮੈਂਟ ਹੋ ਸਕਦੀ ਰੱਦ ਕਿਸੇ ਕੀਮਤੇ ਨਹੀਂ ਹੋ ਸਕਦੀ ਤੇ ਉਸ ਦੇ ਬਾਵਜੂਦ ਬਹਿ ਕੇ ਫਿਰ ਹੱਲ ਕਿਹੜਾ ਕੱਢਣਾ ਕੀ ਕਹਿਣਾ ਚਾਹੁੰਦੇ ਨੇ ਪ੍ਰਧਾਨ ਮੰਤਰੀ ਦੀ ਤੁਸੀਂ ਜੇ ਬਾਡੀ ਲੈਂਗੁਏਜ ਦੇਖੋ ਰਿਸਪੌਂਸ ਦੇਖੋ ਇੱਕ ਗੱਲ ਤੇ ਬੜੀ ਸਾਫ ਸੀਗੀ ਕਿ ਉਹ ਬਹੁਤ ਥੱਕ ਚੁੱਕੇ ਆ ਉਹ ਕਿਸੇ ਪੱਦਰ ਦੇ ਉੱਤੇ ਇਸ ਤਰ੍ਹਾਂ ਬੰਦਾ ਥੋੜਾ ਡਰਿਆ ਹੋਇਆ ਗੱਲਾਂ ਕਰਦਾ ਸਾਨੂੰ ਮੈਂ ਇੰਜ ਲੱਗਾ ਕਿ ਪ੍ਰਧਾਨ ਮੰਤਰੀ ਜਿਹੜੇ ਆ ਅੰਦਰੋਂ ਤੇ ਡਰੇ ਹੋਏ ਆ ਤਰਪਤੀ ਹੋਏ ਆ ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਜੋ ਦੇਸ਼ ਦੇ ਅੰਦਰ ਥੱਲੋਂ ਗਰਾਉਂਡ ਸਵੈਲ ਹੋ ਗਿਆ ਪੰਜਾਬ ਦੇ ਵਿੱਚ ਜੋ ਭਾਜਪਾ ਨੂੰ ਫੇਸ ਕਰਨਾ ਪੈ ਰਿਹਾ ਕੋਈ ਬੀਜਪੀ ਦਾ ਬੱਬਾ ਵੀ ਨਹੀਂ ਸੁਣਨਾ ਚਾਹੁੰਦਾ ਜੀ ਇੱਥੇ ਨਰਿੰਦਰ ਮੋਦੀ ਨੇ ਕਿਤੇ ਨਾ ਕਿਤੇ ਕਾਂਗਰਸ ਦੇ ਉੱਤੇ ਵੀ ਜਦੋਂ ਛੁਟਕੀ ਲਈ ਤਾਂ ਕਹਿ ਦਿੱਤਾ ਵੀ ਉਹ ਜਿਹੜੇ ਆਗੂ ਨੇ ਬਾਰ-ਬਾਰ ਬਿਲਾ ਦੇ ਰੰਗ ਦੇ ਉੱਤੇ ਬਹੁਤ ਜ਼ਿਆਦਾ ਕਮੈਂਟ ਕਰ ਰਹੇ ਨੇ ਕਿ ਰੰਗ ਕਾਲਾ ਹੈ ਬਿਲਾ ਦਾ ਜਾਂ ਫਿਰ ਚਿੱਟਾ ਉਹ ਕਹਿੰਦੇ ਨੇ ਕੰਟੈਂਟ ਦੇ ਉੱਤੇ ਗੱਲ ਨਹੀਂ ਕੀਤੀ ਜਦਕਿ ਲਗਾਤਾਰ ਕੰਟੈਂਟ ਦੇ ਉੱਤੇ ਚਲੋ ਇੱਥੇ ਕਾਂਗਰਸ ਜੇ ਅਸੀਂ ਜੇ ਨਹੀਂ ਗੱਲ ਕਰਦੇ ਪਰ ਆਮ ਲੋਗ ਯਸ ਅਸੀਂ ਜਥੇਬੰਦੀਆਂ ਦੀ ਗੱਲ ਕਰ ਲਈਏ ਲਗਾਤਾਰ ਕੰਟੈਂਟ ਦੇ ਉੱਤੇ ਤਾਂ ਗੱਲ ਹੋ ਰਹੀ ਹੈ ਮੋਹਨ ਸਿੰਘ ਦਾ ਖਾਸ ਕਰਕੇ ਨਾਮ ਲਿਆ ਕਿ ਉਹਨਾਂ ਵੀਗਾ ਕੋਟੇਸ਼ਨਾਂ ਆਂ ਪੜ ਪੜ ਕੇ ਸੁਣਾਈਆਂ ਕਿ ਉਹ ਕੀ ਚਾਹੁੰਦੇ ਸੀ ਕਿ ਉਹ ਚਾਉਂਦੇ ਸੀ ਕਿ ਖੁੱਲੀ ਮਾਰਕੀਟ ਹੋਵੇ ਸਾਰਾ ਦੇਸ਼ ਇੱਕ ਮਾਰਕੀਟ ਹੋਵੇ ਮਰਮੋਟ ਸਿੰਘ ਜੀ ਵੀ ਕਹਿੰਦੇ ਸੀ ਅਸੀਂ ਇਹ ਮੰਡੀਆਂ ਪ੍ਰਾਈਵੇਟਾਈਜੇਸ਼ਨ ਕਰਨੀ ਆ ਸਾਰਾ ਕੁਝ ਕਰਨਾ ਕੰਟਰੈਕਟ ਫਾਰਮੇ ਕਰਨੀ ਆ ਅੱਜ ਸਾਡੇ ਬਹਿਸਕਾਰ ਕਰਦੇ ਆ ਅੱਜ ਵਾਕ ਆਪ ਕਰਦੇ ਤੇ ਇਹ ਝੂਠੇ ਆ ਯਾਨੀ ਵਿਰੋਧੀ ਪਾਰਟੀਆਂ ਦੀ ਵੀ ਕਾਫੀ ਖਲ ਅਤਾਰੀ ਉਹਨਾਂ ਨੇ ਆਪਣੇ ਟੰਗ ਦੇ ਨਾਲ ਬਜਟ ਦੇ ਵਿੱਚ ਉਹਨਾਂ ਨੇ ਮਨਰੇਗਾ ਦੇ ਪੈਸੇ ਕੱਟੇ 30 ਤੋਂ 35% ਜਿੱਦੇ ਗਰੀਬ ਔਰ ਦਲਿਤ ਔਰਤਾਂ ਨੂੰ ਪਿੰਡਾਂ 'ਚ ਮਿਲਣੇ ਸੀ ਸਕਾਲਰਸ਼ਿਪ ਦੇ ਪੈਸੇ ਘਟਾਏ ਆ ਜਿਹੜੇ ਦਲਿਤ ਸਕਾਲਰਸ਼ਿਪ ਜਿਹੜੇ ਪੜ ਜਾਂਦੇ ਸੀ ਬੱਚੇ ਕੁਝ ਉਹਦੇ ਕਰਕੇ ਇਸੇ ਤਰੀਕੇ ਨਾਲ ਰੂਰਲ ਵਿਕਾਸ ਜਿਹਦੇ ਨਾਂ ਦੇ ਉੱਤੇ ਇੰਨੀਆਂ ਟਾਰਾਂ ਮਾਰ ਰਹੇ ਸੀ ਖੜੇ ਕੇ ਦੇਖੋ ਮੈਂ ਤੇ ਇਨਕਮ ਦੁੱਗਣੀ ਕਰ ਦੇਣੀ ਹੈ ਮੈਂ ਤੇ ਕਿਸਾਨਾਂ ਦੇ ਹੱਕ ਚ ਕਿਸਾਨ ਬੁੱਧੂ ਵਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਦੂਜੇ ਦੇ ਪੇ ਕਾਦੇ ਚ ਆ ਜਾਂਦੇ ਆ ਜਿਹੜੇ ਅੰਦੋਲਨ ਜੀ ਵੀ ਹੈਗੇ ਇਹ ਅੰਦੋਲਨ ਕਿਸਾਨ ਅੰਦੋਲਨ ਕਹਾਰੀ ਹੈ ਪਰ ਜਿਹੜੇ ਇਹ ਅੰਦੋਲਨ ਕਹਾਰੀ ਹੈ ਅੰਦੋਲਨ ਜੀ ਵੀ ਜਿਹੜੇ ਪੈਰਾਸਾਈਟ ਆ ਉਹਨਾਂ ਦੇ ਆ ਕੇ ਚੱਪਟ ਜਾਂਦੇ ਫਿਰ ਉਹਨਾਂ ਦੀ ਗੱਲ ਮੰਨਦੇ ਆ ਉਹ ਇਸ ਗੱਲ ਦੀ ਹਾਲਤ ਪਵਾ ਜੇ ਦੇ ਰਹੇ ਸੀ ਕਿ ਮੇਰੀ ਗੱਲ ਕਿਉਂ ਨਹੀਂ ਮੰਨਦੇ ਮੈਂ ਸਭ ਤੋਂ ਵੱਡਾ ਲੀਡਰ ਨਾ ਮੈਂ ਤੇ ਸਭ ਤੋਂ ਸੱਚਾ ਉੱਚਾ ਆ ਰਿਹਾ ਹੈ बार-बार ਉਹਨਾਂ ਨੂੰ ਵਰਗਾ ਲਾਇਆ ਜਾ ਰਿਹਾ ਹੈ ਔਰ ਕੁਝ ਪਰ ਜੀ ਵੀ ਅੰਦੋਲਨ ਜੀ ਵੀ ਜਿਵੇਂ ਕਿ ਤੁਸੀਂ ਹੁਣ ਕਹਿ ਰਹੇ ਹੋ ਇਹ ਤਾਂ ਕਈ ਦਿਨਾਂ ਦਾ ਰੱਟਾ ਉਹਨਾਂ ਨੇ ਮਾਰਿਆ ਹੀ ਹੋਇਆ ਜਦੋਂ ਦੀ ਵੀ ਸੰਸਦ ਦੀ ਕਾਰਵਾਈ ਸ਼ੁਰੂ ਹੋਈ ਹੈ ਸੈਸ਼ਨ ਦੇ ਵਿੱਚ ਲਗਾਤਾਰ ਇਹ ਸ਼ਬਦ ਜਿਹੜੇ ਹੈ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਬੋਲੇ ਜਾ ਰਹੇ ਨੇ ਹੱਥ ਘੱਟੇ ਉਹਨਾਂ ਦੀ ਇਹੋ ਜਿਹੀ ਸਕੂਲੇ ਕੀਤੀ ਇਹੋ ਜਿਹਾ ਪੜਾਇਆ ਉਹਨਾਂ ਨੂੰ ਉਹ ਸ਼ਰਮਿੰਦੇ ਹੋ ਕੇ ਗਏ ਇੰਨੇ ਵੇਖ ਕਿ ਕਿਸਾਨ ਹੈ ਇਹ ਤੇ ਜਾਂ ਕਿਸਾਨ ਹੀ ਨਹੀਂ ਚੀਜ਼ ਨੂੰ ਫੜਦੇ ਇਹਨਾਂ ਤੇ ਉਹ ਖੁਦ ਨਹੀਂ ਸੀ ਸਮਝਦੇ ਕਿ ਉਹ ਤੇ ਮੋਦੀ ਭਗਤ ਹੈ ਗਿਆ ਤੇ ਮੋਦੀ ਭਗਤ ਪੜਦਾ ਨਹੀਂ ਆ ਭਗਤੀ ਜ਼ਿਆਦਾ ਕਰਦਾ ਕੋਈ ਵੀ ਹੋਵੇ ਹਰ ਛੋਟੀ ਤੇ ਛੋਟੀ ਗੱਲ ਤੇ ਜੇ ਕਿ ਇਹਨੂੰ 4 ਪੈਸੇ ਦੇਣੇ ਆ ਉਹਦੇ 'ਚ ਵੀ ਸੱਤਾ ਲੱਭਣੀ ਆ ਜੇ ਕਿਸੇ ਦੇ ਵਿੱਚ ਨਫ਼ਰਤ ਫਲਾਉਣੀ ਆ ਉਹ 'ਚ ਵੀ ਸੱਤਾ ਲੱਭਣੀ ਆ ਜੇ ਕਿਸੇ ਦੀ ਲੜਾਈ ਕੋਈ ਦੱਗੇ ਕਰਾਉਣੀ ਆ ਉਹਦੇ 'ਚ ਵੀ ਸੱਤਾ ਲੱਭਣੀ ਆ ਜੇ ਕਿਸੇ ਦੀ ਤਰੀਫ਼ ਕਰਨੀ ਆ ਉਹਦੇ 'ਚ ਵੀ ਸੱਤਾ ਲੱਭਣੀ ਇਹ ਸੱਤਾ ਜੀ ਦੀ ਕਿਉਂ ਵੀ ਕਰਤੇ ਜਿਤਨਾ ਬੰਦਾ ਕੋਈ ਸੱਤਾ ਲਈ ਹਲਕਿਆ ਹੋਵੇ ਸਸ਼ੀਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ ਮੋਦੀ ਸਾਹਿਬ ਨੂੰ ਤਾਂ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਨਰਿੰਦਰ ਮੋਦੀ ਜਿਸ ਸਵੇ ਲੋਕ ਸਭਾ ਦੇ ਵਿੱਚ ਆਪਣਾ ਭਾਸ਼ਣ ਦੇ ਰਹੇ ਸੀ ਤਾਂ ਭਾਸ਼ਣ ਦੇ ਵਿੱਚ ਉਹਨਾਂ ਨੇ ਫਿਰ ਤੋਂ ਬਹੁਤ ਸਾਰੀਆਂ ਗੱਲਾਂ ਕਿਸਾਨ ਅੰਦੋਲਨ ਨੂੰ ਲੈ ਕੇ ਹੀ ਕੀਤੀਆਂ ਕਿਸਾਨ ਅੰਦੋਲਨ ਨੂੰ ਲੈ ਕੇ ਨਰਿੰਦਰ ਮੋਦੀ ਦੇ ਮੂੰਹੋਂ ਪਹਿਲੀ ਵਾਰੀ ਇਹ ਗੱਲ ਨਿਕਲੀ ਹੈ ਪਹਿਲਾਂ ਉਹ ਕਦੇ ਇਸ ਗੱਲ ਦੇ ਉੱਤੇ ਬੋਲੇ ਨਹੀਂ ਹੈ ਕਿ ਖੇਤੀ ਕਾਨੂੰਨ ਜਿਹੜੇ ਬਿੱਲ ਨੇ ਉਹ ਰੱਦ ਹੋਣੇ ਚਾਹੀਦੇ ਨੇ ਜਾਂ ਫਿਰ ਉਹਨਾਂ ਦੇ ਵਿੱਚ ਸੁਧਾਰਾ ਦੀ ਲੋੜ ਹੈ ਪਹਿਲਾਂ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਪਰ ਅੱਜ ਉਹ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਵੀ ਕਹਿੰਦੇ ਨਜ਼ਰ ਆਈ ਕਿ ਜਿਹੜੇ ਇਹ ਕਾਨੂੰਨ ਹੈ ਉਹਨਾਂ ਦੇ ਵਿੱਚ ਅਮੈਂਡਮੈਂਟ ਹੋ ਸਕਦੀ ਹੈ ਰੱਦ ਨਹੀਂ ਹੋ ਸਕਦੀ ਹਾਲਾਂਕਿ ਇਸ ਤੋਂ ਪਹਿਲਾਂ ਹਮੇਸ਼ਾ ਜਦੋਂ ਵੀ ਇਹ ਗੱਲ ਕਹੀ ਹੈ ਤਾਂ ਖੇਤੀਬਾੜੀ ਮੰਤਰੀ ਜਿਹੜੇ ਨਰਿੰਦਰ ਤੋਮਰ ਨੇ ਉਹਨਾਂ ਨੇ ਹੀ ਇਹ ਗੱਲ ਕਹੀ ਹੈ ਪਰ ਅੱਜ ਮੋਦੀ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਜਦੋਂ ਪਾਸ਼ਨ ਸ਼ੁਰੂ ਕੀਤਾ ਨਰਿੰਦਰ ਮੋਦੀ ਨੇ ਤਾਂ ਉਦੋਂ ਹਾਲਾਂਕਿ ਵਿਰੋਧੀਆਂ ਨੇ ਕਾਫੀ ਵਿਰੋਧ ਕੀਤਾ ਉਸ ਪਾਸ਼ਨ ਦਾ ਤੇ ਦੋ ਵਾਰੀ ਜਿਸ ਦੇ ਵਿੱਚ ਆਪਣੀ ਜਿਹੜੀ ਕਾਰਵਾਈ ਹੈ ਉਹ ਰੁਕਣੀ ਵੀ ਪਈ ਨਰਿੰਦਰ ਮੋਦੀ ਨੂੰ ਤੇ ਨਰਿੰਦਰ ਮੋਦੀ ਨੇ ਉਸ ਤੇ ਚੁਟਕੀ ਲਈ ਤੇ ਕਈ ਵਿਰੋਧੀਆਂ ਨੂੰ ਕਿਹਾ ਵੀ ਥਰਮੇ ਨਾ ਮੈਜੋ ਤਾਂ ਮੈਨੂੰ ਬੋਲਣ ਦਵੋ ਤੇ ਕਾਫੀ ਟਿੱਪਣੀਆਂ ਵੀ ਉਹਨਾਂ ਦੇ ਉੱਤੇ ਨਰਿੰਦਰ ਮੋਦੀ ਜਿਹੜੇ ਨੇ ਕਰਦੇ ਨਜ਼ਰ ਆਏ ਇੱਕ ਹਾਸੋ ਹੀ ਨਹੀਂ ਅੰਦਾਜ਼ ਦੇ ਵਿੱਚ ਮਜ਼ਾਕੀਆ ਅੰਦਾਜ਼ ਦੇ ਵਿੱਚ ਜਿਹੜਾ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਤੇ ਵਿੱਚ ਵਿੱਚ ਕੁਝ ਅਲੱਗ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਵੀ ਨਜ਼ਰ ਆਏ ਇਸ ਤੋਂ ਇਲਾਵਾ ਜਦੋਂ ਭਾਸ਼ਣ ਨੇ ਸ਼ੁਰੂ ਕੀਤਾ ਤਾਂ ਭਾਸ਼ਣ ਦੇ ਵਿੱਚ ਉਹਨਾਂ ਨੇ ਫਿਰ ਤੋਂ ਇਹ ਸ਼ਬਦਾਂ ਦਾ ਇਸਤੇਮਾਲ ਕੀਤਾ ਕਿ ਇਹ ਅੰਦੋਲਨ ਜਿਹੜਾ ਹੈ ਅੰਦੋਲਨ ਜਿਹੜੇ ਕਾਰੀ ਨੇ ਉਹ ਪਰਜੀਵੀ ਨੇ ਅੰਦੋਲਨ ਜੀਵੀ ਨੇ ਫਿਰ ਤੋਂ ਇਦਾਂ ਦੇ ਸ਼ਬਦਾਂ ਦਾ ਵੀ ਇਸਤੇਮਾਲ ਕਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੇ ਬਿੱਲ ਨੇ ਇਹ ਕਿਸਾਨਾਂ ਦੇ ਹਿੱਤ ਦੇ ਲਈ ਹੈ ਇਹ ਗੱਲ ਕਿਸਾਨ ਸਮਝ ਨਹੀਂਦੇ ਕਿਸਾਨਾਂ ਨੂੰ ਵਰਗ ਲਾਇਆ ਜਾ ਰਿਹਾ ਹੈ ਫਿਰ ਤੋਂ ਇਹੀ ਗੱਲਾਂ ਦੁਹੋਂਦੇ ਨਜ਼ਰ ਆਏ ਅਖੀਰ ਤੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਹੁਣ ਅਸੀਂ ਬਾਈਟ ਥੋੜੀ ਦੇਰ ਪਹਿਲਾਂ ਵੀ ਜਦੋਂ ਰਿਐਕਸ਼ਨ ਸੁਣਿਆ ਉਹਨਾਂ ਦਾ ਤੇ ਇਹੀ ਗੱਲ ਨਰਿੰਦਰ ਮੋਦੀ ਨੇ ਕਹੀ ਹੈ ਕਿ ਕਿਸਾਨ ਵੀਰ ਜਿਹੜੇ ਨੇ ਉਹ ਆਣ ਬੈਠਣ ਤੇ ਮਿਲ ਕੇ ਹੀ ਕੋਈ ਗੱਲ ਹੋਏਗੀ ਤੇ ਮਿਲ ਕੇ ਹੀ ਅਸੀਂ ਕੋਈ ਇਸ ਦਾ ਹੱਲ ਕੱਢਾਂਗੇ ਇਹ ਗੱਲ ਫਿਰ ਤੋਂ ਉਹਨਾਂ ਨੇ ਦੁਹਾਈ ਹੈ ਹਾਲਾਂਕਿ 11-12 ਮੀਟਿੰਗਾਂ ਹੋ ਚੁੱਕੀਆਂ ਉਹਦੋਂ ਕੋਈ ਹੱਲ ਨਿਕਲਿਆ ਨਹੀਂ ਪਰ ਫਿਰ ਤੋਂ ਇੱਕ ਆਪਸ਼ਨ ਫਿਰ ਤੋਂ ਇੱਕ ਵਿਕਲਪ ਰੱਖ ਦਿੱਤਾ ਗਿਆ ਕਿ ਕਿਸਾਨ ਆ ਕੇ ਬੈਠਣ ਸਾਡੇ ਨਾਲ ਗੱਲ ਕਰਨ ਤੇ ਅਸੀਂ ਕੋਈ ਹੱਲ ਕੱਢਾਂਗੇ ਸੋ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਉਹ ਗੱਲਾਂ ਜੋ ਪ੍ਰਧਾਨ ਮੰਤਰੀ ਮੋਦੀ ਨੇ ਕਹੀਆਂ ਜਿਨ੍ਹਾਂ ਦੇ ਉੱਤੇ ਅਸੀਂ ਸਾਰੀ ਗੱਲਬਾਤ ਵੀ ਕਰਾਂਗੇ ਔਰ ਇਸ ਤੋਂ ਇਲਾਵਾ ਸਿੰਘੂ ਬਾਰਡਰ ਦੇ ਉੱਤੇ ਅੱਜ ਕਲਾਕਾਰਾਂ ਦਾ ਜਮਾਵੜਾ ਕਾਫੀ ਦੇਖਣ ਨੂੰ ਮਿਲਿਆ ਬਹੁਤ ਸਾਰੇ ਕਲਾਕਾਰ ਫਿਰ ਤੋਂ ਉੱਥੇ ਪਹੁੰਚ ਚੁੱਕੇ ਨੇ ਹਾਲਾਂਕਿ ਸ਼ੁਰੂ ਤੋਂ ਇਸ ਅੰਦੋਲਨ ਦੇ ਨਾਲ ਕਲਾਕਾਰ ਜੁੜੇ ਰਹੇ ਨੇ ਤੇ ਹੁਣ ਫਿਰ ਤੋਂ ਕਾਫੀ ਜ਼ਿਆਦਾ ਕਲਾਕਾਰਾਂ ਨੇ ਉੱਥੇ ਜਾ ਕੇ ਅੱਜ ਸਟੇਜ ਤੇ ਆਪਣੇ ਭਾਸ਼ਣ ਦਿੱਤੇ ਤੇ ਕਿਸਾਨਾਂ ਨੂੰ ਜਿਹੜਾ ਆਪਣਾ ਸਮਰਥਨ ਜਿਹੜਾ ਉਹਦੇ ਦੇ ਨਜ਼ਰ ਆਏ ਆ ਸਾਡਾ ਪ੍ਰੋਫੈਸਰ ਮਨਜੀਤ ਸਿੰਘ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਇਸ ਸਬੰਧੀ ਮਨਜੀਤ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਮੌਰਨਿਕ ਸ਼ੋਅ ਦੇ ਵਿੱਚ ਬਹੁਤ-ਬਹੁਤ ਧੰਨਵਾਦ ਸ਼ੈਰੀ ਜੀ ਜੀ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਤਾਂ ਨਰਿੰਦਰ ਮੋਦੀ ਦੀ ਅਸੀਂ ਹੁਣੇ-ਹੁਣੇ ਬਾਈਟ ਸੁਣ ਕੇ ਹਟੇ ਆ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੇ ਵਿੱਚ ਅੱਜ ਬਹੁਤ ਸਾਰੀਆਂ ਗੱਲਾਂ ਤਾਂ ਅਜਿਹੀਆਂ ਕਹੀਆਂ ਪਰ ਮੈਂ ਸਭ ਤੋਂ ਪਹਿਲਾਂ ਆਖਰੀ ਉਹਨਾਂ ਦੀ ਗੱਲ ਤੇ ਆਉਣਾ ਚਾਹਾਂਗੀ ਜਦੋਂ ਸੰਬੋਧਨ ਜਿਹੜਾ ਆਪਣਾ ਖਤਮ ਕਰਨ ਲੱਗੇ ਸੀ ਤੇ ਆਖੀਰ ਦੇ ਵਿੱਚ ਫਿਰ ਤੋਂ ਇਹ ਗੱਲ ਕਹਿੰਦੇ ਨਜ਼ਰ ਆਏ ਕਿ ਕਿਸਾਨਾਂ ਨੂੰ ਮੈਂ ਫਿਰ ਤੋਂ ਇਹ ਕਹਿਣਾ ਚਾਹੁੰਦਾ ਕਿ ਆਓ ਮਿਲ ਕੇ ਬੈਠੀਏ ਬੈਠਣ ਦੇ ਨਾਲ ਹੀ ਕੋਈ ਹੱਲ ਜਿਹੜਾ ਉਹ ਕੱਢਿਆ ਜਾਏਗਾ ਹੁਣ 11 12 ਮੀਟਿੰਗਾਂ ਹੋ ਚੁੱਕੀਆਂ ਨੇ ਤੇ ਕਿਸਾਨ ਅਜੇ ਵੀ ਬੈਠੇ ਨੇ ਔਰ ਇੱਕ ਪਾਸੇ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਸਿਰਫ ਅਮੈਂਡਮੈਂਟ ਲਈ ਤਿਆਰ ਆ ਅਮੈਂਡਮੈਂਟ ਹੋ ਸਕਦੀ ਰੱਦ ਕਿਸੇ ਕੀਮਤੇ ਨਹੀਂ ਹੋ ਸਕਦੇ ਤੇ ਉਸ ਦੇ ਬਾਵਜੂਦ ਬਹਿ ਕੇ ਫਿਰ ਹੱਲ ਕਿਹੜਾ ਕੱਢਣਾ ਕੀ ਕਹਿਣਾ ਚਾਹੁੰਦੇ ਨੇ ਵੇਖੋ ਪ੍ਰਧਾਨ ਮੰਤਰੀ ਦੀ ਤੁਸੀਂ ਜੇ ਬਾਡੀ ਲੈਂਗੁਏਜ ਦੇਖੋ ਰਿਸਪੌਂਸ ਦੇਖੋ ਇੱਕ ਗੱਲ ਤੇ ਬੜੀ ਸਾਫ ਸੀਗੀ ਕਿ ਉਹ ਬਹੁਤ ਥੱਕ ਚੁੱਕੇ ਆ ਉਹ ਕਿਸੇ ਪੱਦਰ ਦੇ ਉੱਤੇ ਇਸ ਤਰ੍ਹਾਂ ਬੰਦਾ ਥੋੜਾ ਡਰਿਆ ਹੋਇਆ ਗੱਲਾਂ ਕਰਦਾ ਜਾਂ ਜਿਸ ਨੂੰ ਆਪਣਾ ਵਿਵੇਖ ਰਾਜਨੀਤਿਕ ਪਰਵੇਖ ਬਿਲਕੁਲ ਉਸ ਤਰ੍ਹਾਂ ਮਜ਼ਬੂਤੀ ਨਾਲ ਨਜ਼ਰ ਨਾ ਆਉਂਦਾ ਹੋਵੇ ਉਹਦੇ 'ਚ ਕੋਈ ਡਾਵਾ ਡੋਲਦਾ ਹੋਵੇ ਉਸ ਕਿਸਮ ਦੀ ਥਿੜਕਣਬਾਜੀ ਉਹਨਾਂ ਦੀ ਜ਼ੁਬਾਨ ਦੇ ਜਿਹੜੇ ਸ਼ਬਦ ਵੀ ਸੀ ਕਈ ਅੱਧੇ ਕੱਟੇ ਜਾ ਰਹੇ ਸੀ ਉਸੇ ਉਹ ਅੰਦਰ ਜਦੋਂ ਮਾਨਸਿਕ ਤਣਾਅ ਹੁੰਦਾ ਆ ਜੋ ਤੁਸੀਂ ਤੁਹਾਡੀ ਆਤਮਾ ਅਸਲੀਅਤ ਨੂੰ ਸਮਝਦੀ ਆ ਪਰ ਤੁਸੀਂ ਇੱਕ ਹੋਰ ਐਂਡ ਉਹਦੇ ਆਪੋਜ਼ਿਟ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਮਾਲ ਵੇਚਣ ਦਾ ਗੱਲਾਂ ਦਾ ਕੜਾ ਵੇਚਣ ਦਾ ਉਹਦੇ 'ਚ ਬੰਦੇ ਨੂੰ ਤਣਾਅ ਤੇ ਹੁੰਦਾ ਜਾਂ ਔਰ ਉਹਦੇ 'ਚ ਇਸ ਤਰੀਕੇ ਦੀਆਂ ਗਲਤੀਆਂ ਤੇ ਬਾਡੀ ਲੈਂਗੁਏਜ ਆਟੋਮੈਟਿਕਲੀ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਜਿਸ ਤਰੀਕੇ ਨਾਲ ਬਹੁਤ ਸਾਰੀਆਂ ਗੱਲਾਂ ਕਈ ਬੜੀਆਂ ਜਾਲੀ ਜੀਆਂ ਲੱਗਦੀਆਂ ਸੀ ਜਦੋਂ ਵਿਰੋਧੀ ਪਾਰਟੀਆਂ ਨੇ ਵਿਰੋਧੀ ਕੀ ਵਿਰੋਧਤਾ ਕੀਤੀ ਪਹਿਲੀ ਵਾਰੀ ਤਾਂ ਉਹਨਾਂ ਨੇ ਕਿਹਾ ਦੇਖੋ ਜੀ ਚੰਗਾ ਹੋਇਆ ਬੜਾ ਤੁਹਾਡਾ ਧੰਨਵਾਦ ਧੰਨਵਾਦ ਜੀ ਕੋਈ ਗੱਲ ਨਹੀਂ ਮੈਨੂੰ ਥੋੜਾ ਜਿਹਾ ਟਾਈਮ ਮਿਲ ਗਿਆ ਗੱਲ ਮਿਸਾਲ ਲੈਣੇ ਟਾਈਮ ਮਿਲ ਗਿਆ ਫਿਰ ਲੋਕਾਂ ਨੇ ਵਿਰੋਧਤਾ ਕੀਤੀ ਫਿਰ ਉਹਨਾਂ ਨੇ ਕੋਈ ਉਡਾ ਨਹੀਂ ਬੁਤੀ ਕੀਤਾ ਚੁੱਪ ਕਰਕੇ ਸੁਣਦੇ ਰਹੇ ਤੇ ਫਿਰ ਜਦੋਂ ਬਾਈਕਾਟ ਵੀ ਹੋਏ ਕਾਂਗਰਸ ਬਾਹਰ ਵੀ ਗਈ ਫਿਰ ਉਹਨਾਂ ਨੇ ਮਾੜਿਆ ਜਰੂਰ ਮੈਂ ਤੁਹਾਨੂੰ ਸੁਣਦਾ ਮੈਂ ਤੁਸੀਂ ਚੰਗੇ ਆ ਤੁਸੀਂ ਮੈਨੂੰ ਸੁਣੋ ਤੇ ਸਹੀ ਮੇਰੀ ਗੱਲ ਸੁਣੋ ਇਹ ਉਹਦੀਆਂ ਗੱਲਾਂ ਉੱਥੇ ਕਰਦੇ ਨਜ਼ਰ ਆਏ ਇਹ ਜਿਹੜਾ ਪਹਿਲਾਂ ਚਮਤਕਾਰੀ ਜੇਰਾਤ ਤੇ ਚੌਂਦ ਤੇ ਉਹ ਜਿਹੜਾ ਕੌਨ ਸੀਗਾ ਵਿਸ਼ਵਾਸ ਦਾ ਲੈਵਲ ਉਹ ਬੜਾ ਡਾਊਨ ਮੈਨੂੰ ਅੱਜ ਲੱਗਾ ਉਹਤੇ ਪਰ ਉਹ ਆਪਣੇ ਜਿਸ ਤਰੀਕੇ ਨਾਲ ਤੁਸੀਂ ਮੈਂ ਕਿਸੇ ਹੋਰ ਵੀ ਚੈਨਲ ਤੇ ਗੱਲ ਕਰ ਰਿਹਾ ਸੀਗਾ ਕਿ ਸਾਡੇ ਨਾ ਪਿੰਡਾਂ 'ਚ ਦੇਖਣ ਨੂੰ ਮਿਲਦਾ ਅਸੀਂ ਆਪ ਜਦੋਂ ਨਿਆਣੇ ਸੀ ਕਿ ਜਦੋਂ ਬਿੱਲਾ ਕੀ ਰਾਜ ਦੇ ਪਾਸਿਓਂ ਤੇ ਉਹ ਫਿਰ ਆਪਣੀ ਪੂਛ ਵੀ ਚੁੱਕ ਲੈਂਦਾ ਅੱਖਾਂ ਵੀ ਬੜੀਆਂ ਜਾਂਦਾ ਦਿਖਾਉਂਦਾ ਵੀ ਖੜੇ ਕਰ ਲੈਂਦਾ ਇਹ ਡਾਰਮਨ ਬਗੈਰਾ ਨੇ ਵੀ ਸਾਈਕੋਲੋਜਿਸਟਾਂ ਨੇ ਇਹ ਗੱਲ ਦੱਸੀ ਵੀ ਉਦੋਂ ਉਹ ਦੱਸਣਾ ਚਾਹੁੰਦਾ ਆ ਕਿ ਮੈਂ ਇਹ ਤਾਂ ਬੱਚਿਓ ਮੇਰੇ ਕੋਲ ਤਾਕਤ ਬੜੀ ਆ ਮੈਂ ਬੜਾ ਵੱਡਾ ਸ਼ੇਰ ਜੇ ਪਰਾਂ ਹੋ ਜੋ ਜਾਨੀ ਕਿਉਂਕਿ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਸਾਨੂੰ ਮੈਂ ਇੰਜ ਲੱਗਾ ਕਿ ਪ੍ਰਧਾਨ ਮੰਤਰੀ ਜਿਹੜੇ ਆ ਅੰਦਰੋਂ ਤੇ ਡਰੇ ਹੋਏ ਆ ਤਰਪ ਕੀ ਹੋਏ ਆ ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਜੋ ਦੇਸ਼ ਦੇ ਅੰਦਰ ਥੱਲੋਂ ਗਰਾਊਂਡ ਸਵੈਲ ਹੋ ਗਿਆ ਪੰਜਾਬ ਦੇ ਵਿੱਚ ਜੋ ਭਾਜਪਾ ਨੂੰ ਫੇਸ ਕਰਨਾ ਪੈ ਰਿਹਾ ਕੋਈ ਭਾਜਪਾ ਦਾ ਬੱਬਾ ਵੀ ਨਹੀਂ ਸੁਣਨਾ ਚਾਹੁੰਦਾ ਜਿੱਜਾ ਤੇ ਪੱਪਾ ਤੇ ਕੀ ਸੁਣਨਾ ਹੈਗਾ ਇੰਨੀ ਹਾਲਤ ਖਰਾਬ ਆ ਇਹ ਹਾਲਤ ਇੱਕਦਮ ਪਿਛਲੇ 15 ਦੇ ਦਿਨਾਂ ਤੋਂ ਇਹੋ ਜਿਹੀ ਰੋਸ ਤੇ ਗੁੱਸਾ ਜਿਹੜਾ ਹਰਿਆਣੇ 'ਚ ਬੈਕਦਾ ਹੋ ਗਿਆ ਔਰ ਇਹਦੇ ਨਾਲੋਂ ਵੱਧ ਤੀਬਰਤਾ ਤੇ ਤਿੱਖੇਪਨ ਦੇ ਵਿੱਚ ਜਿਹੜੀ जाट ਬੈਲਟ ਹੈ ਪੱਛਮੀ ਯੂਪੀ ਦੀ ਚੌਧਰੀ ਵਿੱਚ ਚੌਧਰੀ ਚਰਨ ਸਿੰਘ ਵਾਲੀ ਉੱਥੇ ਪੈਦਾ ਹੋ ਗਿਆ ਉੱਥੇ ਥਾਂ ਥਾਂ ਇਹਨਾਂ ਦੀ ਕਰਾਉ ਜਾਂ ਉਸ ਕਿਸਮ ਦੇ ਬਹਿਸਕਾਰ ਜਿਹੜਾ ਨਾ ਕਰਨ ਵਾਲੀ ਲੀਡਰਾਂ ਦਾ ਉਹ ਹੋ ਗਿਆ ਹੁਣ ਇਹ ਸਾਰੀਆਂ ਖਬਰਾਂ ਪ੍ਰਧਾਨ ਮੰਤਰੀ ਜਾਂ ਕੋਈ ਛੋਟੇ ਆਮ ਬੰਦਾ ਤੇ ਹੈ ਨਹੀਂ ਹੈ ਨਾ ਉਹਨਾਂ ਕੋਲ ਹੈ ਬਹੁਤ ਸਾਰੇ ਕੰਨ ਬਹੁਤ ਸਾਰੀਆਂ ਅੱਖਾਂ ਹੁੰਦੀਆਂ ਉਹ ਸਾਰੀਆਂ ਮਿਲਾ ਕੇ ਉਹਨਾਂ ਨੂੰ ਦੱਸ ਦੀਆਂ ਜਦੋਂ ਦਿੱਲੀ ਚਿੰਤਾ ਰੋਜ਼ ਮਰਾ ਰੋਜ਼ ਦੀ ਰੋਜ਼ ਗੈਰੀ ਹੁੰਦੀ ਜਾਂਦੀ ਹੈ ਚਿੰਤਾ ਜਿਹੜੀ ਰੋਜ਼ ਦੀ ਰੋਜ਼ ਵੱਧਦੀ ਜਾ ਰਹੀ ਹੈ ਤੇ ਚਲੋ ਕੋਈ ਨਹੀਂ ਜਦੋਂ ਵੀ ਬੰਦਾ ਇੱਕ ਐਡਾ ਵੱਡਾ ਪਦਵੀ ਤੇ ਹੋਵੇ ਜਿਹਨੇ ਇੰਨੀ ਵਾਹ 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 ਖੱਟੀ ਹੋਵੇ ਜਿਹੜੇ ਹਰ ਰੈਲੀ ਦੇ ਵਿੱਚ ਮੋਦੀ ਮੋਦੀ ਭਾਵੇਂ ਪੈਸੇ ਦੇ ਕੇ ਬੰਦੇ ਬਿਠਾਏ ਹੋਣ ਉਹ ਅੱਗੇ ਮੋਦੀ ਮੋਦੀ ਕੀਰਤਨ ਕਰਦੇ ਸੀਗੇ ਐਂ ਲੱਗਦਾ ਸੀ ਕਿ ਜਿਵੇਂ ਪੂਰੀ ਦੁਨੀਆ ਹੀ ਮੋਦੀ ਦਾ ਹੀ ਪਾਠ ਕਰਦੀ ਉਹਦੇ ਹੀ ਫੇਰਦੀ ਹੋਵੇ ਹੋਰ ਕੋਈ ਨਾ ਹੋਵੇ ਉਹਦੇ ਤੇ ਜਦੋਂ ਡੈਂਟ ਪਈਦਾ ਉਹਦੇ ਤੇ ਜਦੋਂ ਲੋਕੀ ਸਵਾਲ ਕਰਦੇ ਆ ਉਹਦੇ ਤੇ ਵਿਸ਼ਵਾਸ ਚੁੱਕਿਆ ਜਾਂਦਾ ਜਦੋਂ ਈਵਨ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਤੇ ਡਿਸਲਾਈਕ ਜਿਹੜੇ ਆ ਉਹ ਜ਼ਿਆਦਾ ਹੋ ਜਾਂਦੇ ਲਾਈਕ ਤੋਂ ਸਾਰੀਆਂ ਮੈਨੀਪੂਲੇਸ਼ਨ ਦੇ ਬਾਵਜੂਦ ਵੀ ਤੇ ਚਿੰਤਾ ਤੇ ਹੁੰਦੀ ਆ ਜੇ ਇਹ ਇਹ ਸਾਰੇ ਡਿਕਟੇਟਰਾਂ ਦੀ ਸਾਰੇ ਸ਼ੈਰੀ ਜੇ ਤੁਸੀਂ ਹਿਟਲਰ ਨੂੰ ਵੀ ਦੇਖੋ ਮਸੂਲਿਨੀ ਨੂੰ ਦੇਖੋ ਇਹ ਜਿਹੜੀ ਮਾਨਸਿਕਤਾ ਆ ਜਾਂ ਤੇ ਫਿਰ ਬਹੁਤ ਐਂ ਉਹ ਆਪਣੇ ਆਪ ਨੂੰ ਉੱਪਰ ਰੱਬ ਵਾਂਗੂ ਪੇਸ਼ ਕਰਦੇ ਆ ਕਿ ਸਾਡੇ ਨਾਲੋਂ ਉੱਚਾ ਤੇ ਸੁੱਚਾ ਤੇ ਵੱਡਾ ਤੇ ਕੋਈ ਹੈ ਨਹੀਂਗਾ ਅਸੀਂ ਸਾਰੀ ਦੁਨੀਆ ਦੀ ਦੁੱਖ ਤਕਲੀਫਾਂ ਦੀ ਦੂਰ ਕਰਨ ਦੀ ਚਾਬੀ ਸਾਡੇ ਹੱਥ 'ਚ ਹੀ ਆ ਐਂ ਗੱਲ ਆ ਪਰ ਜਦੋਂ ਫਿਰ ਉਹ ਹਵਾ ਨਿਕਲਣ ਲੱਗਦੀ ਹੈ ਫਿਰ ਇਹ ਉਨਾ ਹੀ ਜਾਣੀ ਥੱਲੇ ਡਾਊਨ ਚਲ ਜਾਂਦੇ ਨਰਮ ਮੋਰਲ ਡਾਊਨ ਚਲਦਾ ਮੈਂ ਸਕੁੱਲ ਪਾਸ਼ਨ ਇਹ ਸੁਣਿਆ ਬਾਕੀ ਰਹਿ ਗਈ ਕੰਟੈਂਟ ਦੀ ਗੱਲ ਮੈਂ ਬਹੁਤਾ ਲੰਬਾ ਨਹੀਂ ਕਰੂੰਗਾ ਕੰਟੈਂਟ ਦੇ ਵਿੱਚ ਉਹਨਾਂ ਨੇ ਇਹ ਗੱਲ ਬਿਲਕੁਲ ਦਰਾਈ ਆ ਕਿ ਦੇਖੋ ਇੱਕ ਗੱਲ ਬੜੀ ਸਾਫ ਆ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਚਰਨ ਸਿੰਘ ਦਾ ਵੀ ਨਾਂ ਲਿਆ ਚੌਧਰੀ ਚਰਨ ਸਿੰਘ ਜਿਹੜੇ ਰਹੇ ਕਿਸੇ ਵੇਲੇ ਇਹ ਪਛਮੀ ਜੋ ਪਿੱਛੋਂ ਉਹਨਾਂ ਦਾ ਵੀ ਨਾਂ ਲਿਆ ਉਹਨਾਂ ਨੇ ਸਰਦ ਪਵਾਰ ਦਾ ਵੀ ਨਾਂ ਲਾਇਆ ਤੇ ਮਨਮੋਹਨ ਸਿੰਘ ਦਾ ਖਾਸ ਕਰਕੇ ਨਾਂ ਲਿਆ ਕਿ ਉਹਨਾਂ ਦੀਆਂ ਕੋਟੇਸ਼ਨਾਂ ਪ੍ਰਾਣੀਆਂ ਪੜ੍ਹ-ਪੜ੍ਹ ਕੇ ਸੁਣਾਈਆਂ ਕਿ ਉਹ ਕੀ ਚਾਹੁੰਦੇ ਸੀ ਕਿ ਉਹ ਚਾਉਂਦੇ ਸੀ ਕਿ ਖੁੱਲੀ ਮਾਰਕੀਟ ਹੋਵੇ ਸਾਰਾ ਦੇਸ਼ ਇੱਕ ਮਾਰਕੀਟ ਹੋਵੇ ਮਰਮੋਣ ਸਿੰਘ ਜੀ ਵੀ ਕਹਿੰਦੇ ਸੀ ਅਸੀਂ ਇਹ ਮੰਡੀਆਂ ਪ੍ਰਾਈਵੇਟਾਈਜੇਸ਼ਨ ਕਰਨੀਆਂ ਸਾਰਾ ਕੁਝ ਕਰਨਾ ਕੰਟਰੈਕਟ ਫਾਰਮਿੰਗ ਕਰਨੀਆਂ ਅੱਜ ਸਾਡੇ ਬਹਿਸਕਾਰ ਕਰਦੇ ਆ ਅੱਜ ਵਾਕ ਆਊਟ ਕਰਦੇ ਤੇ ਇਹ ਝੂਠੇ ਆ ਯਾਨੀ ਵਿਰੋਧੀ ਪਾਰਟੀਆਂ ਦੀ ਵੀ ਕਾਫੀ ਖਲ ਉਤਾਰੀ ਉਹਨਾਂ ਨੇ ਆਪਣੇ ਟੰਗ ਦੇ ਨਾਲ ਕਿਸੇ ਹੱਦ ਤੱਕ ਮੈਂ ਉਹਨਾਂ ਨਾਲ ਇਹ ਗੱਲ ਸਹਿਮਤ ਐ ਕਿ ਵਿਰੋਧੀ ਪਾਰਟੀਆਂ ਖਾਸ ਕਰਕੇ ਜਿਹੜੀ ਕਾਂਗਰਸ ਪਾਰਟੀ ਆ ਉਹ ਸਨ 99 99 ਤੋਂ ਮਨਮੋਹਨ ਸਿੰਘ ਜੀ ਤੋਂ ਫਾਈਨੈਂਸ ਮਿਨਿਸਟਰ ਨੇ ਦੇਸੀ ਉਹਦੋਂ 20 ਸਾਲ ਪਛੇ ਨੂੰ ਦੇਸ਼ ਨੂੰ ਲੈ ਜਾਣ ਲਈ ਲੱਗੀ ਹੋਈ ਆ ਹੂੰ ਕਾਂਗਰਸ ਨੂੰ ਸ਼ਹਿਰੀ ਕੋਈ ਕ੍ਰੈਡਿਟ ਮਿਲਦਾ ਕਿ ਕਿਸੇ ਵੇਲੇ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਪਬਲਿਕ ਸੈਕਟਰ ਨਹਿਰੂ ਨੇ ਤੇ ਨਹਿਰੂ ਨੇ ਤੇ ਜਿਹੜੇ ਅਰਲੀ ਪੀਰੀਅਡ ਸੀਗਾ 20 ਸਾਲ ਉਹਦੇ ਚ ਖੜਾ ਕੀਤਾ ਜਿਹੜਾ ਜਿਹਦਾ ਕਿ ਅੱਜ ਵੀ ਹੈਗਾ ਉਹ ਜਿਹੜੀ ਫਾਊਂਡੇਸ਼ਨ ਇਹ ਸਾਰੇ ਬੰਦੇ ਉਹਨੂੰ ਵੇਚ-ਵੇਚ ਕੇ ਭੋਰ-ਭੋਰ ਖਾ ਕੇ ਆਪਣਾ ਬਜਟ ਪੂਰਾ ਕਰਦੇ ਆ ਔਰ ਇਹ ਇਹ ਬਜਟ ਤੇ ਸਪੀਸ ਹੀ ਬਾਈ ਦਾ ਵੇ ਔਰ ਬਜਟ ਜਿਆ ਉੱਤੇ ਕੋਈ ਗੱਲ ਨਹੀਂ ਕੀਤੀ ਕਿ ਜਿਹੜਾ 35 ਲੱਖ ਕਰੋੜ ਦਾ ਬਜਟ ਪੇਸ਼ ਹੋਇਆ ਆ ਉਹਦੇ ਚੋਂ ਅੱਧਾ ਪੈਸਾ ਵਰਲਡ ਬੈਂਕ ਤੇ ਲੋਕਾਂ ਤੋਂ ਮੰਗ ਮੰਗ ਕੇ ਪੂਰਾ ਕਰਨਾ ਜਾਨੀ ਉਹਦੇ ਤੇ ਉਹਦੇ ਤੇ ਟੈਕਸ ਦੇਣਗੇ ਵੱਡਾ ਉਹਦਾ ਜਿਹੜਾ ਇੰਟਰਸਟ ਰੇਟ ਦੇਣਾ ਪਊਗਾ ਉਹਦੇ ਤੇ ਕੋਈ ਗੱਲ ਨਹੀਂ ਕੀਤੀ ਕਿ ਤੁਸੀਂ ਦੇਸ਼ ਨੂੰ ਗਿਰਵੀ ਰੱਖ ਰੱਖ ਕੇ ਪਬਲਿਕ ਸੈਕਟਰ ਨੂੰ ਵੇਚ-ਵੇਚ ਕੇ ਬਿਲਡਿੰਗਾਂ ਤੇ ਜ਼ਮੀਨਾਂ ਦੇਸ਼ ਦੀਆਂ ਵੇਚ-ਵੇਚ ਕੇ ਤੁਸੀਂ ਇਹ ਦੇਸ਼ ਨੂੰ ਚਲਾ ਰਹੇ ਆ ਇਹ ਕੋਈ ਦੇਸ਼ ਨੂੰ ਚਲਾਉਣ ਦੇ ਤਰੀਕੇ ਆ ਤੁਹਾਨੂੰ ਤੇ ਉਂਝੀ ਬੰਦੇ ਨੂੰ ਜਣੇ ਇਹੋ ਜੇ ਬੰਦੇ ਜਿਹੜੇ ਜੋ ਵੀ ਹੈ ਇਹ ਕ੍ਰਿਮੀਨਲ ਕੰਮ ਹੈਗੇ ਆ ਕਿ ਤੁਸੀਂ ਆਪਣੇ ਮਿਸਮੈਨੇਜਮੈਂਟ ਇਟੀ ਵੱਡੇ ਪੱਧਰ ਤੇ ਆ ਤੁਹਾਨੂੰ ਦੇਸ਼ ਲਈ ਦੇਸ਼ ਨੂੰ ਵਧਾਉਣ ਲਈ ਹਾਂ ਹਾਂ ਮਜ਼ਬੂਤ ਕਰ ਲਈ ਦੇਸ਼ ਦੀ ਅਰਥ ਵਿਵਸਥਾ ਠੀਕ ਕਰ ਲਈ ਰੋਜ਼ਗਾਰ ਦੇਣ ਲਈ ਗਰੀਬਾਂ ਦੀ ਦਲਤਾਂ ਦੀ ਮਦਦ ਕਰ ਲਈ ਔਰਤਾਂ ਦੀ ਇੱਜ਼ਤ ਵਧਾਉਣ ਲਈ ਇਸ ਕਰਕੇ ਤੁਹਾਨੂੰ ਗੱਦੀ ਤੇ ਬਿਠਾਇਆ ਸੀ ਉਹ ਤੇ ਕੁਝ ਹੋਇਆ ਨਹੀਂ ਉਹ ਤੇ ਅੱਗੇ ਨਾਲ ਵਿਗੜਿਆ ਵੱਧ ਤੋਂ ਬੱਤਰ ਹੋਈ ਹੈ ਹਾਲਤ ਪਰ ਫਿਰ ਤੁਸੀਂ ਉੱਪਰੋਂ ਚੌੜੇ ਹੋ ਕੇ ਡੀਂਗਾ ਮਾਰਦੇ ਆ ਇਹ ਸਾਰੇ ਇਲਾਜ ਨੀਤੀਗ ਪਾਰਟੀਆਂ ਜਿਹੜੀਆਂ ਜਨਰਲ ਨਹੀਂ ਆਉਂਦੀਆਂ ਔਰ ਉਹਦੇ ਵਿੱਚ ਸਭ ਤੋਂ ਵੱਧ ਜਿਹੜੀ ਅਹਿਮ ਭੂਮਿਕਾ ਹੈ ਇਸ ਵੇਲੇ ਮੋਦੀ ਜੀ ਦੀ ਹੈਗੀ ਤੇ ਉਹਨਾਂ ਦੀ ਪਾਰਟੀ ਦੀ ਹੈਗੀ ਇਹ ਅਫਸੋਸ ਵਾਲੀ ਗੱਲ ਹੈ ਕਿ ਉਹਨਾਂ ਨੇ ਕੁਝ ਵੀ ਇਨ੍ਹਾਂ ਗੱਲਾਂ ਦਾ ਜਵਾਬ ਬਜਟ ਦੀ ਕੋਈ ਹਾਲਤ ਦੱਸਣ ਦੀ ਕਿ ਕਿਵੇਂ ਉਹਨਾਂ ਨੇ ਬਜਟ ਦੇ ਦੇਖੋ ਇਸ ਬਜਟ ਤੇ ਮੈਂ ਜ਼ਰੂਰ ਕਹਿਣਾ ਕਿਉਂਕਿ ਬਜਟ ਦਾ ਹੀ ਜਵਾਬ ਸੀਗਾ ਇਹ ਇਹ ਫਾਰਮਰ ਦਾ ਜਵਾਬ ਨਹੀਂ ਸੀਗਾ ਉਹਦੇ ਵਿੱਚ ਉਹਨਾਂ ਨੇ ਉਧਰ ਨੂੰ ਲੈ ਗਏ ਸਾਰਾ ਬਜਟ ਦੇ ਵਿੱਚ ਉਹਨਾਂ ਨੇ ਮਨਰੇਗਾ ਦੇ ਪੈਸੇ ਕੱਟੇ 30 ਤੋਂ 35% ਜਿਹਦੇ ਚ ਗਰੀਬ ਤੇ ਦਲਿਤ ਔਰਤਾਂ ਨੂੰ ਪਿੰਡਾਂ 'ਚ ਮਿਲਦੇ ਸੀ ਸਕਾਲਰਸ਼ਿਪ ਦੇ ਪੈਸੇ ਘਟਾਏ ਆ ਜਿਹੜੇ ਦਲਿਤ ਸਕਾਲਰਸ਼ਿਪ ਜਿਹੜੇ ਪੜ ਜਾਂਦੇ ਸੀ ਬੱਚੇ ਕੁਝ ਉਹਦੇ ਕਰਕੇ ਇਸੇ ਤਰੀਕੇ ਨਾਲ ਰੂਰਲ ਵਿਕਾਸ ਜਿਹਦੇ ਨਾਂ ਦੇ ਉੱਤੇ ਇੰਨੀਆਂ ਟਾਰਾ ਮਾਰ ਰਹੇ ਸੀ ਖੜੇ ਕੇ ਦੇਖੋ ਮੈਂ ਤੇ ਇਨਕਮ ਦੁੱਗਣੀ ਕਰ ਦੇਣੀ ਮੈਂ ਤੇ ਕਿਸਾਨਾਂ ਦੇ ਹੱਕ ਚ ਕਿਸਾਨ ਬੁੱਧੂ ਵਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਦੂਜੇ ਦੇ ਬੇਕਾਬੇ ਚ ਆ ਜਾਂਦੇ ਆ ਜਿਹੜੇ ਅੰਦੋਲਨ ਜੀਵੀ ਹੈਗੇ ਇਹ ਅੰਦੋਲਨ ਕਿਸਾਨ ਅੰਦੋਲਨ ਕਾਰੀਆ ਹੈ ਪਰ ਜਿਹੜੇ ਇਹ ਅੰਦੋਲਨ ਕਾਰੀਆ ਹੈ ਅੰਦੋਲਨ ਜੀਵੀ ਜਿਹੜੇ ਪੈਰਾਸਾਈਟ ਆ ਉਹ ਇਹਨਾਂ ਤੇ ਆ ਕੇ ਚੱਪਟ ਜਾਂਦੇ ਆ ਫਿਰ ਉਹਨਾਂ ਦੀ ਗੱਲ ਮੰਨਦੇ ਆ ਉਹ ਇਸ ਗੱਲ ਦੀ ਹਾਲਤ ਵਾਝ ਦੇ ਰਹੇ ਸੀ ਕਿ ਮੇਰੀ ਗੱਲ ਕਿਉਂ ਨਹੀਂ ਮੰਨਦੇ ਮੈਂ ਸਭ ਤੋਂ ਵੱਡਾ ਲੀਡਰ ਆ ਮੈਂ ਤੇ ਸਭ ਤੋਂ ਸੱਚਾ ਉੱਚਾ ਆ ਪਰ ਹੁਣ ਲੋਕਾਂ ਨੇ ਪਰਦੇ ਪਿੱਛੋਂ ਉਹਨਾਂ ਦਾ ਮਾਸਕ ਜਦੋਂ ਇੰਜ ਅੱਗੇ ਉਹ ਚੁੱਕਿਆ ਜਿਹੜਾ ਬੜਾ ਸਾਧੂ ਸੰਤਾਂ ਵਾਲਾ ਲੱਗਦਾ ਪਿੱਛੇ ਜਿਹੜਾ ਅਸਲੀ ਮੋਦੀ ਲੋਕਾਂ ਨੇ ਦੇਖ ਲਿਆ ਹੁਣ ਉਹ ਕਿਸੇ ਕਿਸਮ ਦਾ ਭਰੋਸਾ ਨਹੀਂ ਕਰਨਗੇ ਇਹ ਸੋਨੇ ਦਾ ਵੀ ਬਣ ਕੇ ਆ ਜਾਣ ਜੇ ਸੱਚੇ ਵੀ ਹੋਣਗੇ ਤਾਂ ਵੀ ਨਹੀਂ ਕਰਨਗੇ ਕਿਉਂਕਿ ਜਦੋਂ ਇੱਕ ਵਿਚਵਾਚ ਚ ਟਿਕਿਆ ਜਾਂਦਾ ਫਿਰ ਲੋਕ ਕਹਿੰਦੇ ਇਹਦੇ 'ਚ ਵੀ ਕੋਈ ਰਾਜ ਹੋਣਾ ਜਿਉ ਅਥਰੂ ਕੱਲ ਜਿਹੜੇ ਉਹਨਾਂ ਦੇ ਛੁੱਟੇ ਆ ਉਹਦੇ 'ਚ ਜੇ ਕੋਈ ਸੱਚੇ ਵੀ ਅਥਰੂ ਹੋਣਗੇ ਤੇ ਲੋਕਾਂ ਨੇ ਕਹਣਾ ਨਹੀਂ 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 ਐਵੇਂ ਝੂਠੇ ਹੁੰਦੇ ਆ ਐਵੇਂ ਟਿਕਾਇਤ ਵੱਲ ਦੇਖ ਕੇ ਨੇ ਸੋਚਿਆ ਹਣਾ ਕਿ ਇਹਦੀ ਵੀ ਬੱਲੇ ਬੱਲੇ ਹੋ ਜੂਗੀ ਹੁਣ ਨਹੀਂ ਲੋਕਾਂ ਨੇ ਕਹਨੀ ਮਤਲਬ ਇਹ ਲੋਕਾਂ ਦਾ ਜਦੋਂ ਭਰੋਸਾ ਚੁੱਕਿਆ ਜਾਂਦਾ ਐਡੇ ਵੱਡੇ ਪੱਧਰ ਤੇ ਤੇ ਉਹ ਤਕਲੀਫ ਹੈਗੀ ਆ ਉਹਨਾਂ ਨੇ ਆਪਣਾ ਪਹਿਰਾ ਦਿੱਤਾ ਆ ਸ਼ਹਿਰੀ ਕਿ ਅਸੀਂ ਤਿੰਨੇ ਕਾਨੂੰਨ ਤੇ ਲਾਗੂ ਕਰਨੇ ਕਰਨੇ ਆ ਜੋ ਮਰਜ਼ੀ ਹੋ ਜਾ ਤੁਸੀਂ ਜੋ ਕਰਨਾ ਸਾਡਾ ਲਿਬਰਲ ਏਜੰਡਾ ਆ ਇਹ ਦੇਸ਼ ਦੇ ਹਿੱਤ ਵਿੱਚ ਆ ਦੇਸ਼ ਦਾ ਮਤਲਬ ਕਾਰਪੋਰੇਟ ਆ ਜਾਂ ਵਰਲਡ ਬੈਂਕ ਡਬਲਯੂਟੀਓ ਤੇ ਆਈਐਮਐਫ ਆ ਇਹ ਉਹਨਾਂ ਦੀ ਦੇਸ਼ ਦੀ ਡੈਫੀਨੇਸ਼ਨ ਹੈਗੀ ਆ ਦੇਸ਼ ਦੇ ਲੋਕ ਜਿਹੜੇ ਅਸਲੀ ਵਸਿੰਦੇ ਆਮ ਲੋਕ ਆ ਉਹ ਉਹਨਾਂ ਦੀ ਡੈਫੀਨੇਸ਼ਨ ਤੋਂ ਬਾਹਰ ਆ ਇਸ ਕਰਕੇ ਉਹਨਾਂ ਦੇ ਸਿਰ 'ਤੇ ਸੂਟਾ ਮਾਰ ਕੇ ਉਹਨਾਂ ਲੋਕਾਂ ਨੂੰ ਜਿਹੜੇ ਚੰਦ ਇਹਨਾਂ ਦੇ ਚਿਹਤੇ ਆ ਉਹ ਉਹਦੇ ਤੇ ਲਾਈਨ ਤੇ ਅੜੇ ਹੋਇਆ ਹਾਂਜੀ ਸਹੀ ਬਿਲਕੁਲ ਪ੍ਰੋਫੈਸਰ ਸਾਹਿਬ 얘ਥੇ ਨਰਿੰਦਰ ਮੋਦੀ ਨੇ ਕਿਤੇ ਨਾ ਕਿਤੇ ਕਾਂਗਰਸ ਦੇ ਉੱਤੇ ਵੀ ਜਦੋਂ ਛੁਟਕੀ ਲਈ ਤਾਂ ਕਹਿ ਦਿੱਤਾ ਵੀ ਉਹ ਜਿਹੜੇ ਆਗੂ ਨੇ ਬਾਰ-ਬਾਰ ਬਿਲਾ ਦੇ ਰੰਗ ਦੇ ਉੱਤੇ ਬਹੁਤ ਜ਼ਿਆਦਾ ਕਮੈਂਟ ਕਰ ਰਹੇ ਨੇ ਕਿ ਰੰਗ ਕਾਲਾ ਹੈ ਬਿਲਾ ਦਾ ਜਾਂ ਫਿਰ ਚਿੱਟਾ ਹੈ ਉਹ ਕਹਿੰਦੇ ਨੇ ਕੰਟੈਂਟ ਦੇ ਉੱਤੇ ਗੱਲ ਨਹੀਂ ਕੀਤੀ ਜਦਕਿ ਲਗਾਤਾਰ ਕੰਟੈਂਟ ਦੇ ਉੱਤੇ ਚਲੋ ਇੱਥੇ ਕਾਂਗਰਸ ਜੀ ਅਸੀਂ ਜੇ ਨਹੀਂ ਗੱਲ ਕਰਦੇ ਪਰ ਆਮ ਲੋਕ ਜਾਂ ਅਸੀਂ ਜਥੇਬੰਦੀਆਂ ਦੀ ਗੱਲ ਕਰ ਲਈਏ ਲਗਾਤਾਰ ਕੰਟੈਂਟ ਦੇ ਉੱਤੇ ਤਾਂ ਗੱਲ ਹੋ ਰਹੀ ਹੈ ਕਿ ਕੀ ਅੱਗੇ ਹੋਣਾ ਹੈ ਕੀ ਸਹੀ ਹੈ ਕੀ ਨਹੀਂ ਪਰ ਇਹ ਨਰਿੰਦਰ ਮੋਦੀ ਸਿਰਫ ਗੱਲ ਮੰਨਣ ਲਈ ਤਿਆਰ ਨਹੀਂ ਵੀ ਇਸ ਬਿੱਲਾਂ ਦੀ ਸਮਝ ਸਾਰਿਆਂ ਨੂੰ ਹੈਗੀ ਹੈ ਛੇਰੀ ਬਿੱਲਾਂ ਦੇ ਰੰਗ ਦਾ ਤਾਂ ਨਹੀਂ ਹੋਇਆ ਕਾਲੇ ਪੀਲੇ ਦਾ ਮੈਨੂੰ ਪਤਾ ਪਰ ਦਿਲ ਜਰੂਰ ਕਾਲੇ ਹੈਗੇ ਆ ਖਾਸ ਕਰ ਸਾਡੀ ਜਿਹੜੀ ਰਾਜਨੀਤਿਕ ਜਮਾਤ ਆ ਉਹਨਾਂ ਦੇ ਦਿਲਾਂ 'ਚ ਕਾਲਖ ਬਹੁਤ ਭਰੀ ਹੈ ਨਹੀਂ ਤੇ ਇਹੋ ਜਿਹੀਆਂ ਬੇਕਰਤੂਤੀਆਂ ਗੱਲਾਂ ਹੋ ਨਹੀਂ ਸਕਦੀਆਂ ਮੈਂ ਬੜੇ ਸਾਫ਼ ਸ਼ਬਦਾਂ 'ਚ ਕਹਿਣਾ ਹੁਣ ਇਹ ਦੇਖੋ ਇੱਕ ਹੋਰ ਗੱਲ ਹੈ ਇੱਕ ਅੱਜਕਾਲੇ ਰਿਵਾਜ ਚੱਲ ਪਿਆ ਕਿ ਜਿਹਦੇ ਕੋਲ মিডিਆ ਸੋਸ਼ਲ ਮੀਡੀਆ ਖਰੀਦ ਲੈਂਦੇ ਕਾफी ਕੁਛ ਉਹਨਾਂ ਨੂੰ ਕਿਸੇ ਨੂੰ ਲਾਲਚ ਦੇ ਦਿੰਦੇ ਕਿਸੇ ਨੂੰ ਐਡਵਰਟਾਈਜ਼ਮੈਂਟ ਦੇ ਦਿੰਦੇ ਆ ਕਿਸੇ ਨੂੰ ਦਬਾ ਵੀ ਦਿੰਦੇ ਆ ਕਿਸੇ ਦੀ ਕੋਈ ਬਲੈਕਮੇਲ ਕਰਕੇ ਲਿਸਟਾਂ ਤਿਆਰ ਕਰ ਲੈਂਦੇ ਕਿ ਈਡੀ ਲਗਾ ਦੇਾਂਗੇ ਆਈਡੀ ਲੈ ਤੁਹਾਡੇ ਤੇ ਹੈਨਾ ਉਹ ਕਿਸੇ ਨੂੰ ਡਰਾ ਕੇ ਕਿਸੇ ਨੂੰ ਪਰਸੂਏਟ ਕਰਕੇ ਕਿਸੇ ਨੂੰ ਲਾਲਚ ਦੇ ਕੇ ਇਹ ਕੁੱਲ ਮਿਲਾ ਕੇ ਕਾफी ਚੀਜ਼ਾਂ ਆਪਣੇ ਹੱਥ ਚ ਕਰ ਲੈਂਦੇ ਆ ਤੇ ਉਹ ਜਿਹੜਾ ਸ਼ਰਿਆਮ ਝੂਠ ਬੋਲਦਿਆ ਉਸ ਨੂੰ ਸੱਚ ਬਣਾ ਕੇ ਉਹ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਤੇ ਲੋਕਾਂ ਦੇ ਕੋਲ ਕੋਈ ਆਲਟਰਨੇਟਿਵ ਇਨਫੋਰਮੇਸ਼ਨ ਨਹੀਂ ਹੁੰਦੀ ਇਹਨੂੰ ਕਹਿੰਦੇ ਇੱਕ ਟਰਮ ਹੈ ਅੰਗਰੇਜ਼ੀ ਚ ਅੱਜਕੱਲ ਇਹ ਪੋਸਟ ਟਰੂਥ ਮਤਲਬ ਤੁਸੀਂ ਝੂਠ ਨੂੰ ਕਹੀ ਜਾਣਾ ਕਹੀ ਜਾਣਾ ਕਹੀ ਜਾਣਾ ਤੇ ਉਹ ਬਾਅਦ ਚ ਲੋਕਾਂ ਨੂੰ ਉਹੀ ਸੱਚ ਲੱਗਣ ਲੱ ਜਾਂਦਾ ਯਾਰ ਇਹੋ ਹੀ ਸੱਚ ਬਿਲਕੁਲ ਬਿਲਕੁਲ ਇਹ ਹਾਲਤ ਮੋਦੀ ਜੀ ਦੇ ਭਾਸ਼ਣਾਂ ਦੀ ਆ ਮੋਦੀ ਜੀ ਦੇ ਸ਼ਬਦਾਂ ਦੀ ਉਹ ਬੋਲੀ ਜਾਂਦੇ ਝੂਠ ਬੋਲੀ ਜਾਂਦੇ ਬੋਲੀ ਜਾਂਦੇ ਇਹ ਜਿਹੜਾ ਤੁਸੀਂ ਕਿਹਾ ਬਿਲਕੁਲ ਉਹ ਵੀ ਇਹੀ ਹੈ ਕਿ ਜਦ 23 ਤਰਮੀਮਾਂ ਉਹਨਾਂ ਦੇ ਹੱਥ ਚ ਫੜਾਤੀਆਂ ਕੱਲੀ-ਕੱਲੀ ਇੱਕ-ਇੱਕ ਆਈਟਮ ਤੀਜੀ ਚੌਥੀ ਮੀਟਿੰਗ ਚ ਹੋ ਗਿਆ ਸੀ ਇਹ 11 ਮੀਟਿੰਗਾਂ ਹੋਈਆਂ ਤੀਜੀ ਚੌਥੀ ਮੀਟਿੰਗ ਜਿਹੜੀ 7 ਘੰਟੇ ਮੀਟਿੰਗ ਚੱਲੀ ਦਿੱਲੀ ਚ ਉਹਦੇ ਚ ਸਾਡੇ ਕਿਸਾਨ ਵੀਰਾਂ ਨੇ ਹੋਰ ਨਾ ਨੇ ਉਹਦੇ ਚ ਬੱਚਾ ਨੂੰ ਸਮਝਾਇਆ ਸੀ ਉਹਨਾਂ ਕੋਲ ਵੱਡੇ ਵੱਡੇ ਵਕੀਲ ਸੀ ਕੱਲੀ ਕੱਲੀ ਬਹਿਸ ਘਰ ਚ ਕਰਨ ਤੋਂ ਬਾਅਦ ਜਦੋਂ ਇਹਨਾਂ ਦੀ ਜਿਹੜਾ ਤੋਮਰ ਜੀ ਹੈਗੇ ਆ ਗੋਇਲ ਹੈਗੇ ਆ ਜਾਂ ਸੋਮ ਪ੍ਰਕਾਸ਼ ਇਹਨਾਂ ਦੀ ਮੀਟਿੰਗ ਦੇ ਵਿੱਚ 7 ਘੰਟੇ ਉਹਨਾਂ ਦੀ ਇਹੋ ਜਿਹੀ ਸਕੂਲਿੰਗ ਕੀਤੀ ਇਹੋ ਜਿਹਾ ਪੜਾਇਆ ਉਹਨਾਂ ਨੂੰ ਉਹ ਸ਼ਰਮਿੰਦੇ ਹੋ ਕੇ ਗਏ ਇੰਨੇ ਵੇ ਕਿ ਜੇ ਕਿਸਾਨ ਇੰਨੇ ਤੇਜ਼ ਜਾਂ ਕਿਸਾਨ ਇੰਨੀ ਚੀਜ਼ ਨੂੰ ਫੜਦੇ ਇੰਨਾ ਤੇ ਉਹ ਖੁਦ ਨਹੀਂ ਸੀ ਸਮਝਦੇ ਕਿਉਂਕਿ ਉਹ ਤੇ ਮੋਦੀ ਭਗਤ ਹੈ ਗਿਆ ਤੇ ਮੋਦੀ ਭਗਤ ਪੜਦਾ ਨਹੀਂਗਾ ਭਗਤੀ ਜ਼ਿਆਦਾ ਕਰਦਾ ਕੋਈ ਵੀ ਹੋਵੇ ਬਿਲਕੁਲ ਹੂੰ ਉਹ ਤੋਂ ਬਾਅਦ ਸ਼ੈਰੀ ਉਹ ਤੋਂ ਬਾਅਦ ਸ਼ੈਰੀ ਅਜੇ ਵੀ ਪ੍ਰਧਾਨ ਮੰਤਰੀ ਜੀ ਇਹ ਕਹਿਣ ਕਿ ਮੈਨੂੰ ਇਹ ਦੱਸੋ ਵੀ ਇਹਦੇ ਜ ਮਾੜਾ ਕਿਹੜੀ ਗਲਤੀ ਕਿਹੜੀ ਐਵੇਂ ਤੁਸੀਂ ਛੱਕ ਕਰੀ ਜਾਂਦੇ ਆ ਕਦੀ ਜ਼ਮੀਨਾਂ ਦਾ ਕਹਿੰਦੇ ਆ ਨਹੀਂ 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 ਇਹ ਇਹ ਹਮ ਜੋ ਕਹਿਰ ਕਰ ਰਹੇ ਹਾਂ ਹਮ ਸੋ ਸਮਝ ਕੇ ਕਰ ਰਹੇ ਹਾਂ ਜੇ ਹਮਾਰੀ ਜ਼ਿੰਮੇਦਾਰੀ ਹੈ ਉਹ ਕਹਿੰਦੇ ਅਫਵਾਹਾਂ ਦਾ ਸ਼ਿਕਾਰ ਹੋ ਰਹੇ ਨੇ ਉਹ ਕਹਿੰਦੇ ਕਿਸਾਨਾਂ ਨੂੰ ਅਫਵਾਹਾਂ ਦਾ ਸ਼ਿਕਾਰ ਕਿਸਾਨ ਹੋ ਰਹੇ ਨੇ ਪਰਮ ਜਾ ਰਿਹਾ ਉਹਨਾਂ ਨੂੰ ਬਾਰ-ਬਾਰ ਉਹਨਾਂ ਨੂੰ ਵਰਗਾਇਆ ਜਾ ਰਿਹਾ ਹੈ ਔਰ ਕੁਝ ਪਰਜੀਵੀ ਅੰਦੋਲਨ ਜੀ ਵੀ ਜਿਵੇਂ ਕਿ ਤੁਸੀਂ ਹੁਣ ਕਹਿ ਰਹੇ ਹੋ ਇਹ ਤਾਂ ਕਈ ਦਿਨਾਂ ਦਾ ਰੱਟਾ ਉਹਨਾਂ ਨੇ ਮਾਰਿਆ ਹੀ ਹੋਇਆ ਜਦੋਂ ਦੀ ਵੀ ਸੰਸਦ ਦੀ ਕਾਰਵਾਈ ਸ਼ੁਰੂ ਹੋਈ ਹੈ ਸੈਸ਼ਨ ਦੇ ਵਿੱਚ ਲਗਾਤਾਰ ਇਹ ਸ਼ਬਦ ਜਿਹੜੇ ਹੈ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਬੋਲੇ ਜਾ ਰਹੇ ਨੇ ਹਾਂ ਮੈਨੂੰ ਸ਼ਹਿਰੀ ਇਸ ਗੱਲ ਦਾ ਅਫਸੋਸ ਹੈ ਨਾ ਕਿ ਜੇ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਸਾਡਾ ਵੀ ਪ੍ਰਧਾਨ ਮੰਤਰੀ ਹੈ ਉਹਨਾਂ ਅੰਦੋਲਨਕਾਰੀਆਂ ਦਾ ਵੀ ਹੈ ਤੇ ਉਹਨਾਂ ਅੰਦੋਲਨ ਜੀਵੀਆਂ ਦਾ ਵੀ ਹੈ ਕਿਉਂਕਿ ਵੋਟ ਤੇ ਹਰ ਕੋਈ ਪਹੁੰਚਦਾ ਹੈ ਨਾ ਉਹ ਇੱਕ ਪਾਰਟੀ ਦੇ ਪ੍ਰਧਾਨ ਨੇ ਪਰ ਪ੍ਰਧਾਨ ਇਹ ਸਾਡੇ ਪ੍ਰਧਾਨ ਮੰਤਰੀ ਪਹਿਲੇ ਇਹੋ ਜਿਹੇ ਹੋਇਆ ਜਿਹੜੇ ਹਮੇਸ਼ਾ ਪਾਰਟੀ ਦੇ ਨਾਲ ਗੱਲ ਕਰਦੇ ਉਹਨਾਂ ਨੂੰ ਇਹ ਲੱਗਦਾ ਜਾਂ ਤੇ ਮੈਂ ਆਰਐਸਐਸ ਨੂੰ ਅਕਾਉਂਟੇਬਲ ਆ ਜਾਂ ਮੈਂ ਬੀਜੇਪੀ ਨੂੰ ਆ ਹੋਰ ਉਹ ਤੇ ਆਪਣੇ ਜਿਹੜੇ ਸੰਗੀ ਸਾਥੀ ਜਐਨਡੀਏ ਦੇ ਉਹਨਾਂ ਨੂੰ ਵੀ ਨਹੀਂ ਪੁੱਛਦੇ ਆ ਕਾਲੀਆਂ ਨੇ ਬਾਹਰ ਆ ਕੇ ਭਾਂਡਾ ਫੋੜਿਆ ਜਾਂ ਕਿਸੇ ਨੂੰ ਨਹੀਂ ਪੁੱਛਦੇ ਆਪਣੀ ਮਰਜ਼ੀ ਕਰਦੇ ਆ ਇਸ ਲਈ ਇਸ ਲਈ ਇੰਨਾ ਜਦੋਂ ਸੱਤਾ ਦਾ ਕੇਂਦਰੀਕਰਨ ਹੋ ਜਾਏ ਤਾਂ ਉਹਦੇ ਵਿੱਚ ਇਹ ਲੋਕਾਂ ਨੂੰ ਜਿਹੜਾ ਮੈਂ ਮੈਂ ਇੱਕ ਸਾਫ਼ ਟਰਮ ਆ ਤੁਹਾਡੇ ਵੀ ਮੈਂ ਇੱਥੇ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਨਾ ਅੰਦੋਲਨਕਾਰੀਆਂ ਨੂੰ ਅੰਦੋਲਨ ਜੀਵੀ ਜੇ ਤੋ ਕਹਿੰਦੇ ਆ ਤੇ ਇਹ ਮੋਦੀ ਜੀ ਏ ਕਲਾਸ ਸੱਤਾ ਜੀਵੀ ਹੈਗੇ ਆ ਸਮਝੇ ਹਰ ਛੋਟੀ ਤੇ ਛੋਟੀ ਗੱਲ 'ਚ ਜੇ ਕਿਸੇ ਨੂੰ 4 ਪੈਸੇ ਦੇਣੇ ਆ ਉਹਦੇ 'ਚ ਵੀ ਸੱਤਾ ਲੱਭਣੀ ਆ ਜੇ ਕਿਸੇ ਦੇ ਵਿੱਚ ਨਫਰਤ ਫੈਲਾਉਣੀ ਆ ਉਹ 'ਚ ਵੀ ਸੱਤਾ ਲੱਭਣੀ ਆ ਜੇ ਕਿਸੇ ਦੀ ਲੜਾਈ ਕੋਈ ਦੰਗੇ ਕਰਾਉਣੇ ਆ ਉਹਦੇ 'ਚ ਵੀ ਸੱਤਾ ਲੱਭਣੀ ਆ ਜੇ ਕਿਸੇ ਦੀ ਤਾਰੀਫ ਕਰਨੀ ਆ ਉਹਦੇ 'ਚ ਵੀ ਸੱਤਾ ਲੱਭਣੀ ਇਹ ਸੱਤਾ ਜੀਵੀ 24 ਘੰਟੇ ਜਿਤਨਾ ਬੰਦਾ ਕੋਈ ਸੱਤਾ ਲਈ ਹਲਕਿਆ ਹੋਵੇ ਕਿ 24 ਘੰਟੇ ਮੈਨੂੰ ਬੰਗਾਲ ਚ ਮਿਲ ਜੇ ਹੁਣ ਸਾਮ ਚ ਮਿਲ ਜੇ ਯਾਨੀ ਇੱਕ ਵੀ ਗੱਲ ਇਨ੍ਹਾਂ ਦੀ ਭਾਵੇਂ ਉਹ ਆਰਥਿਕ ਵੱਲ ਹੋਵੇ ਭਾਵੇਂ ਉਹ ਸਮਾਜਿਕ ਹੋਵੇ ਭਾਵੇਂ ਧਾਰਮਿਕ ਹੋਵੇ ਉਹ ਹਰ ਗੱਲ ਚ ਜਿਹੜਾ ਮਕਸਦ ਹੁੰਦਾ ਕਿ ਮੈਨੂੰ ਹੋਰ ਸੱਤਾ ਕਿਵੇਂ ਮਿਲੇ ਪਤਾ ਨਹੀਂ ਇੰਨੀ ਹੰਗਰ ਹੈ ਸੱਤਾ ਲਈ ਇਹ ਸੱਤਾ ਜੀਵੀ ਹੈ ਤੇ ਇੱਕੋ ਤਰੀਕੇ ਨਾਲ ਸੱਤਾ ਲਈ ਹਲਕਾਏ ਫਿਰ ਨਾ ਇਹ ਮਾੜੀ ਗੱਲ ਹੈਗੀ ਆ ਇਸ ਲਈ ਲੋਕਾਂ ਦਾ ਵੈਲਫੇਅਰ ਕਰਨਾ ਜਦੋਂ ਤੁਹਾਨੂੰ ਇੱਕ ਚਾਂਸ ਮਿਲ ਗਿਆ 5 ਸਾਲ ਮਿਲ ਗਿਆ 10 ਸਾਲ ਹੁਣ ਮਿਲ ਗਿਆ ਤੁਸੀਂ ਵੱਧ ਤੋਂ ਵੱਧ ਜੋ ਸੇਵਾ ਕਰਨੀ ਆ ਉਹ ਗਣਾਓ ਉਹ ਦੱਸਣ ਸਾਨੂੰ ਕਿਹੜੀ ਗੱਲ ਆ ਇਹ ਕਹਿੰਦੇ ਇਹਨਾਂ ਨੇ ਕਿਹਾ ਕਿ ਮੈਂ ਜਿਹੜੇ ਕਿਸਾਨ ਆ ਗਰੀਬ ਕਿਸਾਨ ਆ 86% 5 ਏਕੜ ਤਾਂ 5 ਏਕੜ ਤੋਂ ਥੱਲੇ ਵਾਲੇ ਆ ਜਾਂ ਦਲਿਤ ਸਮੁਦਾਇ ਹੈਗਾ ਉਹਨਾਂ ਲਈ ਮੇਰਾ ਦਿਲ ਬਹੁਤ ਰੋਂਦਾ ਦੇਲੇ ਰੁੰਦਾ ਤੇ ਉਹ ਦਿਖਣਾ ਨਹੀਂ ਚਾਹੀਦਾ ਪੈਸਾ ਦਿਓ ਨਾ ਉਹਨਾਂ ਨੂੰ ਫਿਰ ਉਹਨਾਂ ਨੂੰ ਨੌਕਰੀਆਂ ਦਿਓ ਉਹਨਾਂ ਦੇ ਕਾਲਜ ਚੰਗੇ ਕਰਾਓ ਉਹਨਾਂ ਦੀ ਪੜ੍ਹਾਈ ਚੰਗੀ ਕਰਾਓ ਉਹਨਾਂ ਦੇ ਹਸਪਤਾਲ ਸਸਤੇ ਉਹਨਾਂ ਨੂੰ ਇਲਾਜ ਕਰਵਾਓ ਉਹਨਾਂ ਦੇ ਨਿਆਣੇ ਦੇ 43% ਅਜੇ ਅਨੀਮਿਕ ਹੈਗੇ ਆ ਅੱਧਾ ਦੇਸ਼ ਜਿਹੜਾ ਅਜੇ ਵੀ ਪੂਰਾ ਢਿੱਡ ਭਰ ਕੇ ਰੋਟੀ ਨਹੀਂ ਖਾ ਸਕਦਾ ਜੇ ਖਾਂਦਾ ਤੇ ਸਿਰਫ ਢਿੱਡ ਭਰਨ ਵਾਲੀ ਕੋਈ ਬੈਲੈਂਸਡ ਡਾਈਟ ਨਹੀਂ ਹੁੰਦੀ ਯਾਨੀ ਤੁਸੀਂ ਦੇਖੇ ਨਹੀਂ ਸੀਗੇ ਜਦੋਂ ਕੋਰੋਨਾ ਅਟਕਾਲ ਦੇ ਪੀਰੀਅਡ ਦੇ ਵਿੱਚ ਪੈਦਲ ਹਜ਼ਾਰ-ਹਜ਼ਾਰ ਡੇਡ-ਡੇਡ ਹਜ਼ਾਰ ਕਿਲੋਮੀਟਰ ਚੱਲ ਕੇ ਗਏ ਇੱਕ ਵਾਰੀ ਇਸ ਬੰਦੇ ਨੇ ਇਹਦਾ ਜ਼ੁਬਾਨ ਛੜ ਜੇ ਜੇ ਨੇ ਇੱਕ ਵਾਰੀ ਵੀ ਉਹਨਾਂ ਦੇ ਹੱਕ ਚ ਬੋਲਿਆ ਹੋਵੇ ਕਿ ਉਹ ਸਾਡੇ ਅਸੀਂ ਉਹਨਾਂ ਨੂੰ ਇੰਨੀ ਤਕਲੀਫ ਦਿੱਤੀ ਅਸੀਂ ਮਾਫੀ ਮੰਗਦੇ ਹਾਂ ਉਹਨਾਂ ਦੇ ਕੋਲ ਉਲਟਾ ਅਸੀਂ ਜੀ 150 150 ਦੇਸ਼ਾਂ ਦੇ ਵਿੱਚ ਗੋਲੀਆਂ ਵੇਚ ਦਿੱਤੀਆਂ ਆਪਣੀਆਂ ਵੇਚਣ ਦਾ ਕੰਮ ਕਰੀ ਜਾਂਦਾ ਇਹ ਚਾਹ ਵੇਚਣ ਤੋਂ ਲੈ ਕੇ ਗੋਲੀਆਂ ਵੇਚਣ ਤੱਕ ਇੱਕੋ ਹੀ ਸਾਈਕੋਲੋਜੀ ਆ ਇਹਦੀ ਕਿ ਪੈਸਾ ਕਿੱਥੇ ਕੱਟਾ ਕਰਨਾ ਦੇਸ਼ ਦਾ ਨਾਮ ਕਾਰਪੋਰੇਟਨ ਮਜ਼ਬੂਤ ਕਰਕੇ ਦੇਸ਼ ਦਾ ਨਾਮ ਬਣਾਉਣਾ ਆਮ ਬੰਦਾ ਜਿਹੜਾ ਧਰਤੀ ਨਾਲ ਜੁੜਿਆ ਜਿਹੜਾ ਰੋਜ਼ਮਰ ਦਾ ਜੀਵਨ ਜੀਣ ਲਈ ਸਟਰਗਲ ਕਰਦਾ ਇਹਦੇ ਲਈ ਭੋਰਾ ਪਰ ਵੀ ਸਿੰਪਲੀ ਇਹਨਾਂ ਦੇ ਮਨ 'ਚ ਹੈ ਨਹੀਂ ਇਹਨਾਂ ਨੂੰ ਸਿਰਫ ਉਹ ਚਲਦੀਆਂ ਫਿਰਦੀਆਂ ਵੋਟਾਂ 'ਤੇ ਨਜ਼ਰ ਆਉਂਦਾ ਇਨਸਾਨ ਨਹੀਂ ਨਜ਼ਰ ਆਉਂਦਾ ਬਿਲਕੁਲ ਪ੍ਰੋਫੈਸਰ ਸਾਹਿਬ ਇਹ ਵੀ ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਕਹੀ ਕਹਿੰਦੇ ਪਹਿਲੀ ਵਾਰੀ ਸਦਨ ਦੇ ਵਿੱਚ ਜਿਹੜਾ ਨਵਾਂ ਤਰਕ ਆਇਆ ਕਹਿੰਦੇ ਮੰਗਿਆ ਨਹੀਂ ਤਾਂ ਦਿੱਤਾ ਕਿਉਂ ਯਾਨੀ ਕਿ ਕਿਸਾਨਾਂ ਨੂੰ ਤੰਜ ਲਗਾ ਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਮੰਗਣ ਤੇ ਦੇਣ ਦਾ ਮਤਲਬ ਨਹੀਂ ਹੈ ਹਿੰਦੁਸਤਾਨ ਇੰਨਾ ਵੱਡਾ ਦੇਸ਼ ਹੈ ਦੇਸ਼ ਦੇ ਕਿਸੇ ਕੋਨੇ 'ਚ ਇਸ ਦਾ ਫਾਇਦਾ ਹੋਏਗਾ ਦੇਜ ਪ੍ਰਥਾ ਦੇ ਐਗਜ਼ਾਮਪਲ ਦਿੰਦੇ ਆਏ ਬਾਲ ਵਿਆਹ ਦੀ ਖਿਲਾਫ ਕਹਿੰਦੇ ਕਿਸੇ ਦੇ ਕਾਨੂੰਨ ਦੀ ਮੰਗ ਨਹੀਂ ਕੀਤੀ ਸੀ ਪਰ ਪ੍ਰਗਤੀਸ਼ੀਲ ਕਹਿੰਦੇ ਕਾਨੂੰਨ ਲਈ ਜ਼ਰੂਰੀ ਸੀ ਇਸ ਲਈ ਇਹ ਕਰ ਦਿੱਤੇ ਮਤਲਬ ਇਹ ਇਹ ਜਿਹੜੀ ਥੋਪਾ ਥਪਾਈ ਵਾਲਾ ਸਿਲਸਿਲਾ ਹੈ ਆਪ ਹੀ ਉਹਨਾਂ ਨੇ ਕਈ ਕਾਨੂੰਨ ਵੀ ਗਨਵਾ ਦਿੱਤੇ ਥੋਪਾ ਥਪਾਈ ਵਾਲਾ ਸਿਲਸਿਲਾ ਹੈ ਕਹਿੰਦੇ ਕਿ ਨਵਾਂ ਤਰਕ ਹੈ ਕਿਉਂਕਿ ਪਹਿਲੀ ਵਾਰੀ ਮਤਲਬ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਵੀ ਕੋਈ ਤਬਕਾ ਇੰਨੇ ਵੱਡੇ ਪੱਧਰ ਦੇ ਉੱਤੇ ਆ ਕੇ ਸਾਡੇ ਖਿਲਾਫ ਹੋ ਗਿਆ ਕਿ ਮੰਨਣਾ ਨੂੰ ਤਿਆਰ ਹੀ ਨਹੀਂ ਤੇ ਦਿੱਲੀ ਘੇਰੀ ਫਿਰਦਾ ਇਹ ਸਟਾਲਿਨਿਸਟ ਸੋਚ ਹੈਗੀ ਆ ਸਟਾਲਿਨਿਸਟ ਸੋਚ ਇਹੋ ਹੀ ਉਹਨਾਂ ਦੀਆਂ ਪਾਰਟੀਆਂ ਦੀ ਸੀ ਜਿਹੜੀਆਂ ਬਾਅਦ ਵਿੱਚ ਜਿਵੇਂ ਹਾਊਸ ਆਫ ਕਾਰਡਸ ਥਿੱਲਰ ਜਾਂਦਾ ਇੰਜੀ ਸੋਵੀਅਤ ਯੂਨੀਅਨ ਥਿੱਲਰ ਗਿਆ ਸੀ ਨਾ ਜਿੱਦੋ ਇਹ ਬਿਲਕੁਲ ਉਹੀ ਸੋਚਿਆ ਤੁਸੀਂ ਹਿਟਲਰ ਕਹਿ ਲਓ ਜਾਂ ਸਟਾਲਿਨਿਸਟ ਜਾਨੀ ਸੈਂਟਰਲਾਈਜ਼ਡ ਮੈਂ ਕਿਸੇ ਬੰਦੇ ਦਾ ਨਹੀਂ ਨਾਮ ਲੈ ਰਿਹਾ ਮੈਂ ਉਸ ਕਿਸਮ ਦੀ ਰਾਜ ਕਰਨ ਦੀ ਪ੍ਰਣਾਲੀ ਦਾ ਨਾਮ ਲੈ ਰਿਹਾ ਇਹ ਬੰਦੇ ਬਿਲਕੁਲ ਉਸੇ ਤਰ੍ਹਾਂ ਹੀ ਆ ਕਿ ਟੋਟਲ ਸੈਂਟਰਲਾਈਜੇਸ਼ਨ ਪਾਵਰ ਦਾ ਜਿਹੜਾ ਕਰਨਾ ਹੈਗਾ ਫੇਰ ਉਹਦੇ ਚੋ ਕੀ ਹੈ ਕਿ ਜੋ ਅਸੀਂ ਕਰਾਂਗੇ ਜੋ ਅਸੀਂ ਕਹਾਂਗੇ ਜੋ ਅਸੀਂ ਸੋਚਦੇ ਆ ਸਾਰਿਆਂ ਨੂੰ ਉਹਨੂੰ ਯਸ ਸਰ ਜੈ ਸਰ ਜੈ ਸਰ ਕਰਨਾ ਚਾਹੀਦਾ ਇਹਹੀ ਤਾਨਾਸ਼ਾਈ ਮਾਈਂਡ ਹੁੰਦਾ ਇਹ ਤਾਨਾਸ਼ਾਹ ਦਾ ਇੱਕ ਮਾਈਂਡ ਬੋਲ ਰਿਹਾ ਕਿ ਤੁਸੀਂ ਕੌਣ ਨੇ ਤੁਹਾਨੂੰ ਤਾਂ ਪਤਾ ਹੀ ਨਹੀਂ ਹੈ ਤੁਸੀਂ ਹਨਪੜ ਲੋਕ ਹੈਂ ਪਿੰਡਾਂ 'ਚ ਬੈਠੇ ਆ ਆਗੇ ਇੱਥੇ ਸਾਡੇ ਹੁਣ ਇਹ ਸਭ ਤੋਂ ਵੱਧ ਕਿਹਦੇ ਤੇ ਜ਼ੋਰ ਲਾਉਂਦੇ ਆ ਕਿ ਜਿਹੜੇ ਪੜ੍ਹੇ ਲਿਖੇ ਲੋਕ ਉਹਨਾਂ ਦੇ ਕਿਸਾਨਾਂ ਦੀ ਲੀਡਰਸ਼ਿਪ ਦੇ ਨਾਲ ਜੁੜੇ ਆ ਇਹਨਾਂ ਦੇ ਢਿੱਡ 'ਚ ਇੰਨੀ ਰੋਜ਼ ਦਰਦ ਹੁੰਦੀ ਹੈ ਜਿਹੜੇ ਵੀ ਇਹ ਬੀਜੇਪੀ ਦੇ ਲੀਡਰ ਆ ਕਿ ਉਹ ਕਿਉਂ ਜੁੜੇ ਆ ਕਿਉਂ ਉਹਨਾਂ ਨੂੰ ਸਮਝਾ ਰਿਆ ਸੀ ਤੇ ਇਹਨਾਂ ਨੂੰ ਉਹਨਾਂ ਦੀ ਪਿਛੜਾ ਲੈਣਾ ਸੀਗਾ ਉਹਨਾਂ ਦੀ ਧੋਖਾ ਧੜੀ ਦੇ ਨਾਲ ਕੁਝ ਨਾ ਕੁਝ ਇਹਨਾਂ ਨੂੰ ਘਰਾਂ ਨੂੰ ਤੋੜ ਦੇਣਾ ਸੀ ਮਾੜਾ ਮੋਡਾ ਚਾਰ ਪੈਸੇ ਦੇ ਕੇ ਤੇ ਚਾਰ ਪੈਸੇ ਦਾ ਮਤਲਬ ਥੋੜਾ ਬਹੁਤ ਬੈਨੀਫਿਟ ਦੇ ਕੇ ਤੇ ਇਹ ਜਿਹੜੇ ਬੰਦੇ ਆ ਇਹ ਉਹਨਾਂ ਨੂੰ ਪੋਲਿਟੀਕਲ ਐਜੂਕੇਸ਼ਨ ਉਹਨਾਂ ਦੀ ਕਰ ਰਿਹਾ ਹੈ ਇਸ ਸਟਰੈਟਜੀ ਉਹਨਾਂ ਦੀ ਜਿਹੜੇ ਪੜੇ ਲਿਖੇ ਬੰਦੇ ਆ ਯਾਦਵ ਨੂੰ ਸਮਝਦੇ ਆ ਜਾਂ ਹੋਰ ਬੰਦੇ ਬਹੁਤ ਸਾਰੇ ਉੱਥੇ ਅਗੇ ਪ੍ਰਸ਼ਾਂਤ ਪੂਛੇ ਨਾ ਅਗੇ ਆ ਸਾਡੇ ਅਰਗੇ ਸਾਰੇ ਬੰਦੇ ਉੱਥੇ ਜਾਂਦੇ ਉਹਨਾਂ ਤੋਂ ਉਹਨਾਂ ਨੂੰ ਕਹਿੰਦੇ ਆ ਇਹ ਅੰਦੋਲਨ ਜੀਵੀ ਆ ਉਹਨਾਂ ਨੂੰ ਬਹੁਤ ਹੀ ਡੈਗਰੇਟਰੀ ਟਰਮ ਡੈਗ ਉਹਨਾਂ ਉਪਰਕਾਰ ਇਹ ਇਹਨਾਂ ਨੂੰ ਹੁਣ ਉਹਨਾਂ ਨੂੰ ਦਰਦੀ ਇਹੀ ਹੈ ਕਿ ਇਹ ਕਿਉਂ ਇਸ ਗੱਲ ਨੂੰ ਲੰਬ-ਲੰਬ ਕੇ ਉਹਨਾਂ ਨੂੰ ਸਮਝਾ ਰਹੇ ਹੁਣ ਆਪ ਜਿਹੜੇ ਆ ਮੋਦੀ ਜੀ ਜਿਹੜੀ ਉਹਨਾਂ ਨੇ ਕਿੰਨੀਆਂ ਬੰਦਿਆਂ ਦੀ ਐਗਜ਼ਾਮਪਲ ਦਿੱਤੀ ਕਿ ਮੇਰਾ ਠੇਕ ਆਇਆ ਜਿਹੜੀ ਸਟਾਲਿਨਿਸਟ ਮਾਈਂਡ ਆ ਜਦ ਮੈਨੂੰ ਪਤਾ ਕਿ ਤੁਹਾਡਾ ਫਾਇਦਾ ਤੁਸੀਂ ਮੰਨੂ ਇਸ ਗੱਲ ਦਾ ਤੁਹਾਨੂੰ ਫਾਇਦਾ ਇਹ ਗੱਲ ਬਾਤ ਕਰ ਰਹੇ ਆ ਪਰ ਲੋਕੀ ਲੋਕੀ ਨੇ ਜਿਵੇਂ ਪਹਿਲਾਂ ਕਿ ਉਹ ਸਮਝ ਗਏ ਆ ਕਿ ਮੋਦੀ ਜੀ ਤੁਹਾਡੀ ਅਸਲੀਅਤ ਕੀ ਹੈ ਤੁਸੀਂ ਪੰਜਾ ਸੱਤਾ ਬੰਦਿਆਂ ਦਾ ਫਾਇਦਾ ਕਰਨਾ ਚਾਹੁੰਦੇ ਹੋ ਪੂਰਾ ਦੇਸ਼ ਉਹਨਾਂ ਨੂੰ ਵਿੱਚ ਚੜਨਾ ਉਹ ਉਹਨਾਂ ਨੂੰ ਸਾਫ ਸਾਫ ਨਜ਼ਰ ਆ ਗਿਆ ਔਰ ਉਹ ਹੋਣ ਇਹਨਾਂ ਦੀਆਂ ਗੱਲਾਂ ਦੇ ਇਸ ਛੇਪ ਦੇ ਵਿੱਚ ਨਹੀਂ ਆਉਣ ਨੂੰ ਤਿਆਰ ਹਾਂਜੀ ਪ੍ਰੋਫੈਸਰ ਸਾਹਿਬ ਇੱਕ ਗੱਲ ਉਹਨਾਂ ਨੇ ਹੋਰ ਕਹੀ ਹੈ ਕਹਿੰਦੇ ਕਿ ਅਸੀਂ ਕੋਈ ਸਮੰਤਵਾਦੀ ਹਾਂ ਕਿ ਜਿਹੜਾ ਦੇਸ਼ ਦੀ ਜਨਤਾ ਸਾਡੇ ਤੋਂ ਮੰਗੇ ਕਹਿੰਦੇ ਜਿਹੜੀ ਮੰਗਣ ਵਾਲੀ ਸੋਚ ਹੈ ਉਹ ਲੋਕਤੰਤਰੀ ਨਹੀਂ ਹੁੰਦੀ ਨਹੀਂ 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 ਕਿਹੜੀ ਲੋਕਤੰਤਰੀ ਇਹਨਾਂ ਨੇ ਕੀ ਦਿੱਤਾ ਆ ਕੀ ਦਿੱਤਾ ਮੈਨੂੰ ਦੱਸਣਾ ਜਿਹੜਾ ਬਿਨਾਂ ਮੰਗਿਆ ਤੁਸੀਂ ਮੰਗਿਆ ਤੋਂ ਨਹੀਂ ਦਿੰਦੇ ਹੈਗੇ ਆ ਲੋਕਤੰਤਰ ਇਸ ਗੱਲ ਤੇ ਸਾਰੀ ਦੁਨੀਆ ਭਾਵੇਂ ਅਮਰੀਕਨ ਗਵਰਨਮੈਂਟ ਵੱਲੋਂਾਂ ਜਾਂ ساری ਦੁਨੀਆ ਦੇ ਵਿੱਚ ਕਿ ਉਹ ਇਸ ਪੀਸਫੁਲ ਪ੍ਰੋਟੈਸਟ ਦੀ ਇੱਕ ਬਹੁਤ ਹੀ ਐਪਰੀਸੀਏਸ਼ਨ ਇਸ ਕਰਕੇ ਕਰ ਰਿਹਾ ਕਿ ਇਹ ਪੀਸਫੁਲ ਆ ਬਹੁਤ ਵੱਡਾ ਵਿਸ਼ਾਲ ਆ ਬਹੁਤ دیر ਦਾ ਲੱਗਾ ਔਰ ਬਹੁਤ ਕੁਝ ਉਹਨਾਂ ਨੇ ਚੱਲਿਆ ਔਰ ਨਾਲ ਹੀ ਉਹ ਇਸ ਗੱਲ ਤੇ ਵੀ ਇਸ ਗੱਲ ਦੀ ਐਪਰੀਸੀਏਸ਼ਨ ਕਰ ਰਿਹਾ ਔਰ ਕਹਿ ਰਹੇ ਆ ਕਿ ਇਹ ਇਤੋਂ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਉਹਦੀ ਇੱਕ ਐਪਰੀਸੀਏਸ਼ਨ ਕਰਨੀ ਚਾਹੀਦੀ ਆ ਇਹ ਇੱਕ ਸਟਰਗਲ ਆ ਪਰ ਇਹਨਾਂ ਨੂੰ ਇੰਜ ਹੀ ਨਜ਼ਰ ਆਉਂਦਾ ਇਹਨਾਂ ਤੇ ਆਉਂਦਾ ਕਿ ਪਤਾ ਨਹੀਂ ਪੈਰਾਸਾਈਟਸ ਕਿੱਥੋਂ ਆ ਗਏ ਉਹਨਾਂ ਨੂੰ ਪਰਜੀਵੀ ਕਹਿੰਦੇ ਆ ਕਿ ਇਹ ਝੇਤੀ ਜਲਦੀ ਇਹਨਾਂ ਨੂੰ ਇੱਥੋਂ ਤੋਹਰੋ ਜਲਦੀ ਵਾਪਸ ਜਿਹੜਾ ਇਹਨਾਂ ਨੇ ਰਾਜ ਸਭਾ 'ਚ ਕਿਹਾ ਸੀ ਕਿ ਘਰਾਂ ਨੂੰ ਜਾਣ ਉਦੋਂ ਬਾਅਦ ਸਾਡੇ ਨਾਲ ਗੱਲ ਕਰਨ ਫੇਰ ਕਰਨਗੇ ਹੁਣ ਉਹਨਾਂ ਨੇ ਘਰਾਂ ਨੂੰ ਜਾਣ ਦੀ ਕੰਡੀਸ਼ਨ ਨਹੀਂ ਲਾਈ ਅੱਜ ਪਰ ਆਦਤ ਉਹੋ ਹੀ ਮਨ ਵਿੱਚ ਉਹੋ ਹੀ ਆ ਇਹ ਉਸ ਤਰ੍ਹਾਂ ਨਹੀਂ ਸਮਝਦੇ ਇੱਕ ਜਿਹੜਾ ਸਮੰਤੀ ਦੀ ਤੁਸੀਂ ਗੱਲ ਕਰਦੇ ਆ ਉਦਾ ਮਤਲਬ ਕੀ ਹੈ ਕਿ ਫਿਊਡਲ ਰਾਜਾਂ ਦੇ ਵਿੱਚ ਇਹ ਚੀਜ਼ਾਂ ਮੰਗੀਆਂ ਜਾਂਦੀਆਂ ਜਾਂ ਮਾਈ ਬਾਪ ਜਿਨ੍ਹਾਂ ਨੂੰ ਸਮਝਦੇ ਆ ਫਿਊਡਲ ਓਵਰਲੋਰਡ ਨੂੰ ਸਮਝਦੇ ਆ ਲੋਕ ਪੈਜੈਂਟਰੀ ਸਮਝਦੀ ਆ ਤੂੰ ਉੱਥੇ ਹੱਥ ਜੋੜ ਕੇ ਖੜੇ ਹੋ ਦੇ ਕੋਈ ਚੀਜ਼ ਮੰਗਦੇ ਫੇਰ ਮਿਲਦੀ ਇਹ ਕਹਿੰਦੇ ਆ ਕਿ ਅਸੀਂ ਇੱਕ ਡੈਮੋਕਰੈਟਿਕ ਇਲੈਕਟਡ ਗਵਰਨਮੈਂਟ ਹੈਗੇ ਆ ਜਣੀ ਵੋਟਾਂ ਪਾਉਣ ਨੂੰ ਇਹ ਡੈਮੋਕਰੇਸੀ ਕਹਿੰਦੇ ਆ ਤੇ ਡੈਮੋਕਰੈਟਿਕ ਗਵਰਨਮੈਂਟ ਹੈਗੇ ਇਹ ਸਾਡੀ ਜ਼ਿੰਮੇਵਾਰੀ ਆ ਇਹ ਕੌਣ ਹੁੰਦੇ ਸਾਨੂੰ ਰੋਕਣ ਵਾਲੇ ਇਨਾਂ ਨੂੰ ਕੁੱਟਣਾ ਮਾਰਨਾ ਸਾਡੀ ਜ਼ਿੰਮੇਵਾਰੀ ਇਨਾਂ ਨੂੰ ਭੁੱਖੇ ਮਾਰਨਾ ਸਾਡੀ ਜ਼ਿੰਮੇਵਾਰੀ ਇਨਾਂ ਨੂੰ ਜ਼ਮੀਨਾਂ ਤੋਂ ਖਦੇੜਨਾ ਸਾਡੀ ਜ਼ਿੰਮੇਵਾਰੀ ਯਾਨੀ ਜਿਹੜੇ ਲੇਬਰ ਦੇ ਸਾਰੇ ਦੇ ਸਾਰੇ ਕਾਨੂੰਨ 44 ਤੋੜ ਕੇ ਭੰਨ ਕੇ ਛੱਡ ਦੇਣੇ ਚਾਰ ਲੇਬਰ ਕੋਡ ਕਾਰਪੋਰੇਟਾਂ ਦੇ ਹੱਕ ਚ ਬਣਾ ਦੇਣੇ ਇਹ ਕਹਿੰਦੇ ਸਾਡੀ ਜ਼ਿੰਮੇਵਾਰੀ ਹੈ ਯਾਨੀ ਇਹਨੂੰ ਡੈਮੋਕ੍ਰੇਸੀ ਕਹਿੰਦੇ ਕਿ ਸਾਡੀ ਜਿਹੜੀ ਦਾਦਾਗਰੀ ਹੈ ਸਾਡੀ ਜਿਹੜੀ ਆਪਣੇ ਤੌਰ ਤੇ ਧੌਂਸ ਬਾਜੀ ਆ ਉਹਨੂੰ ਮੰਨੋ ਤਾਂ ਕਿ ਮੈਸਟਾਲਿਨ ਇਸ ਤੋਂ ਮੈਂ ਕੀ ਕਹਿ ਰਿਹਾ ਨਾ ਕਿ ਉਹਨੂੰ ਮੰਨੋ ਔਰ ਉਹੀ ਹੈ ਤੁਹਾਡਾ ਵਿਕਾਸ ਹੈ ਮੰਨ ਜੋ ਤੁਸੀਂ ਵਿਕਾਸ ਹੈ ਤੁਸੀਂ ਭੁੱਖੇ ਮਰ ਵੀ ਜਾਓ ਤੇ ਉਹ ਵੀ ਤੁਹਾਡਾ ਵਿਕਾਸ ਵਿੱਚ ਹੀ ਅੱਜ ਨਹੀਂ ਤੇ ਅਗਲੇ ਜਨਮ ਵਿੱਚ ਤੁਹਾਡਾ ਵਿਕਾਸ ਲਈ ਇਹ ਜ਼ਰੂਰੀ ਹੈਗਾ ਇਹ ਲੋਕ ਲੋਕਤੰਤ੍ਰਿਕ ਗੱਲ ਨਹੀਂ ਹੈਗੀ ਇਹ ਤੇ ਬਿਲਕੁਲ ਬਿਲਕੁਲ ਕੁਝ ਕੁ ਲੋਕਾਂ ਦੇ ਜਿਹੜੇ ਕਾਰਪੋਰੇਟ ਘਰਾਣੇ ਉਹਨਾਂ ਦਾ ਧੂਤਾ ਬਣ ਕੇ ਸਾਡੇ ਪ੍ਰਧਾਨ ਮੰਤਰੀ ਉਹ ਵਾਜਾ ਵਜਾ ਰਹੇ ਆ ਜੇ ਇਸ ਇਸ ਵਾਜੇ ਤੇ ਇਸ ਬੀਨ ਤੇ ਹੁਣ ਕੋਈ ਮਸਤ ਹੋਣ ਵਾਲਾ ਨਹੀਂ ਇਹੀ ਸੰਕਟ ਆ ਪ੍ਰਧਾਨ ਮੰਤਰੀ ਦਾ ਕਿ ਜਿਹੜਾ ਮੇਰਾ ਇੱਕ ਕ੍ਰਿਸਮੈਟਿਕ ਲੀਡਰ ਚਮਤਕਾਰੀ ਲੀਡਰ ਦੇ ਤੌਰ ਤੇ ਲੋਕਾਂ ਵਿੱਚ ਚਿਹਰਾ ਸਭ ਘਾਰਿਆ ਹੋਇਆ ਸੀ ਹੁਣ ਇਹ ਬੀਜੇਪੀ ਦਾ ਵੀ ਸੰਕਟ ਆ ਐਨਡੀਆ ਦਾ ਵੀ ਸੰਕਟ ਆ ਪ੍ਰਧਾਨ ਮੰਤਰੀ ਦਾ ਤੇ ਹੈ ਗਿਆ ਹਮ ਬਿਲਕੁਲ ਪ੍ਰੋਫੈਸਰ ਸਾਹਿਬ ਅੱਜ ਇੱਕ ਗੱਲ ਹੋਰ ਭਾਸ਼ਣ ਦੇ ਦੌਰਾਨ ਕਹੀ ਗਈ ਹੈ ਕਿ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਦੀ ਜਿਹੜੀ ਮੰਗ ਹੈ ਅ ਅੰਦੋਲਨ ਕਰਨ ਵਾਲੇ ਲੋਕ ਜੇ ਕਰ ਰਹੇ ਨੇ ਤਾਂ ਉਹ ਵਾਜਿਬ ਨਹੀਂ ਹੈ ਤੁਸੀਂ ਇੱਕ ਬੁੱਧੀਜੀਵੀ ਹੋ ਇੱਕ ਐਕਸਪਰਟ ਹੋ ਇੱਕ ਪ੍ਰੋਫੈਸਰ ਹੋ ਤੁਹਾਨੂੰ ਕੀ ਲੱਗਦਾ ਪ੍ਰੋਫੈਸਰ ਸਾਹਿਬ ਕੇ ਵਾਕਿਏ ਹੀ ਜੇ ਖੇਤੀ ਕਾਨੂੰਨ ਬਿਲਾ ਨੂੰ ਲੈ ਕੇ ਜਿਹੜੀ ਇਹ ਲੜਾਈ ਲੜੀ ਜਾ ਰਹੀ ਹੈ ਜਾਂ ਅੰਦੋਲਨ ਉਸ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਤਾਂ ਫਿਰ ਜੇਲ੍ਹ ਚ ਜਿਹੜੇ ਲੋਕ ਬੰਦ ਹੈ ਉਹਨਾਂ ਦੇ ਲਈ ਜਿਹੜੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਉਹ ਵਾਜਿਬ ਨਹੀਂ ਹੈ ਤੁਹਾਡਾ ਆਪਣਾ ਨਜ਼ਰੀਆ ਇਸ ਤੇ ਕੀ ਹੈ ਬਿਲਕੁਲ ਤੁਸੀਂ ਦੇਖੋ ਮੈਂ ਇੱਕ ਗੱਲ ਨਾਲ ਜੋੜ ਕੇ ਕਰਦਾ ਅੱਜ ਐਸ்சிਪੀਸੀ ਨੇ ਉਸ ਗੱਲ ਦੀ ਮੰਗ ਕੀਤੀ ਹੈਗੀ ਕਿ ਰਾਜੋਆਣਾ ਆਪਣੀ ਸਾਰੀ ਜਿਹੜੀ ਉਮਰ ਕੈਦ ਕੱਟ ਚੁੱਕਾ ਔਰ ਉਹਦਾ ਫਾਂਸੀ ਦਾ ਜਿਹੜਾ ਉਹ ਮਾਪ ਹੀ ਹੋਇਆ ਹੋਇਆ ਉਹਨੂੰ ਕਿਉਂ ਨਹੀਂ ਜੇਲ੍ਹ ਚੋਂ ਰਿਹਾ ਕਰਦੇ ਜੀ ਉਹਦੀ ਮਾਨਸਿਕ ਸਿਹਤ ਵੀ ਨਹੀਂ ਠੀਕ ਐਡੇ ਵੱਡੇ ਕੇਸ ਨੂੰ ਇਹ ਸਰਕਾਰਾਂ ਬਹੁਤ سارے ਸਿੱਖ ਇਹੋ ਜਿਹੇ ਪਹਿਲਾਂ ਵੀ ਬੈਠੇ ਆ ਜਿਨ੍ਹਾਂ ਦੀਆਂ ਕੈਦ ਦੀਆਂ ਮਿਆਦ ਪੂਰੀ ਹੋ ਗਈ ਉਹਨੂੰ ਰਿਲੀਜ਼ ਨਹੀਂ ਕਰਦੇ ੱੱਕੇ ਨਾਲ ਅੰਦਰ ਬਿਠਾਇਆ ਹੋਇਆ ਇਹ ਤੇ ਤੁਹਾਡੇ ਦੇਸ਼ ਦਾ ਹਾਲ ਹੈ ਜਿਹੜੇ ਫੜੇ ਗਏ ਆ ਹੈ ਨਾ ਉਹਦੀ ਸਕਰੀਨਿੰਗ ਹੋਣੀ ਚਾਹੀਦੀ ਆ ਉਹਨਾਂ ਦੀਆਂ ਜ਼ਮਾਨਤਾਂ ਹੋਣੀਆਂ ਚਾਹੀਦੀਆਂ ਕਿਸੇ ਨੂੰ ਉਹਨਾਂ ਨੇ ਮਾਰਿਆ ਨਹੀਂ ਕਿਸੇ ਕਜੀ ਦੱਸੋ ਤੇ ਸਹੀ ਵੀ ਕੀ ਹੈ ਟਰਾਂਸਪੇਰੈਂਸੀ ਹੋਣੀ ਚਾਹੀਦੀ ਪਹਿਲਾਂ ਤਾਂ ਦੱਸਿਆ ਹੀ ਨਹੀਂ ਕਿੰਨਾ ਚਿਰ ਕਿੰਨੇ ਬੰਦੇ ਉੱਤੇ ਲੋਕਾਂ ਨੇ ਰੋਲਾ ਪਾਇਆ ਤੇ ਫਿਰ ਜੋ ਮਿਨਿਸਟਰੀ ਨੇ ਉਹਦੀ ਲਿਸਟ ਰਿਲੀਜ਼ ਕੀਤੀ 6 ਬੰਦਿਆਂ ਦੀ ਜ਼ਮਾਨਤ ਹੋਈ ਹੈ 122 ਚੋਂ ਬਾਕੀ ਅਜੇ ਅੰਦਰ ਬਿਠਾਏ ਆ ਕੋਈ ਜ਼ਮਾਨਤ ਨਹੀਂ ਹੋਣ ਦਿੰਦੇ ਐਡਾ ਵੱਡਾ ਕਿਹੜਾ ਕ੍ਰਿਮੀਨਲ ਐਕਟ ਹੋ ਗਿਆ ਦੱਸਣਾ ਧਾਰਾ ਲਾ ਕੇ ਦੱਸਣਾ ਕਿ ਕਿਹੜੀ ਗੱਲ ਤੋਂ ਉਹਨਾਂ ਨੇ ਐਂਟੀ ਐਂਟੀ ਸੋਸ਼ਲ ਜਾਂ ਐਂਟੀ ਨੇਸ਼ਨ ਕੋਈ ਹੈ ਉਹਦੀ ਗੱਲ ਕੀਤੀ ਇਹੋ ਜੀ ਗੱਲ ਕੋਈ ਨਹੀਂ ਹੈ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਜੇ ਕੋਈ ਗੱਲ ਕਿਸੇ ਦੀ ਹੈ ਵੀ ਜਿ ਜਿਹ ਤਰ੍ਹਾਂ ਦੀਪ ਸਿੱਧੂ ਨੇ ਉਹਨਾਂ ਨੇ ਲੱਗ ਫੜਿਆ ਉਹਦਾ ਤੁਸੀਂ ਆਪਣੇ ਤੌਰ ਤੇ ਨਜਿੱਠੋ ਜੇ ਤੁਹਾਨੂੰ ਕੋਈ ਲੱਗਦਾ ਤੇ ਪਰ ਜਿਹੜੇ ਬਾਕੀ ਐਵੇਂ ਤੁਸੀਂ ਕੋਈ ਆਟੋ ਰਿਕਸ਼ਾ ਚੋਂ ਫੜ ਲਿਆ ਕੋਈ ਪਿੰਡੋਂ ਚੁੱਕ ਲਿਆ ਕੋਈ ਟਰਾਲੀ ਚੋਂ ਚੁੱਕ ਲਿਆ ਕੋਈ ਕਿਤੇੋਂ ਚੁੱਕ ਲਿਆ ਜਾਨੀ ਜਿਹੜੇ ਬੰਦਿਆਂ ਦੇ ਕੋ ਤੁਹਾਡੇ ਕੋਲ ਸੋਲਿਡ ਪ੍ਰੂਫ ਵੀ ਨਹੀਂ ਉਹ ਵੀ ਫੜ ਕੇ ਤੁਸੀਂ ਅੰਦਰ ਦੇ ਦਿੱਤੇ ਕਿਉਂਕਿ ਦੱਸਣਾ ਚਾਹੁੰਦੇ ਆ ਕਿ ਸਰਕਾਰ ਜੇ ਤੁਸੀਂ ਕੁਝ ਵੀ ਕਰੋਗੇ ਤੇ ਅਸੀਂ ਆ ਵੀ ਕੁਝ ਕਰ ਸਕਦੇ ਹਾਂ ਉਦੋਂ ਅਗਲੇ ਦਿਨ ਗੁੰਡਿਆਂ ਨੂੰ ਵੀ ਉੱਥੇ ਭੇਜਿਆ ਜਾਨੀ ਹਮਲੇ ਕਰਵਾਏ ਗਏ ਉਹ ਉਹਨਾਂ ਚ ਬਹੁਤ ਸਾਰੇ ਚਿਹਰੇ ਆਰਐਸਐਸ ਤੇ ਬੀਜੇਪੀ ਦੇ ਨੋਨ ਸੀਗੇ ਇਹ ਸਾਰਾ ਕੁਝ ਜੋ ਹੋਇਆ ਇਹ ਡਰਾਉਣ ਧਮਕਾਉਣ ਵਾਲਾ ਕੰਮ ਹੈਗਾ ਇਹ ਦੇ ਤੂਪ ਇਹ ਇਹ ਡੈਮੋਕਰੈਟਿਕ ਨਹੀਂ ਇਹ ਡੈਮੋਕ੍ਰੇਸੀ ਹੈ ਇਹ ਕਹਿ ਰਹੇ ਆ ਨਾ ਉਥੇ ਕਿਲ ਲਾਉਣੇ 10-10 ਲੇਅਰ ਦੀ ਜਿਹੜੀ ਆ ਲੋਕਾਂ ਨੂੰ ਉਥੇ ਬੰਦਾ ਬੰਦ ਬਣਾ ਕੇ ਰੱਖਣਾ ਉਥੇ ਬੈਰੀਕੇਡਿੰਗ ਕਰਨੀ 10-10 ਲੇਅਰ ਦੀ ਉਹਦੇ ਵਿੱਚ ਸੀਮੈਂਟ ਦੇ ਵੱਡੇ ਵੱਡੇ ਹੈਗੇ ਆ ਫਿਰ ਤਾਰਾਂ ਹੈਗੀਆਂ ਫਿਰ ਨੀਲਜ਼ ਹੈਗੇ ਆ ਹੋਰ ਕਈ ਕਿਸਮ ਦੀਆਂ ਬੈਰੀਕੇਡ ਵੱਡੀ ਕਿਸਮ ਦੀਆਂ 4-4 5-5 ਫੋਰਸ ਹਜ਼ਾਰਾਂ ਕਿਸਮ ਦੀ ਉਥੇ ਲਾਏ ਹੋਏ ਆ ਇਹ ਸਾਰਾ ਜਿਹੜਾ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦੇ ਪ੍ਰੋਟੈਸਟ ਕਰਦੇ ਆ ਨੂੰ ਤੁਸੀਂ ਉੱਤੇ ਬਿਜਲੀ ਪੰਦ ਕਰਦੇ ਆ ਟਾਇਲਟ ਚੁੱਕ ਕੇ ਲੈ ਜਾਂਦੇ ਆ ਪਾਣੀ ਬੰਦ ਕਰਦੇ ਆ ਇੰਟਰਨੈਟ ਬੰਦ ਕਰਦੇ ਆ ਇਹ ਇਹ ਡੈਮੋਕ੍ਰੇਸੀ ਆ ਤੁਸੀਂ ਮਤ ਪਾਠ ਪੜ੍ਹਾਓ ਸਾਨੂੰ ਮੋਦੀ ਜੀ ਡੈਮੋਕ੍ਰੇਸੀ ਦਾ ਤੁਹਾਡਾ ਮਾਈਂਡ ਤੁਸੀਂ ਤਾਂ 7 ਜਨਮ ਚ ਵੀ ਤੁਹਾਡੇ ਜਿਹੜੇ ਆ ਤੁਸੀਂ ਡੈਮੋਕ੍ਰੇਸੀ ਦੇ ਕਦੀ ਨੇੜੇ ਤੇੜੇ ਵੀ ਨਹੀਂ ਹੋ ਸਕਦੇ ਡੈਮੋਕ੍ਰੈਟਿਕ ਮਾਈਂਡ ਤੇ ਕੀ ਹੋਣਾ ਤੁਸੀਂ ਤਾਨਾਚਾ ਆ ਔਰ ਉਸੇ ਤਰੀਕੇ ਨਾਲ ਦੇਸ਼ ਨੂੰ ਚਲਾਉਣਾ ਚਾਹੁੰਦੇ ਆ ਪਰ ਚੰਗੀ ਗੱਲ ਆ ਮੋਦੀ ਜੀ ਦਾ ਮੈਂ ਬਹੁਤ ਇਸ ਗੱਲੋਂ ਧੰਨਵਾਦ ਕਰਦਾ ਕਿ ਉਹਨਾਂ ਇੰਨੇ ਲੱਗ-ਲੱਗ ਫਿਰਕਿਆਂ ਦਾ ਲੋਕਾਂ ਦਾ ਪਛਾਵਾਂ ਦਾ ਲੋਕਾਂ ਨੂੰ ਇਕੱਠੇ ਕਰਦਾ ਜਿਹੜੇ ਕਦੀ ਨੇੜੇ ਨਹੀਂ ਸੀ ਉਹਨੇ ਮੈਨੂੰ ਇੰਨਾ ਚੰਗਾ ਲੱਗਦਾ ਕਿ ਸਾਨੂੰ ਪੰਜਾਬ ਲਾਹੌਰ ਦੇ ਨੇੜਿਓਂ ਲੱਗ ਕੇ ਵਾਗਾ ਬਾਰਡਰ ਤੋਂ ਉਹ ਜਾ ਕੇ ਅਸੀਂ ਰਾਮਪੁਰ ਤੱਕ ਜਾ ਕੇ ਆਏ ਸਭ ਜਗ੍ਹਾ ਤੁਹਾਡਾ ਸਵਾਗਤ ਵੈਲਕਮ ਖੁੱਲੀਆਂ ਬਾਹਾਂ ਲੋਕ ਤੁਹਾਨੂੰ ਪੈਸਾ ਇੱਕ ਨਹੀਂ ਖਰਚਣ ਦਿੰਦੇ ਲੰਗਰ ਰੋਟੀ ਪਾਣੀ ਰਹਿਣ ਲਈ ਕਿੱਡਾ ਕਿੰਨੇ ਲੋਕਾਂ 'ਚ ਪਿਆਰ ਵਧਾਤਾ ਕਿਹੜੇ ਲੋਕ ਜਿਹੜੇ ਇੱਕ ਦੂਜੇ ਨਾਲ ਯੂਪੀ ਲੱਗ ਸਮਝਦੇ ਸੀ ਹੋਰ ਦੂਜਿਆਂ ਨੂੰ ਕੋਈ ਉੱਥੇ ਧਰਮ ਦਾ ਫਰਕ ਨਹੀਂ ਕੋਈ ਜਾਤਾਂ ਦਾ ਦਾ ਵੱਡਾ ਹਰਿਆਣਾ ਪੰਜਾਬ ਜੀ ਦਾ ਜਿਹੜਾ ਫਰਕ ਸੀ ਉਹ ਬਿਲਕੁਲ ਜਾਨੀ ਕਰੋੜਾਂ ਕਰੋੜਾਂ ਲੋਕ ਜਾਨੀ ਕਟੋ-ਕਟ 10-12 ਕਰੋੜ ਲੋਕ ਇਹਨਾਂ ਨੇ ਤੁਰੰਤ ਇਕੱਠੇ ਕਰਤੇ ਉਹਨਾਂ ਚ ਪਿਆਰ ਵੀ ਬਣਾਤਾ ਅਦਬ ਵੀ ਬਣਾਤਾ ਇਕੱਠਿਆਂ ਨੂੰ ਲੜਨਾ ਵੀ ਸਿਖਾਤਾ ਔਰ ਮੈਂ ਇੱਕ ਨਿੱਕੀ ਗੱਲ ਤੁਹਾਡੇ ਉੱਥੇ ਕੈਨੇਡਾ ਦੇ ਵਿੱਚ ਹੋਰ ਜਗ੍ਹਾ ਲੋਕਾਂ ਨੂੰ ਚੰਗਾ ਲੱਗੂ 6-6 ਸਾਲ ਦੀਆਂ ਬੱਚੀਆਂ 6-6 ਸਾਲ ਦੀਆਂ ਬੱਚੀਆਂ ਲੀਡਰ ਬਣ ਚੁੱਕੀਆਂ 12-12 ਸਾਲ ਦੀਆਂ ਬੱਚੀਆਂ ਇਹੋ ਜਿਹਾ ਭਾਸ਼ਣ ਦਿੰਦੀਆਂ ਜਿਹੜਾ 22 ਸਾਲ ਦਾ ਵੀ ਨੌਜਵਾਨ ਨਾ ਦੇ ਸਕੇ ਉਹ ਰੋਜ਼ ਆਉਂਦੀਆਂ ਛੰਡੀਆਂ ਫੜ ਕੇ ਚੰਡੀਗੜ੍ਹ 'ਚ ਹਜ਼ਾਰਾਂ ਲੋਕ ਬੱਚੇ ਬੱਚੀਆਂ ਬਜ਼ੁਰਗ ਰੋਜ਼ ਛੰਡੇ ਫੜ ਕੇ ਆ ਰਹੇ ਆ ਕਿਸਾਨਾਂ ਦੇ ਹੱਕ ਵਿੱਚ ਕਿੰਨੀ ਜਾਗਰਤੀ ਪੈਦਾ ਕਰਤੀ ਆ ਇਹ ਬੱਚੇ ਕਿਤੇ ਸਾਰੀ ਉਮਰ ਇਹ ਤਜਰਬੇ ਨੂੰ ਭੁੱਲਣ ਲੱਗੇ ਆ ਕਿ ਅਸੀਂ ਦੇਸ਼ ਲਈ ਲੜੇ ਸੀ ਅਸੀਂ ਕਿਸਾਨ ਲਈ ਲੜੇ ਸੀ ਅਸੀਂ ਇਨਸਾਫ ਲਈ ਲੜੇ ਸੀ ਇਸ ਕਰਕੇ ਮੈਂ ਮੋਦੀ ਜੀ ਦਾ ਬਹੁਤ ਧੰਨਵਾਦ ਕਰਦਾ ਉਹਨਾਂ ਦੀ ਨੀਂਦ ਤੇ ਜ਼ਰੂਰ ਉੱਡੀ ਆ ਉਹਨਾਂ ਦੀਆਂ ਚਿੰਤਾਵਾਂ ਦੇ ਜ਼ਰੂਰ ਵਧੀਆਂ ਪਰ ਇਸ ਦੇ ਨਾਲ ਜਿਹੜਾ ਉਹਨਾਂ ਨੇ ਭੈਅ ਔਰ ਨਫ਼ਰਤ ਦੀ ਰਾਜਨੀਤੀ ਨੂੰ ਇੱਥੇ ਫਲਾਇਆ ਹੋਇਆ ਸੀ ਪਿਛਲੇ ਅਤੰਕ ਮਚਾਇਆ ਸੀ ਨਫ਼ਰਤ ਤੇ ਭੈਅ ਦਾ ਅਤੰਕ ਮਚਾਇਆ ਸੀ ਉਸ ਨੂੰ ਖਤਮ ਕਰਕੇ ਲੋਕਾਂ ਨੂੰ ਤਾਜੀ ਹਵਾ ਫਰੈਸ਼ ਹਵਾ ਪਿਆਰ ਚਤਕਾਰ ਨੀੜਤਾ ਉਹਦੀ ਜਿਹੜੇ ਬੁੱਲੇ ਆ ਰਹੇ ਆ ਸਾ ਤਾਜ਼ਗੀ ਤਾਜ਼ਗੀ ਦੇ ਬੁੱਲੇ ਆ ਰਹੇ ਆ ਉਹ ਅਸੀਂ ਧੰਨਵਾਦ ਅਬੋਦੀ ਜੀ ਦਾ ਜ਼ਰੂਰ ਕਰਦੇ ਆ ਇਹਦੇ ਨਾਲ ਹੀ ਸਾਡੀ ਡੈਮੋਕ੍ਰੇਸੀ ਬਚੂਗੀ ਡੈਮੋਕ੍ਰੇਸੀ ਤੁਸੀਂ ਨਹੀਂ ਤੁਸੀਂ ਤੇ ਡੈਮੋਕ੍ਰੇਸੀ ਨੂੰ ਖਾ ਚੱਲੇ ਸੀ ਜਿਵੇਂ ਸੱਪ ਸੱਪ ਜਿਹੜਾ ਖਾ ਜਾਂਦਾ ਆਪਣੇ ਬੱਚੇ ਖਾ ਜਾਂਦਾ ਉਸ ਕਿਸਮ ਨਾਲ ਤੁਸੀਂ ਚੱਲੇ ਸੀਗੇ ਇਹ ਜਿਹੜੀ ਡੈਮੋਕ੍ਰੇਸੀ ਉਹਨ ਲੋਕ ਬਚਾਉਣ ਦੀ ਜਿਹੜੇ ਸੜਕਾਂ ਤੇ ਆਈ ਵਾ ਸ਼ਹਿਰੀ ਬਿਲਕੁਲ ਪ੍ਰੋਫੈਸਰ ਸਾਹਿਬ ਹੁਣ ਅਸੀਂ ਉਧਰ ਜੇ ਸਿੰਘੂ ਬਾਰਡਰ ਵੱਲ ਚੱਲੀਏ ਤੇ ਉੱਥੇ ਹੁਣ ਕਿਸਾਨਾਂ ਨੇ ਆਪਣੀ ਰਲ ਦੀਤੀ ਜਿਹੜੀ ਆ ਉਹ ਹੋਰ ਵੀ ਸਟਰੋਂਗ ਕਰਨੀ ਸ਼ੁਰੂ ਕਰ ਦਿੱਤੀ ਹੈ ਅੱਜ ਦਾ ਵੀ ਉਹਨਾਂ ਨੇ ਪ੍ਰੋਗਰਾਮ ਜਿਹੜਾ ਪ੍ਰੋਪਰ ਦੱਸਿਆ ਹੈ 13 ਤਰੀਕ ਨੂੰ ਕੀ ਹੋਏਗਾ 14 ਨੂੰ ਕੀ ਹੋਏਗਾ 18 ਨੂੰ ਜਿਸ ਵਿੱਚ ਰੇਲ ਰੋਕੋ ਅੰਦੋਲਨ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ ਚੱਕਾ ਜਾਮ ਦੀ ਉਹਨਾਂ ਨੇ ਗੱਲ ਕਹੀ ਹੈ ਤੇ ਹੋਰ ਵੀ ਜਿਹੜੀਆਂ ਜਿਹੜੇ ਸਮਾਗਮ ਨੇ ਉਹਨਾਂ ਦੀ ਵੀ ਗੱਲ ਕੀਤੀ ਗਈ ਹੈ ਤੇ ਟੋਲ ਪਲਾਜ਼ਾ ਜਿਹੜੇ ਨੇ ਉਹ ਵੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਨੇ ਕਿਸਾਨਾਂ ਨੂੰ ਫ੍ਰੀ ਕੀਤੇ ਜਾਣਗੇ ਸ਼ਾਇਦ 12 ਤਰੀਕ ਜਾਂ 13 ਤਰੀਕ ਪੂਰਾ ਪ੍ਰੋ ਵਿਚ ਹੈ ਉਸ ਸਬੰਧੀ ਉਸ ਰਣਨੀਤੀ ਦਾ ਕੀ ਲੱਗਦਾ ਹੈ ਕਿ ਉਹ ਰਣਨੀਤੀ ਜਿਹੜੀ ਅੱਗੇ ਉਲੇਖੀ ਗਈ ਹੈ ਉਹ ਰਣਨੀਤੀ ਕਿਸੇ ਨਾ ਕੋਈ ਇਸ ਅੰਦੋਲਨ ਦੇ ਉੱਤੇ ਕੰਮ ਕਰ ਸਕਦੀ ਹੈ ਕਿਉਂਕਿ ਹੁਣ ਤੱਕ ਕਾਫੀ ਸਟ੍ਰੈਟਜਿਸ ਜਿਹੜੀਆਂ ਨੇ ਕਿਸਾਨਾਂ ਵੱਲੋਂ ਚੇਂਜ ਕੀਤੀਆਂ ਜਾ ਰਹੀਆਂ ਨੇ ਤੇ ਇਹ ਰਣਨੀਤੀ ਤੁਹਾਨੂੰ ਲੱਗਦਾ ਕਿ ਸਟਰੋਂਗ ਬਣ ਸਕਦੀ ਹੈ ਜਿਹੜੀ ਪੂਰੇ ਕਹਿ ਸਕਦੇ ਆ ਕਿ 12 ਤਰੀਕ ਤੋਂ ਲੈ ਕੇ 19 ਤਰੀਕ ਦਾ ਪ੍ਰੋਗਰਾਮ ਜਿਹੜਾ ਕਿਸਾਨਾਂ ਨੂੰ ਉਲੀਕ ਦਿੱਤਾ ਹੈ ਸ਼ੈਰੀ ਇੱਕ ਯੁੱਧ ਤੇ ਚੱਲ ਹੀ ਰਿਹਾ ਲਗਾਤਾਰ ਤੇ ਕਿਸਾਨਾਂ ਨੇ ਤੇ ਆਪਣੇ ਡੇਰੇ ਲਾਏ ਹੋਏ ਆ ਹੈਨਾ ਉਹਨਾਂ ਨੂੰ ਕੋਈ ਬਹੁਤੀ ਤਰਸਦ ਨਹੀਂ ਹੈ ਗਾਉਣ ਵਾਲੇ ਉਹਨਾਂ ਕੋ ਜਾ ਰਿਹਾ ਕੰਬਲ ਉਹਨਾਂ ਕੋ ਜਾ ਰਿਹਾ ਖਾਣ ਪੀਣ ਦਾ ਸਮਾਨ ਉਹਨਾਂ ਕੋਲ ਜਾ ਰਿਹਾ ਤੇ ਉੱਥੇ ਪੜਾਈਆਂ ਸ਼ੁਰੂ ਹੋ ਗਈਆਂ ਕਾਲਜ ਲਾਤੇ ਆ ਸਕੂਲ ਲਾਤੇ ਆ ਪੂਰੇ ਝੰਡੇ ਗੱਡ ਦਿੱਤੇ ਆ ਪੱਕੀਆਂ ਉੱਥੇ ਨਿਊਆਂ ਵਾਲੇ ਮਕਾਨ ਸੜਕ ਦੇ ਉੱਤੇ ਬਣ ਲੱਗੇ ਕੋਈ ਚਿੰਤਾ ਨਹੀਂ ਹੈ ਤਕਲੀਫਾਂ ਜ਼ਰੂਰ ਆ ਪਰ ਪਿਆਰ ਤੇ ਆਪਾਂ ਮੋਰਚੇ ਬੰਦੀ ਦੇ ਵਿੱਚ ਇਹ ਤਕਲੀਫਾਂ ਹੁੰਦੀਆਂ ਪਰ ਉਹਦੇ ਨਾਲ ਸਾਰਾ ਲੋਕਾਂ ਨੇ ਕੰਪਨਸੇਟ ਕਰ ਲਿਆ ਲੋਕ ਖੋਜਿਆ ਉਤੇ ਮੀਲੇਰ ਦਾ ਮਾਹੌਲ ਵੀ ਹੈਗਾ ਜਸ਼ਨ ਵਾਲਾ ਮਾਹੌਲ ਵੀ ਹੈਗਾ ਮਾਨਵਤਾ ਦਾ ਮਾਹੌਲ ਹੈਗਾ ਇਸ ਲਈ ਜਿਹੜੀ ਤੁਸੀਂ ਤੁਹਾਡਾ ਇਹ ਸਵਾਲ ਹੈਗਾ ਇਹ ਸਾਰੀ ਲਿਸਟ ਜਾਰੀ ਕੀਤੀ ਗਈ ਹੈ ਇਹ ਇੱਕ ਕਾਉਂਟਰ ਸਟ੍ਰੈਟਜੀ ਹੈ ਜਦੋਂ ਮੋਦੀ ਜੀ ਅੜ ਕੇ ਬਹਿ ਗਏ ਆ ਕਦੀ ਰਾਜ ਸਭਾ ਚ ਭਾਸ਼ਣ ਦਿੰਦੇ ਝੂਠ ਸੱਚ ਬੋਲਦੇ ਆ ਕਦੀ ਇਹੋ ਜਿਹੇ ਵੱਡੇ ਵੱਡੇ ਲਫਾਫੇ ਗੁਬਾਰੇ ਜਿਹੜੇ ਛੱਡ ਰਹੇ ਲੋਕ ਸਭਾ ਚ ਛੱਡ ਰਹੇ ਆ ਤੇ ਲੋਕ ਉਹਦੇ ਚ ਦੂਰੋਂ ਹੀ ਮਾਰ ਕੇ ਤੀਰ ਪੰਕਚਰ ਕਰ ਕਰ ਛੁੱਟੀ ਜਾ ਰਹੇ ਆ ਇਹ ਉਹੀ ਲੋਕ ਆ ਉਹਨਾਂ ਨੇ ਆਪਣਾ ਪ੍ਰੋਗਰਾਮ ਦੇ ਦਿੱਤਾ ਕਿ 12 ਤਰੀਕ ਨੂੰ ਅਸੀਂ ਜਿਹੜਾ राजस्थान ਦੇ ਵਿੱਚ ਟੋਲ ਫਰੀ ਕਰਨਗੇ ਤੁਹਾਨੂੰ ਪਤਾ ਪਹਿਲੇ ਜਾਣੇ ਚ ਟੋਲ ਫਰੀ ਕਰਤੇ ਆ ਲੋਕੀ ਜਾਂਦੇ ਗੱਡੀ ਛੂ ਕਰਦੀ ਲੋਕਾਂ ਨੂੰ ਤਾਂ ਮਜੇ ਹੀ ਬਹੁਤ ਆ ਕਿਤੇ 100 ਰੁਪਿਆ ਲੈਂਦੇ ਸੀ ਆਮ ਗੱਡੀ ਦਾ ਕਿਤੇ 200 ਰੁਪਿਆ ਲੈਂਦੇ ਸੀ ਕਦੇ 125 ਰੁਪਏ ਜਾਂਦੀ ਛੂ ਕਰਦੀ ਕਿਤੇ ਗੱਡੀ ਦੀ ਰੋਕਦੀ ਨਾ ਹਰਿਆਣੇ ਚ ਰੁਕੇ ਨਾ ਪੰਜਾਬ ਚ ਰੁਕੇ ਮੋਦੀ ਪਿੱਟਿਆ ਆ ਕਿ ਟੋਲ ਵਾਲੇ ਕਿਉਂ ਕਰਦੇ ਕਰਾਂਗੇ ਉਹ ਰਾਜ ਬਿਲਕੁਲ ਟੋਲਾਂ ਦੇ ਉੱਤੇ ਉਹਨਾਂ ਨੇ ਅੱਜ ਭਾਸ਼ਣ ਦੇ ਵਿੱਚ ਗੱਲ ਕੀਤੀ ਆ ਬਿਲਕੁਲ हां बिल्कुल 12 ਤਰੀਕ ਨੂੰ ਰਾਜਸਥਾਨ ਚ ਹੋ ਰਿਹਾ ਜੀ ਵਧਾਈ ਹੋਵੇ ਤੁਹਾਨੂੰ ਉੱਥੇ ਵੀ ਕੋਈ ਕਿਸੇ ਦੀ ਗੱਡੀ ਨਹੀਂ ਸ਼ੂ ਕਰਤੀ ਜਾਇਆ ਕਰੂਗੀ ਉਦੋਂ ਬਾਅਦ ਰੇਲਾਂ ਰੋਕੋ ਦਾ ਹੋਊਗਾ ਫਿਰ ਇਸੇ ਤਰੀਕੇ ਨਾਲ 12 18 ਤਰੀਕ ਦਾ ਇਹ ਵਿੱਚੇ ਹੀ ਜਿਹੜਾ ਜਿਹੜੇ ਪਲਵਾਮਾ ਚ 14 ਤਰੀਕ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ ਇਹ ਪੂਰਾ ਡਿਟੇਲ ਵਾਕਿਆ ਹੀ ਪ੍ਰੋਗਰਾਮ ਉਹਨਾਂ ਨੇ ਅੱਜ ਦੀ ਜਿਹੜੀ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੇ ਬਣਾ ਲਈ ਹੈ ਤੇ ਇਹ ਮੋਦੀ ਜੀ ਦੀ ਜਿਹੜੀ ਡੈਮੋਕ੍ਰੇਸੀ ਆ ਨਾ ਉਹਦਾ ਇੱਕ ਤੇ ਹੀ ਜਪਿਆਜ ਸਾਰਾ ਹੈ ਨੰਗਾ ਕਰਕੇ ਰੱਖ ਦੇਣਗੇ ਕਿਉਂਕਿ ਉਸਲੀਅਤ ਕੀ ਆ ਕਰ ਹੀ ਰਹੇ ਆ ਰੋਜ਼ ਤੇ ਦੂਜੇ ਪਾਸੇ ਆਪਣਾ ਪਿਉਂਤੜੇ ਬਾਜੀ ਤਕੜੀ ਕਰਕੇ ਆਪਣੀ ਲੜਾਈ ਦੀ ਆਉਣ ਵਾਲੇ ਇੱਕ ਹਫ਼ਤੇ ਦੀ ਸਾਰੀ ਸਟ੍ਰੈਟਜੀ ਹਫ਼ਤੇ ਦਾ ਦਿਨ ਦੀ ਬਣਾ ਕੇ ਮੋਦੀ ਜੀ ਨੂੰ ਦੱਸਦਾ ਕਿ ਮੋਦੀ ਜੀ ਹੁਣ ਅਸੀਂ ਜਾਗ ਪਏ ਆ ਤਾਨੂੰ ਇੱਕ ਵਾਰੀ ਤੇ ਸ਼ਾਇਦ ਟਰੰਪ ਦੇ ਨੇੜੇ ਤੇੜੇ ਤੁਹਾਡਾ ਕੋਈ ਘਰ ਪਵਾਵਾਂਗੇ ਫਲੋਰੀਡਾ 'ਚ ਇੱਕ ਵਾਰੀ ਤੇ ਇਸ ਤਰ੍ਹਾਂ ਮਤਲਬ ਇੰਨੀ ਜਿਆਦਾ ਵੱਡੇ ਪੱਦਰ ਤੇ ਇੱਥੇ ਰੋਸ ਜਾਗ ਰਿਹਾ ਹਾਂਜੀ ਸ਼ਹਿਰੀ ਜੀ ਪ੍ਰੋਫੈਸਰ ਸਾਹਿਬ ਸਪੈਸ਼ਲੀ ਰੇਲੰਦੋਲਨ ਦੇ ਉਤੇ ਮੈਂ ਗੱਲ ਕਰਾਂਗੀ ਕਿ ਜੇ ਰੇਲਾ ਰੋਕਣ ਦਾ ਅंदोलਨ ਫਿਰ ਤੋਂ ਕਿਸਾਨ ਕਰਨ ਜਾ ਰਹੇ ਨੇ ਪਹਿਲਾਂ ਵੀ ਅਸੀਂ ਸਾਰਿਆਂ ਨੇ ਦੇਖਿਆ ਵੀ ਕਾਫੀ ਲੰਬਾ ਸਮਾਂ ਜਿਹੜਾ ਹੈ ਰੇਲਾ ਰੋਕੀਆਂ ਗਈਆਂ ਚੱਕਾ ਜਾਮ ਰਿਹਾ ਔਰ ਹਾਲਾਂਕਿ ਬਾਅਦ ਦੇ ਵਿੱਚ ਚਲੋ ਤਰਨੇ ਉਥੋਂ ਚੁੱਕ ਦਿੱਤੇ ਕਿਉਂਕਿ ਆਮ ਜਨਤਾ ਦੇ ਲਈ ਗੱਡੀਆਂ ਜੜੀਆਂ ਚਲਾਉਣੀਆਂ ਪੈਣੀਆਂ ਸੀਗਾ ਹੁਣ ਫਿਰ ਤੋਂ ਜਦੋਂ ਰੇਲ ਰੋਕੋ ਇਹ ਅंदोलਨ ਹੋਣ ਜਾ ਰਿਹਾ ਤੇ ਇਹ ਰਣਨੀਤੀ ਕਿੰਨੀ ਕੁ ਸਟਰੋਂਗ ਦਿਖਾਈ ਦੇ ਰਹੀ ਹੈ ਕਿਉਂਕਿ ਕੁਝ ਕਹਿ ਸਕਦੇ ਆ ਕਿ ਔਰ ਲੋਗ ਜਾਂ ਧੜੇ ਕਹਿ ਲਓ ਪਹਿਲਾਂ ਤੋਂ ਹੀ ਚੱਕਾ ਜਾਮ ਜਿਹੜਾ ਕੀਤੀ ਫਿਰਦੇ ਸੀਗੇ ਰੇਲ ਟ੍ਰੈਕਾਂ ਦੇ ਉੱਤੇ ਬੈਠੇ ਹੋਏ ਸੀਗੇ ਸੋ ਹੁਣੇ ਲੱਗਦਾ ਹੈ ਕਿ ਸਟਰੋਂਗ ਤਰੀਕੇ ਨਾਲ ਰੇਲ ਰੋਕੋ ਅੰਦੋਲਨ ਦਾ ਜਿਹੜਾ ਅਸਰ ਹੈ ਕਿ ਤਰ੍ਹਾਂ ਕਿਤੇ ਹੋ ਸਕਦਾ ਨਹੀਂ ਇਹ ਐਕਸਟਰਾ ਨਹੀਂ ਹੈਗਾ ਉਹ ਤੇ ਪੱਕਾ ਹੀ ਲਾ ਕੇ ਟ੍ਰੈਕਾਂ ਦੇ ਬੈਹਿ ਗਏ ਸੀ ਨਾ ਤੂੰ ਪੰਜਾਬ ਦੇ ਵਿੱਚ ਸੀ ਮੋਰਚਾ ਬੰਦੀ ਪੰਜਾਬ ਦੇ ਵਿੱਚ ਉਦੋਂ ਉਸਾਲਾ ਬਹੁਤ ਜ਼ਿਆਦਾ ਆਇਆ ਸੀਗਾ ਮੂਵਮੈਂਟ ਦਾ ਤੇ ਹੁਣ ਵੀ ਬਹੁਤ ਹੈਗਾ ਪਰ ਇਹਦੇ ਕੁਝ ਘੰਟਿਆਂ ਲਈ ਜਿੱਤੂ ਤੱਕ ਮੈਨੂੰ ਪਤਾ ਲੱਗਾ ਹੈ ਇਹ ਕੁਝ ਘੰਟਿਆਂ ਲਈ ਇੱਕ ਦਿਨ ਟੋਕਨ ਜਿਹਨੂੰ ਕਹਿੰਦੇ ਆ ਸੰਭਾਵਲਿਕ ਹੈਗਾ ਦੱਸਣਾ ਚਾਹੁੰਦਾ ਕਿ ਦੱਸਣਾ ਚਾਹੁੰਦੀ ਆ ਕਿ ਜੇ ਅਸੀਂ ਬੱਸਾਂ ਰੋਕ ਸਕਦੇ ਆ ਅਸੀਂ ਰੇਲ ਵੀ ਰੋਕ ਸਕਦੇ ਆ ਅਗਲੇ ਅਗਲੀ ਵਾਰ ਆਪਾਂ ਹਵਾਈ ਜਹਾਜ਼ ਰੋਕਾਂਗੇ ਕਿਉਂ ਨਹੀਂ ਰੋਕਾਂਗੇ ਦੱਸਾਂਗੇ ਵੀ ਕਿਵੇਂ ਕਿਵੇਂ ਆਪਾਂ ਮੇ ਸਾਨੂੰ ਜੋ ਮਰਜ਼ੀ ਕਰਨਾ ਪਏ ਇਹ ਸਾਰਾ ਮਤਲਬ ਰੁਕ ਰੋਕਾ ਰੋਕੀ ਦਾ ਮਤਲਬ ਇਹ ਆ ਕਿ ਜਾਗਦੇ ਰਹੋ ਹੰਗਾਰਾ ਦੇਣਾ ਤੇ ਰੇਲ ਰੁਕਣ ਦਾ ਤੁਹਾਨੂੰ ਪਤਾ ਹੀ ਆ ਛੋਟੀ ਗੱਲ ਨਹੀਂ ਹੁੰਦੀ ਰੇਲ ਦੀ ਬੜੀ ਗੱਲ ਹੁੰਦੀ ਆ ਹੈਨਾ ਦੇ ਉਹ ਉਸ ਨੂੰ ਰੋਕਣਾ ਉਹ ਕਈ ਡੱਬੇ ਇਕੱਠੇ ਆ ਜੇ ਕੱਲੇ ਕੱਲੇ ਡੱਬਾ ਅਸੀਂ ਕੱਲੀ ਕੱਲੀ ਬੱਸ ਰੋਕ ਲਿਆ ਹੁਣ ਰੇਲ ਰੋਕਣੀ ਉਹ ਤੋਂ ਬਾਅਦ ਜਾਜ ਦੇਖਾਂਗੇ ਟੈਂਕ ਵੀ ਦੇਖਾਂਗੇ ਇਹ ਸਾਰੇ ਰੋਕਣੇ ਪੈਣੇ ਆ ਇੱਕ ਵਾਰੀ ਤਾਂ ਹੀ ਡੈਮੋਕ੍ਰੇਸੀ ਇੱਥੇ ਬਚਣੀ ਆ ਜੋ ਮੋਦੀ ਜੀ ਨੂੰ ਵੀ ਤਾਂ ਹੀ ਪਤਾ ਲੱਗਣਾ ਕਿ ਜਿਹੜੇ ਸ਼ਾਂਤਮਈ ਲੋਕ ਸ਼ਕਤੀ ਦੇ ਏਕੇ ਦੇ ਹਥਿਆਰ ਹੁੰਦੇ ਆ ਉਹ ਤੁਹਾਡੇ ਵੱਡੇ ਵੱਡੇ ਟੈਂਕਾਂ ਜਾਂ ਤਾਰਾਂ ਜਾਂ ਜਿਹੜੇ ਕੰਡੇ ਤੁਸੀਂ ਬੀਜਦੇ ਆ ਸਾਰੇ ਕੁਝ ਕਿਲਕੁੱਲ ਲਾ ਰਹੇ ਆ ਉਹਨਾਂ ਨਾਲੋਂ ਇਹਨਾਂ ਦੀ ਸ਼ਕਤੀ ਜ਼ਿਆਦਾ ਹੈਗੀ ਹਾਂਜੀ ਸ਼ਾਇਦ ਜੀ ਪ੍ਰੋਫੈਸਰ ਸਾਹਿਬ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਕਲਾਕਾਰ ਜਿਹੜੇ ਨੇ ਉਹ ਪਹੁੰਚੇ ਸਿੰਗਾਪੁਰ ਗਾਜੀਪੁਰ ਬਾਰਡਰ ਦੇ ਉੱਤੇ ਵੀ ਕਾਈ ਦੇਖੇ ਔਰ ਬਹੁਤ ਜ਼ਿਆਦਾ ਸਟੇਜਾਂ ਤੇ ਇੱਕ ਮਤਲਬ ਲਲਕਾਰ ਦੇ ਨਜ਼ਰ ਆਏ ਔਰ ਕਹਿ ਸਕਦੇ ਆ ਕਿ ਵੀ ਦੀਪਸੀ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਵਿੱਚੋਂ ਦੀ ਤਾਂ ਜਿਹੜੇ ਕਲਾਕਾਰ ਇੱਥੇ ਪਹੁੰਚ ਨਹੀਂ ਰਹੇ ਸੀ ਪਰ ਹੁਣ ਇੱਕਦਮ ਅੱਜ ਫਿਰ ਭੀੜ ਪੈ ਗਈ ਤੇ ਬੱਬੂ ਮਾਨ ਨੇ ਤਾਂ ਸਟੇਜ ਤੋਂ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਜਦੋਂ ਸਰਕਾਰ ਤੇ ਕਿਸਾਨਾਂ ਦੀ ਉਹ ਗੱਲ ਕਰ ਰਹੀ ਸੀ ਤੇ ਉਹਨਾਂ ਨੇ ਸਪੈਸ਼ਲੀ ਬਾਲੀਵੁੱਡ ਨੂੰ ਕੋਟ ਕੀਤਾ ਹੈ ਬਾਲੀਵੁੱਡ ਵਾਲਿਆਂ ਨੂੰ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਉਹ ਕਹਿੰਦੇ ਵੀ ਕਿਸਾਨ ਤੇ ਸਰਕਾਰ ਤਾਂ ਆਪਸ ਦੇ ਵਿੱਚ ਜਿਹੜਾ ਮਸਲਾ ਉਹ ਕਰ ਲੈਣਗੇ ਜੇ ਕਿਸੇ ਮੁੱਦੇ ਦੇ ਉੱਤੇ ਬਾਲੀਵੁੱਡ ਵਾਲੇ ਗੱਲ ਕਰਨਾ ਚਾਹੁੰਦੇ ਨੇ ਤੇ ਮੇਰੇ ਮੈਂ ਉਹਨਾਂ ਨੂੰ ਮੰਚ ਦੇ ਦਿੰਦਾ ਵੀ ਜਿਹੜੇ ਮਰਜ਼ੀ ਮੰਚ ਦੇ ਉੱਤੇ ਉਹ ਮੈਨੂੰ ਬੁਲਾ ਲੈਣ ਮੈਂ ਇਕ ਜਿਹੜੇ ਐ ਕਲਾਕਾਰਾਂ ਦੇ ਵੱਲੋਂ ਆਪਣਾ ਰੋਸ ਪ੍ਰਗਟਾਇਆ ਗਿਆ ਨਾ ਇਹ ਸਿੱਧਾ ਮੋਦੀ ਨੂੰ ਕਹਿਣ ਦਾ ਜਿਹੜਾ ਚੋਰ ਨਾ ਫੜੋ ਚੋਰ ਦੀ ਮਾਂ ਨੂੰ ਫੜੋ ਕਹਿੰਦੇ ਆ ਇਹ ਮੋਦੀ ਨੂੰ ਲਲਕਾਰਨਾ ਚਾਹੀਦਾ ਇਹਨਾਂ ਨੂੰ ਉੱਥੇ ਉਹ ਜਿਹੜੇ ਉਹਨਾਂ ਦੇ ਥੱਲੇ ਪਿਆਦੇ ਆ ਉਹਨਾਂ ਨੂੰ ਕਹਿ ਕੇ ਕੀ ਕਰਨਾ ਉਹ ਤੇ ਵਿਚਾਰੇ ਇਹਨਾਂ ਤੋਂ ਫੇਵਰ ਲੈਣ ਲਈ ਕਿ ਸਾਨੂੰ ਕੋਈ ਰਾਜਵਾਦੀ ਸੀਟ ਮਿਲ ਜੂਗੀ ਕਿਤੇ ਇੱਧਰ ਉੱਧਰ ਕੋਈ ਫੇਵਰ ਹੋ ਜੂਗੀ ਕਿਉਂਕਿ ਰਿਟਾਇਰ ਹੋ ਜਾਂਦੇ ਆ ਨਾ ਇੱਕ ਉਮਰ ਤੋਂ ਬਾਅਦ ਫਿਰ ਚਮਕਦਮਕ ਸਟਾਰਾਂ ਸਟਾਰਾਂ ਦੀ ਨਹੀਂ ਦੀ ਨਹੀਂ ਉਹਨਾਂ ਤੇ ਬਦਲ ਛਾ ਜਾਂਦੇ ਆ ਸਟਾਰ ਜਿਹੜੇ ਹੁੰਦੇ ਆ ਨਾ ਤੇ ਇਸ ਕਰਕੇ ਉਹ ਚਮਕ ਨਹੀਂ ਰਹਿੰਦੀ ਕਰਕੇ ਉਮਰ ਦੇ ਨਾਲ ਫਿਰ ਉਹਨਾਂ ਦੀ ਮਾਰਕੀਟ ਵੈਲਿਊ ਨਹੀਂ ਹੁੰਦੀ ਉਹ ਕਹਿੰਦੇ ਫਿਰ ਸਾਨੂੰ ਕਿਤੇ ਰਾਜ ਸਭਾ 'ਚ ਬਿਠਾ ਦਿਓ ਕਿਤੇ ਗਵਰਨਰ ਕਿਸੇ ਨੂੰ ਲਾ ਦਿਓ ਕਿਤੇ ਹੋਰ ਕੋਈ ਸਾਨੂੰ ਮਾੜਾ ਮੋਟਾ ਚੇਅਰਮੈਨ ਹੀ ਲਾ ਦਿਓ ਜੇ ਹੋਰ ਕੁਝ ਨਹੀਂ ਆਪਾਂ ਉਹ ਇੱਕ ਮੁਫਤ ਦਾ ਸਰਕਾਰੀ ਖਾਣ ਪੀਣ ਤੇ ਪਾਲਣ ਤੇ ਉਹਨਾਂ ਦੀ ਆਦਤ ਬਣ ਜਾਂਦੀ ਵੀ ਚਲੋ ਉਧਰ ਨੂੰ ਚਲਾਂਗੇ ਇਹੋ ਜੀਆਂ ਕੁਝ ਉਮੀਦਾਂ ਹੁੰਦੀਆਂ ਬਹੁਤ ਸਾਰੇ ਤੁਸੀਂ ਦੇਖਿਆ ਹੈ ਕਿ ਹੀਰੋ ਹੀਰੋਇਨ ਉੱਥੇ ਅੰਦਰ ਰਾਜ ਸਭਾ 'ਚ ਬੈਠੀਆਂ ਵੀ ਹੁੰਦੀਆਂ ਆ ਜੀ ਇਹ ਕੋਟੇ-ਕਾਟੇ ਹੁੰਦੇ ਸਰਕਾਰ ਕੋ ਅਡਜਸਟ ਕੋਸ਼ ਕਰਨ ਦੇ ਉਸ ਕਿਸਮ ਦਾ ਅਪੀਲ ਕਰਦੇ ਪਰ ਇਹਨਾਂ ਦੀ ਜਿਹ اپنی شہری ਜਿਹੜੇ ਆਪਣੇ ਪੰਜਾਬੀ ਜ्यादा ਉੱਥੇ ਗਏ ਆ ਉਹ ਤੇ ਦੇਖੋ ਪਹਿਲਾਂ ਵੀ ਨਾਲ ਸੀ ਵਿੱਚ ਵਿਚਾਲੇ ਚੱਲੋ ਉਹਨਾਂ ਨੂੰ ਟਾਈਮ ਨਹੀਂ ਹੋਊਗਾ ਜਾਂ ਕਈ ਵਾਰੀ ਇਹ ਵੀ ਹੁੰਦਾ ਕਿ ਅਲੱਗ-ਅਲੱਗ ਫੇਜ਼ ਹੁੰਦੇ ਆ ਇਹ ਹੁਣੇ ਨਵੇਂ ਫੇਜ਼ ਦਾ ਇਸ ਕਰਕੇ ਚੱਲਿਆ ਕਿ ਜਦੋਂ ਰਿਹਾਨਾ ਨੇ ਆਪਣੀ ਆ ਧਮਕ ਪਾਪ ਸਿੰਗਰ ਨੇ ਮਾਰਦੀ ਇਹਨਾਂ ਨੇ ਕਿਹਾ ਅਸੀਂ ਕਿਤੇ ਐਸੀ ਪਿੱਛੇ ਰਹਿ ਗਏ ਹੂੰ ਇਹਨਾਂ ਨੂੰ ਇਸ ਗੱਲ ਦਾ ਲੱਗਾ ਵੀ ਰਿਹਾਨਾ ਸਾਰਾ ਹੀ ਮਿਸ਼ਾਰਾ ਮਿਸ਼ਾਰਾ ਲੁੱਟ ਕੇ ਲੈ ਚਲੀ ਆ ਉਹਦੀ ਤੇ ਫੋਲੋਇੰਗ ਫੋਲੋਇੰਗ ਵੀ 10 ਕਰੋੜ ਤੋਂ ਉੱਪਰ ਉੱਪਰ ਆ ਤੇ ਇਹ ਤੇ ਸਾਡੇ ਲਈ ਆ ਤੁਸੀਂ ਵੀ ਚੱਲੋ ਇਹ ਸਾਰੇ ਫਿਰ ਉਹਦੇ ਤੋਂ ਰਿਹਾਨਾ ਤੋਂ ਪੂਰਾ ਜੋਸ਼ ਲੈ ਕੇ ਤੇ ਫਿਰ ਉਹ ਤੋਂ ਬਾਅਦ ਹੋਰ ਵੀ ਕਈ ਤੁਹਾਨੂੰ ਪਤਾ ਆਇਆ ਕਿ ਇਹ ਗ੍ਰੇਟ ਉਹ ਲੱਗਦਾ ਇਸੇ ਜੋਸ਼ ਦੇ ਵਿੱਚ ਹੋਸ਼ ਵੀ ਬਿਲਕੁਲ ਪ੍ਰੋਫੈਸਰ ਸਾਹਿਬ ਲੱਗਦਾ ਇਸੇ ਜੋਸ਼ ਦੇ ਵਿੱਚ ਕਈ ਕਲਾਕਾਰ ਆਪਣਾ ਹੋਸ਼ ਵੀ ਗਵਾ ਚੁੱਕੇ ਸੀ ਕਈ ਬਾਲੀਵੁੱਡ ਵਾਲੇ ਕਿਉਂਕਿ ਉਹਨਾਂ ਨੇ ਇੱਕ ਦੂਜੇ ਦੇ ਜਿਹੜੇ ਟਵੀਟ ਸੀ ਉਹ ਬਸ ਅੱਗੇ ਕੰਟੀਨਿਊ ਬਿਨਾਂ ਸ਼ਬਦਾਬਲੀ ਵਰਤੇ ਹੋ ਚੇਂਜ ਕੀਤੇ ਹੋਏ ਕੋਈ ਵਰਡਿੰਗ ਚੇਂਜ ਨਹੀਂ ਕੀਤੀ ਔਰ ਡਾਇਰੈਕਟ ਕਰ ਦਿੱਤੇ ਕਈਆਂ ਦੀ ਤਾਂ ਜਾਂਚ ਵੀ ਚੱਲ ਰਹੀ ਹੈ ਉਨੀ ਉਹ ਤੇ ਤੁਹਾਨੂੰ ਪਤਾ ਹੀ ਆ ਉਹ ਫਿਰ ਜਿਹੜੇ ਬੰਦੇ ਆਧਾਰ ਦੇ ਵਿਚਾਰ ਤੇ ਆਧਾਰ ਦੀ ਫੇਮ ਤੇ ਆਧਾਰ ਤੇ ਕੰਮ ਚੱਲਦਾ ਨਾ ਸਾਰਾ ਜਿੰਨਾਂ ਦਾ ਉਹ ਇਹੋ ਜਿਹੀ ਬੇਕਰਤੂਤਾ ਕੰਮ ਹੁੰਦਾ ਚੋਰੀ ਵੀ ਹੋ ਜਾਂਦੀ ਉਹ ਫੱੜੀ ਵੀ ਜਾਂਦੀ ਹੈ ਤੁਹਾਡੀ ਗੱਲ ਠੀਕ ਆ ਉਹ ਵਿਚਾਰੇ ਕਿਹੜੇ ਕਿਤੇ ਦਿਲੋਂ ਕਰ ਰਿਹਾ ਉਹ ਤਾਂ ਜਾਂ ਤੇ ਖੁਸ਼ ਕਰਨ ਲਈ ਕਰ ਰਿਹਾ ਕਿਸੇ ਨੂੰ ਜਾਂ ਡਰ ਦੇ ਮਾਰੇ ਕਰ ਰਿਹਾ ਜਾਂ ਕਿਸੇ ਦੀ ਕੋਈ ਉਹ ਕਾਲੀ ਲਿਸਟ ਬਣੀ ਹੁੰਦੀ ਆ ਕੋਈ ਹੈਨਾ ਫਾਈਲਾਂ ਤੇ ਬਣੀਆਂ ਹੀ ਰਹਿੰਦੀਆਂ ਸਾਰਿਆਂ ਦੀਆਂ ਸੜੀਆਂ ਇੰਟੈਲੀਜੈਂਸਿਓ ਬਣਾ ਕੇ ਰੱਖਦੇ ਉਹ ਕਿਸ ਨੂੰ ਐਉਂ ਝਾੜ ਕੇ ਦਿਖਾਤੀ ਹੁੰਦੀ ਆ ਵੀ ਆ ਲੈ ਦੇ ਕਰ ਟਵੀਟ ਉਹਨੇ ਵਿਚਾਰੇ ਨੇ ਕਿ ਦਿਨੇ ਮਰਦੇ ਮਰਦੇ ਨੇ ਦੂਜੇ ਦਾ ਫੜ ਕੇ ਤਗਾਹ ਕਰਤਾ ਹੋਣਾ ਇਹ ਚੱਲਦੀ ਰਹਿੰਦੀ ਐ ਇਹੋ ਜੀ ਕੋਈ ਏਡੀ ਗੱਲ ਨਹੀਂ ਪਰ ਸਾਡੇ ਜਿਹੜੇ ਬਾਲੀਵੁੱਡ ਵਾਲੇ ਸੀ ਉਹਨਾਂ ਨੂੰ ਇੰਜ ਨਹੀਂ ਕਰਨਾ ਚਾਹੀਦਾ ਆਫਟਰ ਆਲ ਇਹ ਜਨਤਾ ਜਨਰ ਦੇਣੀ ਆ ਜਿਹੜੀ ਉਹਨਾਂ ਦੀ ਫਿਲਮ ਵੇਖਦੀ ਆ ਤੇ ਉਹਨਾਂ ਦਾ ਪੈਸੇ ਚਾਰ ਉਹਨਾਂ ਦੀ ਜੇਬ ਚ ਪੈਂਦੇ ਆ ਆ ਸਾਡੇ ਸਗੋਂ ਕਲਾਕਾਰ ਇਸ ਕੱਲੋਂ ਸਿਆਣੇ ਆ ਕਿ ਕਿਉਂਕਿ ਬਿਨਾਂ ਜਨਤਾ ਤੋਂ ਕਲਾਕਾਰਾਂ ਦਾ ਤੇ ਕੋਈ ਗੁਜ਼ਾਰਾ ਨਹੀਂ ਨਾ ਦੇਖਣ ਵਾਲੇ ਤੇ ਉਹ ਹੀ ਆ ਤੇ ਪੈਸੇ ਵੀ ਲੋਕ ਤਾਂ ਹੀ ਮਿਲਣਗੇ ਇਹਨਾਂ ਨੂੰ ਜੇ ਲੋਕ ਦੇਖਣ ਵਾਲੇ ਹੋਣਗੇ ਤੇ ਤਾਂ ਹੀ ਕੋਈ ਇਹਨਾਂ ਦਾ ਅਖਾੜਾ ਲਵਾਊਗਾ ਤੇ ਇਸ ਲਈ ਇਹ ਤੇ ਆਪਣਾ ਸਹੀ ਟਰੈਕ ਤੇ ਆ ਜਿਹੜੇ ਬਾਲੀਵੁੱਡ ਵਾਲੇ ਆ ਉਹ ਫਿਰ ਮੈਨੂੰ ਲੱਗਦਾ ਕਈਆਂ ਦੀਆਂ ਇਨਕੁਆਰੀਆਂ ਇਨਕੁਬੂਰੀਆਂ ਚੱਲੀਆਂ ਆ ਉਹ ਉੱਥੇ ਕਿਉਂਕਿ ਹੁਣ ਤੁਹਾਨੂੰ ਪਤਾ ਸ਼ਿਵ ਸੈਨਾ ਦੀ ਸਰਕਾਰ ਹੈ ਉੱਥੇ ਤੇ ਬੀਜੇਪੀ ਦੀ ਚੱਲਦੀ ਨਹੀਂ ਉਨੀ ਪਿੱਟਦੇ ਤੇ ਬਥੇਰੇ ਆ ਪਰ ਉੱਥੇ ਥੋੜਾ ਬਹੁਤ ਉਹਨਾਂ ਨੂੰ ਸੇਕ ਵੀ ਕਈਆਂ ਨੂੰ ਝੂਠਿਆਂ ਨੂੰ ਲੱਗ ਸਕਦਾ ਉਹਨਾਂ ਦਾ ਝੂਠ ਜਿਵੇਂ ਪਰ ਚਮਚੀ ਮਾਰਨੀ ਆ ਜਾਂ ਨਕਲ ਵੀ ਮਾਰਨੀ ਹੁੰਦੀ ਆ ਜਿ ਤਰ੍ਹਾਂ ਪੇਪਰਾਂ 'ਚ ਸਾਡੇ ਬੱਚੇ ਮਾਰਦੇ ਸੀ ਜਦੋਂ ਸਿਆਣਪ ਨਾਲ ਮਾਰਨੀ ਚਾਹੀਦੀ ਆ ਫੜੇ ਜਾਓ ਤਾਂ ਫਿਰ ਉਹਦਾ ਜਿਹੜਾ ਖਮਿਆਜਾ ਜਿਹੜਾ ਭਾਰੀ ਹੁੰਦਾ ਹਾਂਜੀ ਸ਼ਹਿਰੀ ਜੀ ਪ੍ਰੋਫੈਸਰ ਸਾਹਿਬ ਭਾਜੀਪੀ ਦੇ ਆਗੂਆਂ ਦਾ ਨਗਰ ਨਿਗਮ ਹੁਣ ਟੋਣਾ ਨੂੰ ਲੈ ਕੇ ਕਾਫੀ ਜ਼ਿਆਦਾ ਵਿਰੋਧ ਅੱਜ ਹੋਇਆ ਔਰ ਅਸ਼wini ਸ਼ਰਮਾ ਕਾਫੀ ਪੜਕੇ ਹੋਏ ਦਿਖਾਈ ਦਿੱਤੇ ਔਰ ਉਹਨਾਂ ਨੇ ਕਿਹਾ ਹੈ ਕਿ ਵੀ ਜਿਹੜੇ ਹਾਲਾਤ ਬਣੇ ਨੇ ਹਾਲਾਂਕਿ ਉਹ ਕਾਂਗਰਸ ਦੇ ਵਰਦੇ ਨਜ਼ਰ ਆਏ ਕੈਪਟਨ ਸਾਹਿਬ ਨੂੰ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਆ ਗੱਲਾਂ ਕਈਆਂ ਨੇ ਕਹਿੰਦੇ ਕਿ ਜੇ ਇਹੋ ਜਿਹਾ ਮਾਹੌਲ ਦੇ ਵਿੱਚ ਚੋਣਾ ਕਰਾਉਣੀਆਂ ਨੇ ਤਾਂ ਫਿਰ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਪੁਲਿਸ ਵਾਲੀ ਤਨਾਤ ਕਰ ਦੋ ਹਾਲਾਂਕਿ ਇਦਾਂ ਦੀਆਂ ਗੱਲਾਂ ਹੋ ਚੁੱਕੀਆਂ ਨੇ ਹਾਲਾਂਕਿ ਸੁਨੀਲ ਜਾਖੜ ਨੂੰ ਅਸੀਂ ਸੁਣਿਆ ਸੁਨੀਲ ਜਾਖੜ ਨੇ ਲੋਕਾਂ ਨੂੰ ਵੀ ਇਹ ਤਾਕੀਦ ਕੀਤੀ ਹੈ ਔਰ ਜੇ ਕਿਸਾਨ ਮੁੱਦੇ ਦੇ ਉੱਤੇ ਲੋਕ ਨਾਰਾਜ਼ ਨੇ ਉਹਨਾਂ ਨੇ ਤਾਕੀਦ ਕੀਤੀ ਹੈ ਵੀ ਜਿਹੜੇ ਬੀਜੇਪੀ ਦੇ ਆਗੂ ਪ੍ਰਚਾਰ ਕਰਨਾ ਚਾਹੁੰਦੇ ਨੇ ਚੋਣ ਪ੍ਰਚਾਰ ਇਸ ਵੇਲੇ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਕਰਨ ਦਿੱਤਾ ਜਾਵੇ ਉਹਨਾਂ ਦਾ ਵਿਰੋਧ ਇਸ ਤਰੀਕੇ ਨਾਲ ਨਾ ਕਰੋ ਪਰ ਬਹੁਤ ਮਾੜੀ ਸਥਿਤੀ ਹੈ ਜੇ ਬੀਜੇਪੀ ਦੇ ਆਗੂਆਂ ਨੂੰ ਇਸ ਤਰੀਕੇ ਨਾਲ ਵੜਾ ਨਹੀਂ ਦਿੱਤਾ ਜਾ ਰਿਹਾ ਜਾਂ ਉਹਨਾਂ ਦਾ ਇੰਨਾ ਵਿਰੋਧ ਹੋ ਰਿਹਾ ਹੈ ਸ਼ਹਿਰੀ ਮੇਰਾ ਮਿਕਸਡ ਰਿਸਪੌਂਸ ਹੈ ਇੱਕ ਤੇ ਇਹ ਮੇਰਾ ਹੈ ਕਿ ਕਿਸਾਨ ਤੇ ਆਪਣਾ ਅਸਲ ਵਿੱਚ ਅੱਜ ਅਖਬਾਰ ਚ ਵੀ ਆਇਆ ਕਿ ਪੀਸਫੁੱਲ ਪ੍ਰੋਟੈਸਟ ਕਰ ਰਿਹਾ ਕਿਸਾਨ ਵਾਇਲੈਂਟ ਨਹੀਂ ਹੈ ਪ੍ਰੋਟੈਸਟ ਜਰੂਰ ਜਗਾ ਜਗਾ ਕਰ ਰਿਹਾ ਪਰ ਉਹ ਇਹਨਾਂ ਨੂੰ ਚੇਤੇ ਕਰਾਉਣਾ ਚਾਹੁੰਦੇ ਆ ਕਿ ਤੁਸੀਂ ਆਪਣੇ ਲੀਡਰਾਂ ਨੂੰ ਜਾ ਕੇ ਦਿੱਲੀ ਦੇ ਵਿੱਚ ਦਬਾਅ ਪਾਓ ਤਾਂ ਹੀ ਉਹ ਇੱਥੇ ਪ੍ਰੋਟੈਸਟ ਉਹਨਾਂ ਦੇ ਵਿਰੁੱਧ ਲੀਡਰਾਂ ਦੇ ਬੀਜੇਪੀ ਦੇ ਕਰ ਰਹੇ ਆ ਪਰ ਇਸ ਮਾਹੌਲ ਦਾ ਫਾਇਦਾ ਲੈ ਕੇ ਕਈ ਇਹੋ ਜਿਹੇ ਐਲੀਮੈਂਟ ਵੀ ਹੈ ਜਿਨ੍ਹਾਂ ਦੀਆਂ ਕੁਝ ਨਿੱਜੀ ਕੀੜਾ ਹੋ ਸਕਦੀਆਂ ਉਹ ਕੱਢਣ ਲਈ ਵੀ ਕਿਤੇ ਕੁੱਟ ਮਾਰ ਜਾਂ ਉਸ ਪਾਸੇ ਨੂੰ ਚੱਲ ਪੈਂਦੇ ਹੈਗੇ ਜਣੀ ਵਾਇਲੈਂਟ ਤਰੀਕੇ ਵੱਲ ਨੂੰ ਵੀ ਚੱਲ ਪੈਂਦੇ ਜਿਹੜਾ ਨਹੀਂ ਹੋਣਾ ਚਾਹੀਦਾ ਜਿਹੜੇ ਕਿਸਾਨ ਯੂਨੀਅਨਾਂ ਨੇ ਅੱਜ ਉਹਨਾਂ ਦੀ ਪਰਤਨਾ ਕੀਤੀ ਹੈ ਮੈਨੂੰ ਅੱਜ ਇੱਕ ਨਵੀਂ ਗੱਲ ਪਤਾ ਲੱਗੀ ਹੈ ਕਿ ਇੰਨਾ ਭਾਜੀਪੀ ਦੇ ਅੰਦਰ ਵੀ ਇਹੋ ਜੀ ਫੁੱਟ ਪਈ ਹੋਈ ਹੈ ਪੰਜਾਬ ਦੇ ਅੰਦਰ ਖਾਸ ਕਰਕੇ ਕਿ ਉਹਨਾਂ ਚੋਂ ਇੱਕ ਧੜਾ ਇਹਨਾਂ ਨੂੰ ਬਦਨਾਮ ਕਰਨ ਲਈ ਆਪਣੇ ਬੰਦੇ ਛਡਾ ਕੇ ਤੇ ਇਹਨਾਂ ਦੇ ਉੱਤੇ ਬਦਲੇ ਲੈਣ ਦੀ ਉਹ ਜੀ ਕਾਰਵਾਈ ਅੰਦਰੋਂ ਵੀ ਹੋ ਰਹੀ ਹੈ ਇਹ ਸਾਰੀ ਗੱਲ ਦੀ ਤੈਕੀ ਕਰਨੀ ਚਾਹੀਦੀ ਆ ਘੱਟੋ ਘੱਟ ਸਾਡੇ ਵਰਗੇ ਵੱਡੇ ਜਾਂ ਕਿਸਾਨ ਲੀਡਰ ਇਸ ਗੱਲ ਦੇ ਬਿਲਕੁਲ ਹਾਮੀ ਨਹੀਂ ਹੈ ਨਾ ਉਹ ਜ਼ਿੰਮੇਵਾਰ ਆ ਕਿ ਕਿਸੇ ਤੇ ਕੋਈ ਹਮਲਾ ਕੀਤਾ ਜਾਏ हां ਉਹ ਇਹ ਜੀ ਕਹਿੰਦੇ ਆ ਕਿ ਅਸੀਂ ਬੜੇ ਮਾਣ ਨਾਲ ਪ੍ਰੋਟੈਸਟ ਜ਼ਰੂਰ ਕਰਦੇ ਆ ਸਾਡਾ ਪ੍ਰੋਟੈਸਟ ਪੀਸਫੁੱਲ ਹੁੰਦਾ ਅਸੀਂ ਕਿਸੇ ਨਾਲ ਕੋਈ ਧੱਕਾ ਨਾ ਆਪਣੇ ਨਾਲ ਹੋਣ ਦੇਈਏ ਨਾ ਅਸੀਂ ਕਿਸੇ ਨਾਲ ਵੀ ਕਰੀਏ ਤੇ ਨਾ ਕਿਸੇ ਨਾਲ ਵੀ ਹੋਣ ਦੇਈਏ ਉਹ ਤੇ ਇੱਥੋਂ ਤੱਕ ਆ ਕਿ ਉਹ ਸਿੱਖ ਮਰਿਆਦਾ ਜਿਹੜੀਆਂ ਇਸ ਧਰਤੀ ਦੀਆਂ ਪੰਜਾਬ ਦੀਆਂ ਉਹਨੂੰ ਪੜਨਾਏ ਹੋਏ ਆ ਜੇ ਕੋਈ ਗਲਤੀ ਕਰਦਾ ਉਹ ਉਹਨਾਂ ਨੂੰ ਮੰਨਣ ਚ ਵੀ ਕੋਈ ਹਰਜ ਨਹੀਂ ਆ ਪਰ ਮੇਰਾ ਖਿਆਲ ਉਹਥੇ ਲਾਅ ਐਂਡ ਆਰਡਰ ਪੁਲਿਸ ਸਰਕਾਰ ਸਾਰਾ ਕੁਝ ਹੁੰਦੀ ਆ ਉਹਨਾਂ ਨੂੰ ਬੁੱਕ ਵੀ ਕੀਤਾ ਜਾ ਸਕਦਾ ਪਰ ਅਗਲੀ ਗੱਲ ਜਿਹੜੀ ਆ ਉਹ ਇਹ ਆ ਕਿ ਹਾਲ ਵਾਕਿਆ ਹੀ ਬੀਜੇਪੀ ਦਾ ਬਹੁਤ ਬੁਰਾ ਆ ਉਹ ਪੁੱਠੇ ਪਾਸੇ ਚੱਲੇ ਹੋਇਆ ਜਾਣੀ ਅਜੀਬ ਹੀ ਕਹੀ ਜਾਂਦੇ ਆ ਕਿ ਕਾਨੂੰਨ ਤੇ ਠੀਕ ਆ ਮੋਦੀ ਜੀ ਦੇ ਪਿੱਛੇ ਕਿਉਂਕਿ ਮੋਦੀ ਭਗਤਿਆ ਨਾ ਸਾਰੇ ਜਿਆਦਾ ਹੈ ਨਾ ਕੁਝ ਸੋਚਦੇ ਆਪਣਾ ਦਿਮਾਗ ਤੇ ਲਾਉਂਦੇ ਨਹੀਂ ਆ ਆਪਣੇ ਬਾਰੇ ਐਨਲਿਸਿਸ ਵੀ ਨਹੀਂ ਜਗਾ ਦਾ ਕਰਦੇ ਲੋਕਾਂ ਦਾ ਐਨਲਿਸਿਸ ਵੀ ਨਹੀਂ ਕਰਦੇ ਉਹ ਮਾਲਾ ਫੜੀ ਹੋਈ ਆ ਮੋਦੀ ਜੀ ਜਿਹੜੇ ਵੀ ਉਹਨਾਂ ਦੇ ਨੇੜੇ ਜਾਂਦੇ ਉਹਨਾਂ ਨੂੰ ਇੱਕ ਮਾਲਾ ਫੜਾ ਦਿੰਦੇ ਆ ਤੇ ਉਹ ਮਣਕੇ ਤੇ ਮਣਕਾ ਠਾ ਮਣਕਾ ਕਰਕੇ ਤੇ ਮੋਦੀ 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 ਕਰੀ ਜਾਂਦੇ ਸਾਰੀ ਦਿਹਾੜੇ ਹੁਣ ਮੋਦੀ ਜਦੋਂ ਆਪ ਸੰਕਟ ਦੇ ਵਿੱਚ ਆ ਤੇ ਇਹਨਾਂ ਨੂੰ ਕੌਣ ਬਚਾਊਗਾ ਇਹਨਾਂ ਦੀ ਪ੍ਰੋਬਲਮ ਇਹੀ ਆ ਮੋਦੀ ਕਹਿੰਦਾ ਮੇਰੇ ਕੋਲ ਨਹੀਂ ਜੇ ਹੁਣ ਕੁਝ ਵੀ ਮੰਤਰ ਮੇ ਤੁਸੀਂ ਆਪੋ ਆਪਣੇ ਘਰ ਸੰਭਾਲੋ ਪੰਡਿਤ ਢਿੰਡੇ ਸੰਭਲੋ ਕਾਲੀ ਨੇਰੀ ਆਈ ਹੈ ਸਾਡੇ ਜਦੋਂ ਨਿਆਣੇ ਸੀ ਇਹੋ ਜੀ ਗੱਲ ਕਹਿੰਦੇ ਆ ਕਿ ਉਹ ਤੇ ਕਾਲੀ ਨੇਰੀ ਚ ਫਸ ਗਿਆ ਆਪ ਕੋ ਮਂਤੇਰੀ ਚ ਤੇ ਮੋਦੀ ਜੀ ਤੇ ਉਹਨਾਂ ਦੇ ਭਾਸ਼ਣ ਤੋਂ ਤੁਹਾਨੂੰ ਦੇਖ ਹੀ ਰਿਹਾ ਸੀ ਤੇ ਉਹ ਇਹ ਕਹਿ ਰਹੇ ਆ ਕਿ ਤੁਸੀਂ ਹੁਣ ਆਪੋ ਆਪਣੇ ਸੰਭੋ ਇਹ ਹੁਣ ਜਾਣ ਵਿਚਾਰੇ ਕਿੱਥੇ ਪਾਕਿਸਤਾਨ ਤੇ ਜਾ ਨਹੀਂ ਸਕਦੇ ਉਧਰ ਹੀ ਜਾਂਦੇ ਨਹੀਂ ਉਧਰ ਤੇ ਬਦਨਾਮ ਕਰਦੇ ਆ ਇਹ ਹੁਣ ਦਿੱਲੀ ਵਾਲੀ ਜਾ ਸਕਦੇ ਆ ਮੋਦੀ ਜੀ ਇਹਨਾਂ ਨੂੰ ਬੁਲਾ ਲਵੇ ਉੱਥੇ ਕੋਈ ਰਲੀਫ ਦੇਵੇ ਜਦੋਂ ਠੰਡ ਠੰਡੌਲਾ ਹੋ ਜਾਊਗਾ ਉਦੋਂ ਆ ਜਾਣਗੇ ਤੇ ਪਰ ਜਿਹੜੀਆਂ ਚੋਣਾ ਆ ਉਹ ਜਰੂਰ ਮੇਰਾ ਖਿਆਲ ਪੀਸਫੁਲੀ ਹੋਣਾ ਚਾਹੀਦਾ ਉਹਦੇ ਚ ਨਾ ਕਾਂਗਰਸ ਦੀ ਦਾਦਾਗਰੀ ਹੋਣੀ ਚਾਹੀਦੀ ਆ ਨਾ ਕਿਸੇ ਹੋਰ ਦੀ ਦਾਦਾਗਰੀ ਹੋਣੀ ਚਾਹੀਦੀ ਆ ਪਰ ਇਹ ਤੱਕੇਸ਼ਾਈ ਦੀਆਂ ਬਾਰ ਬਾਰ ਸ਼ਿਕਾਇਤਾਂ ਜਰੂਰ ਆ ਰਹੀਆਂ ਜਿਹੜੀ ਵੀ ਸਰਕਾਰ ਆ ਉਹ ਐਡਮਿਨਿਸਟ੍ਰੇਸ਼ਨ ਨੂੰ ਨਾਲ ਲੈ ਕੇ ਤੱਕਾ ਕਰਦੀ ਜਰੂਰ ਹੈ ਕਿਉਂਕਿ ਕਿਉਂਕਿ ਵਿਰੋਧ ਕਿਉਂਕਿ ਵਿਰੋਧ ਕਰਕੇ ਜੇ ਬਿਲਕੁਲ ਕਿਉਂਕਿ ਵਿਰੋਧ ਕਰਕੇ ਜਾਂ ਇਸ ਤਰੀਕੇ ਦਾ ਮਾਹੌਲ ਪੈਦਾ ਕਰਕੇ ਆਈ ਥਿੰਕ ਗੁੱਸਾ ਨਹੀਂ ਕੱਢਣਾ ਚਾਹੀਦਾ ਹਾਲਾਂਕਿ ਵੋਟਾਂ ਪਾ ਕੇ ਗੁੱਸਾ ਕੱਢਣ ਵੋਟਾਂ ਦੇ ਵਿੱਚ ਤੇ ਜਿਹੜੇ ਨਤੀਜੇ ਆਣੇ ਨੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਆਪਣੇ ਆਪ ਪਤਾ ਚੱਲ ਜਾਣਾ ਇਨਫੈਕਟ ਮੇਰੇ ਖਿਆਲ ਚ ਉਹ ਚੀਜ਼ ਕਰਨੀ ਚਾਹੀਦੀ ਹੈ ਉਹ ਵੀ ਠੀਕ ਆ ਪਰ ਲੋਕਾਂ ਦਾ ਜਿਹੜਾ ਨਾ ਹੁਣ ਜਿਸ ਤਰ੍ਹਾਂ ਦਾ ਜਦੋਂ ਤੁਸੀਂ ਦੂਜੇ ਪਾਸੇ ਨੂੰ ਜਾਦਾ ਲੈ ਗਏ ਹੋ ਝੂਠ ਵੱਡੇ ਵੱਡੇ ਬੋਲੇ ਹੋਣ ਆਹ ਕਰਾਂਗੇ ਆਹ ਕਰਾਂਗੇ ਤੇ ਉਹ ਲਗਾਤਾਰੀ ਲੋਕ ਖੱਜਲ ਖਵਾਰ ਹੋਈ ਜਾਣ ਫਿਰ ਉਹਨਾਂ ਦਾ ਇੱਕ ਗੁੱਸਾ ਵੀ ਆਉਂਦਾ ਆ ਪਰ ਗੁੱਸੇ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੁੱਟਣ ਮਾਰਨ ਲੱਗ ਜਾਓ ਪੱਥਰ ਮਾਰਨ ਲੱਗ ਜਾਓ ਜਿਸ ਤਰ੍ਹਾਂ ਕਈ ਵਾਰੀ ਹੁੰਦਾ ਬਿਲਕੁਲ ਇਹ ਚੰਗੀ ਖੂਬਸੂਰਤੀ ਇਸ ਮਹਿੰਮਦੀ ਦੇ ਮੂਮੈਂਟ ਇਹੀ ਹੈ ਕਿ ਬੜੀ ਸਮਝਦਾਰੀ ਦੇ ਨਾਲ ਪੀਸਫੁਲੀ ਚੱਲ ਰਿਹਾ ਮੇਰਾ ਖਿਆਲ ਆ ਕਿ ਉਹਨਾਂ ਕਿਤੇ ਮੋਦੀ ਜੀ ਨੂੰ ਵੀ ਮੰਨ ਜਾਣਾ ਚਾਹੀਦਾ ਜਦੋਂ ਇੰਨੇ ਲੋਕ ਇੰਨੇ ਖੱਜਲ ਖਵਾਰ ਹੋ ਰਹੇ ਆ 200 ਤੋਂ ਵੱਧ ਲੋਕ ਸ਼ਹੀਦ ਹੋ ਚੁੱਕੇ ਆ ਇਹ ਛੋਟੀ ਗੱਲ ਆ ਕਿਤੇ ਅਜੇ ਤੱਕ ਉਹਨਾਂ ਦੇ ਉਹਨਾਂ ਦੇ ਹੱਕ 'ਚ ਇੱਕ ਸ਼ਬਦ ਨਹੀਂ ਪ੍ਰਧਾਨ ਮੰਤਰੀ ਬੋਲਦਾ ਬੰਦੇ ਆ ਕਿ ਮਸ਼ੀਨਾਂ ਆ ਮੈਨੂੰ ਤਾਂ ਪ੍ਰਧਾਨ ਮੰਤਰੀ ਕਿਤੇ ਕੰਪਿਊਟਰ ਆ ਜਾਂ ਸੱਚੀ ਮੁੱਚੀ ਹੱਡਮਾਸ ਤੇ ਲਹੂ ਦਾ ਇਹ ਇਨਸਾਨ ਹੈਗਾ ਆ ਤੁਸੀਂ ਕਦੇ ਵੀ ਸੁਚੋ ਘਰ ਦੇ ਵਿੱਚ ਕਿਸੇ ਕੁੱਤਾ ਬਿਮਾਰ ਹੋ ਜੇ ਤੇ ਉਹਦਾ ਸਾਰਾ ਟੱਬਰ ਜਿਹੜਾ ਉਹਦੇ ਪਿੱਛੇ ਫਿਕਰ ਮੰਦ ਹੁੰਦਾ ਕਈ ਵਾਰੀ ਤਾਂ ਖਾਣਾ ਛੱਡੇ ਵੀ ਖਾ ਛੱਡ ਕੇ ਵੀ ਬੈਠੇ ਮੈਂ ਲੋਕ ਦੇਖੇ ਇੰਨਾ ਉਹਦੇ ਨਾਲ ਪਿਆਰ ਹੁੰਦਾ ਇਹ ਤੇ ਬੰਦੇ ਹੈਗੇ ਆ ਜਿੰਦੇ ਜਾਗਦੇ ਬੰਦੇ ਤੁਹਾਡੇ ਦੇਸ਼ ਵਾਸੀ ਆ ਤੁਸੀਂ ਸਭ ਤੋਂ ਵੱਡੇ ਲੀਡਰ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਆ ਤੇ ਕੋਈ ਵੀ ਦੇਸ਼ ਇੰਨਾ ਇਹਨਾਂ ਕਿਸਾਨਾਂ ਤੋਂ ਧਰਤੀ ਪੁੱਤਰਾਂ ਤੋਂ ਬਗੈਰ ਕੋਈ ਜੇ ਇਹਨਾਂ ਦੀ ਸੇਵਾ ਨਹੀਂ ਕਰਨੀ ਕਾਹਦੀ ਦੇਸ਼ ਭਗਤੀ ਹੈ ਤੁਹਾਡੀ ਤੁਹਾਡੀ ਕਾਰਪੋਰੇਟ ਭਗਤੀ ਹੈ ਦੇਸ਼ ਭਗਤੀ ਨਹੀਂ ਐਵੇਂ ਤੁਸੀਂ ਗਲਤ ਲੋਕਾਂ ਦਾ ਬੇਵਕੂਫ ਬਣਾ ਰਹੇ ਆਂ ਇਹੀ ਮੇਰਾ ਕਹਿਣਾ ਹੈ ਕਿ ਇਸ ਗੱਲ ਤੋਂ ਸਿੱਖਣਾ ਚਾਹੀਦਾ ਹੁਣ ਪਿੱਛੇ ਹਟਣਾ ਚਾਹੀਦਾ ਔਰ ਲੋਕਾਂ ਨੂੰ ਕਰੋ ਘਰੀ ਤੋੜਨਾ ਚਾਹੀਦਾ ਬੀਜੇਪੀ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਜੇ ਲੋਕੀ ਗੁੱਸਾ ਕਰ ਰਹੇ ਆ ਤੇ ਇਹਨਾਂ ਨੂੰ ਸਮਝਣਾ ਚਾਹੀਦਾ ਸਗੋਂ ਤੈਸ ਵਿੱਚ ਨਹੀਂ ਹੋਣਾ ਚਾਹੀਦਾ ਹਾਂਜੀ ਪਰ ਫਾਸਤਾ ਸਾਹਿਬ ਅਖੀਰ ਦੇ ਵਿੱਚ ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਮੋਦੀ ਸਾਹਿਬ ਦੇ 10 ਫਰਵਰੀ ਯਾਨੀ ਅੱਜ ਦੇ ਭਾਸ਼ਾ ਨੂੰ ਕੋਈ ਨਾਮ ਦੇਣਾ ਚਾਹੋਗੇ ਕੋਈ ਹੈ ਤੁਹਾਡੇ ਕੋਲ ਸ਼ਬਦ ਕੋਈ ਅਜੀਹਾ ਜਾਂ ਫਿਰ ਕਿੰਨੇ ਨੰਬਰ ਦੇਣਾ ਚਾਹੋਗੇ ਨੰਬਰਾਂ ਨੰਬਰਾਂ ਤਾਂ ਛੱਡੋ ਮੈਂ ਕੋਈ ਬਹੁਤ ਚੰਗਾ ਨੰਬਰ ਦੇਣ ਵਾਲਾ ਬੰਦਾ ਉਸ ਕਿਸਮ ਦਾ ਹੈ ਲੀਗਾ ਪਰ ਇੱਕ ਇੱਕ ਗੱਲ ਮਜਬੂਰ ਕਹੂੰਗਾ ਹਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਮੋਦੀ ਜੀ ਨੂੰ ਜਿਹੜੀ ਆਪਣੀ ਪ੍ਰਾਣਾ ਜੋ ਵਿਕ ਗਿਆ ਮਾਲ ਵਿਕ ਗਿਆ ਚਾਹ ਵੇਗੀ ਹੋਰ ਵੀ ਜਿਹੜਾ ਝੂਠ ਵਿਕ ਗਿਆ ਸਾਰਾ ਕੁਝ ਵਿਕਦਾ ਰਿਹਾ ਹੁਣ ਉਹਨਾਂ ਦੀ ਦੁਕਾਨ ਬੰਦ ਹੋਣ ਵਾਲੀ ਆ ਉਹ ਮਾਲ ਉਹਨਾਂ ਦਾ ਸੜਜੂ ਪਿਆ ਪਿਆ ਜਿਹੜਾ ਝੂਠ ਦਾ ਸਾਰਾ ਕਿਉਂਕਿ ਕੋਈ ਖਰੀਦਣਾ ਨਹੀਂ ਲੋਕਾਂ ਨੇ ਵੇਖ ਲਿਆ ਨਾ ਕਿ ਝੂਠਾ ਜਾਲੀ ਮਾਲ ਲਿਆ ਤੇ ਨਕਲੀ ਮਾਲ ਲਿਆ ਇਸ ਲਈ ਉਹ ਸਮਝ ਲੈਣ ਕਿ ਲੋਕ ਉਹਨਾਂ ਨੂੰ ਸਮਝ ਗਏ ਆ ਉਹ ਅਜੇ ਵੀ ਪ੍ਰਾਣੀ ਤੋਂ ਨਹੀਂ ਤੇ ਲੱਗੇ ਮੇਰੀ ਤੇ ਬੇਨਤੀ ਇਹੀ ਹੈ ਕਿ ਲੋਕਾਂ ਦੇ ਨਾਲ ਆ ਕੇ ਖੜਾ ਹੋਣ ਉਹ ਲੋਕਾਂ ਦੇ ਵਿੱਚ ਆਪਣੀ ਪ੍ਰਾਣੀ ਜਿਹੜੀ ਹਰਮਨ ਪਿਆਰਤਾ ਉਹਨਾਂ ਦੀ ਤਾਂ ਹੀ ਬਹਾਲ ਹੋਊਗੀ ਜੇ ਕੋਈ ਸੱਚੀ ਮੁੱਚੀ ਦਿਲੋਂ ਕੁਝ ਲੋਕਾਂ ਲਈ ਕਰਕੇ ਦਿਖਾਉਣਗੇ ਪਰ ਅੱਜ ਦੀ ਜਿਸ ਤਰੀਕੇ ਨਾਲ ਉਹਨਾਂ ਨੇ ਦਮ ਗਜੇ ਨਾਲ ਟੜਲੇ ਨਾਲ ਬਾਹਰੋਂ-ਬਾਰੋਂ ਟੜਲਾ ਲੱਗਦਾ ਸੀ ਅੰਦਰੋਂ ਡਰੀ ਹੋਈ ਸੀ ਬਾਹਰੋਂ-ਬਾਰੋਂ ਜਿੱਤਨਾ ਟੜਲੇ ਨਾਲ ਕਿਹਾ ਕਿ ਇਹ ਜਿਹੜੀ ਮੇਰੀ ਜ਼ਿੰਮੇਵਾਰੀ ਆ ਇਹ ਡੈਮੋਕ੍ਰੇਸੀ ਦੀ ਇੱਕ ਰੂਲ ਹੈਗੇ ਆ ਕਿ ਅਸੀਂ ਲੋਕਾਂ ਦਾ ਭਲਾ ਕਰਨਾ ਹੀ ਕਰਨਾ ਭਲੇ ਦਾ ਮਤਲਬ ਅਸੀਂ ਲੋਕਾਂ ਨੂੰ ਤਬਾਹ ਕਰਨਾ ਹੀ ਕਰਨਾ ਇਹ ਅਸੀਂ ਫੈਸਲਾ ਕਰ ਲਿਆ ਮੈਨੂੰ ਲੱਗਦਾ ਇਹਦੇ ਤੋਂ ਪਿੱਛੇ ਹਟਣਾ ਚਾਹੀਦਾ ਹਾਂਜੀ ਜੀ ਬਿਲਕੁਲ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਹਿਰੀ ਤੁਹਾਡਾ ਤੁਹਾਡੀ ਟੀਮ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮੇਰਾ ਖਿਆਲ ਹੈ ਮੈਂ ਅਸੀਂ ਇਥੋਂ ਇੰਡੀਆ ਦੇ ਟਾਈਮ ਦੇ ਮਤਲਬ ਗੁੱਡ ਨਾਈਟ ਜੀ ਬਿਲਕੁਲ ਗੁਰਨਰ ਪ੍ਰੋਫੈਸਰ ਸਾਹਿਬਾ ਕਈ ਬਹੁਤ ਜ਼ਿਆਦਾ ਸਮਾਂ ਹੋ ਚੱਲਿਆ ਤੇ ਪ੍ਰੋਫੈਸਰ ਸਾਡਾ ਲਗਾਤਾਰ ਜੁੜਦੇ ਹੀ ਨੇ ਆਪਣੀਆਂ ਬਹੁਤ ਸਾਰੀਆਂ ਗੱਲਾਂ ਵੀ ਸਾਡਾ ਸਾਂਝੀਆਂ ਕਰਦੇ ਨੇ ਜੋ ਅਪਡੇਟ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ ਜੋ ਵੀ ਹਰ ਦਿਨ ਦਾ ਅਪਡੇਟ ਹੁੰਦਾ ਅਸੀਂ ਪ੍ਰੋਫੈਸਰ ਮਨਜੀਤ ਦੇ ਨਾਲ ਜਿਹੜਾ ਡਿਸਕਸ ਜ਼ਰੂਰ ਕਰਦੇ ਆ ਸੋ ਕੁਲਬਿਲਾ ਕੇ ਅੱਜ ਦੇ ਮੋਦੀ ਸਰਕਾਰ ਦੇ ਵੱਲੋਂ ਜਿਹੜਾ ਅੱਜ ਭਾਸ਼ਣ ਦਿੱਤਾ ਗਿਆ ਔਰ ਬਕਾਇਦਾ ਚਿੱਲੰਡਾ ਜਿਲ੍ਹਾ ਕਾਫੀ ਹੁੰਦੀ ਰਹੀ ਹੈ ਜਦੋਂ ਵਿਰੋਧੀਆਂ ਨੇ ਜਦੋਂ ਵਿਰੋਧ ਕੀਤਾ ਹੈ ਸਭਾਸ਼ੰਦਾ ਤਾਂ ਉਸ ਦੌਰਾਨ ਵੀ ਕੁਝ ਤੰਜ ਕਸੇ ਗਏ ਪਰ ਨਿਕਲਿਆ ਕੁਝ ਵੀ ਨਹੀਂ ਹੈ ਭਾਸ਼ਣ ਦੇ ਵਿੱਚ ਨਰਿੰਦਰ ਮੋਦੀ ਨੇ ਉਹੀ ਗੱਲਾਂ ਕਹੀਆਂ ਜਿਹੜੀਆਂ ਰਟੀਆਂ ਰੜਾਈਆਂ ਉਹ ਪਹਿਲਾਂ ਤੋਂ ਕਹਿੰਦੇ ਆਏ ਨੇ ਔਰ ਕਿਤੇ ਨਾ ਕਿਤੇ ਇਹ ਇਸ਼ਾਰਾ ਵੀ ਦੇ ਦਿੱਤਾ ਕਿ ਅਮੈਂਡਮੈਂਟ ਹੀ ਸਿਰਫ ਅਸੀਂ ਕਰਾਂਗੇ ਬਿਲ ਜਿਹੜੇ ਨੇ ਉਹ ਰੱਦ ਕਿਸੇ ਵੀ ਹਾਲਤ ਵਿੱਚ ਨਹੀਂ ਹੋਣੇ ਕੱਲ ਇੱਕ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਜਿਹੜੀ ਰਣਨੀਤੀ ਉਲੀਕੀ ਗਈ ਹੈ ਉਸ ਦੌਰਾਨ ਕੱਲ ਵੱਡੀ ਇੱਕ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਤੇ ਉਸ ਮਹਾ ਪੰਚਾਇਤ ਦੇ ਵਿੱਚ ਕੀ ਵੱਡੀ ਤਸਵੀਰ ਕਲ ਕੇ ਸਾਹਮਣੇ ਆਗੀ ਅਸੀਂ ਕੱਲ ਦੇ ਮਾਰਨਿੰਗ ਸ਼ੋਅ ਦੇ ਵਿੱਚ ਜ਼ਰੂਰ ਅਸੀਂ ਡਿਸਕਸ ਕਰਾਂਗੇ ਫਿਲਹਾਲ ਦੇ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ